ਇਹ ਕਹਾਣੀ ਭੈਣ ਰੁਪਿੰਦਰ ਹੋਰਾਂ ਦੀ ਹੈ। ਉਹ ਕੁੜੀ ਜਿਹੜੀ ਨੇ ਬਚਪਨ ਦੇ ਵਿੱਚ ਬਹੁਤ ਸਾਰੇ ਦੁੱਖ ਹੰਢਾਏ ਹੁੰਦੇ ਹੈ, ਇਹ ਆਸ ਦੇ ਨਾਲ ਉਹ ਭੈਣ ਲਵ ਮੈਰਿਜ ਕਰਾਉਂਦੀ ਹੈ ਕਿ ਚਲੋ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣਗੀਆਂ। ਪਰ 6 ਮਹੀਨੇ ਤੱਕ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਟਿਕਦੀਆਂ ਨੇ। ਵਿਆਹ ਤੋਂ 6 ਮਹੀਨੇ ਬਾਅਦ ਹੀ ਭੈਣ ਰੁਪਿੰਦਰ ਹੋਰਾਂ ਦਾ ਐਕਸੀਡੈਂਟ ਹੁੰਦਾ। ਜਿਹੜੀ ਕਾਰ ਦਾ ਸ਼ੀਸ਼ਾ ਹੁੰਦਾ ਹੈ ਉਹ ਟੁੱਟ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਪੈ ਜਾਂਦਾ ਹੈ ਅਤੇ ਭੈਣ ਹੋਰਾਂ ਦੀ ਨਿਗਾਹ ਚਲੀ ਜਾਂਦੀ ਹੈ ਅਤੇ ਅੱਖਾਂ ਤੋਂ ਦੇਖਣੋਂ ਹਟ ਜਾਂਦਾ ਹੈ। ਉਹਨਾਂ ਦੇ ਘਰ ਵਾਲੇ ਨੂੰ ਇਹ ਆਖਿਆ ਜਾਂਦਾ ਹੈ ਕਿ ਇਹ ਕੁੜੀ ਨੂੰ ਤੂੰ ਛੱਡ ਦੇ, ਇਹ ਕੁੜੀ ਤੇਰੇ 'ਤੇ ਬੋਝ ਹੈ, ਕਿਉਂ ਅੰਨੀ ਨੂੰ ਆਪਣੇ ਨਾਲ ਘੜੀਸਦਾ ਫਿਰ ਰਿਹਾ। ਕਿ ਬਾਈ ਹੋਰਾਂ ਨੇ ਆਪਣਾ ਘਰ ਵੀ ਵੇਚਤਾ, ਜ਼ਮੀਨ ਵੀ ਗਹਿਣੇ ਰੱਖਤੀ, ਅੱਜ ਜ਼ੋਮੈਟੋ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਨੌਕਰੀ ਕਰ ਰਿਹਾ ਹੈ ਅਤੇ PGI ਤੋਂ ਆਪਣੀ ਘਰਵਾਲੀ ਦਾ ਇਲਾਜ ਕਰਵਾ ਰਿਹਾ ਹੈ। ਆਸ ਇਹੀ ਹੈ ਕਿ ਰੁਪਿੰਦਰ ਦੀ ਨਿਗਾਹ ਵਾਪਸ ਆਊਗੀ ਅਤੇ ਅਸੀਂ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਜਿਉਵਾਂਗੇ। ਜਦੋਂ ਮੈਂ 1.25 ਮਹੀਨੇ ਦੀ ਹੁੰਦੀ ਹਾਂ, ਮੇਰੇ ਜਿਹੜੇ ਫਾਦਰ ਹੁੰਦੇ ਅਤੇ ਮਦਰ ਹੁੰਦੇ ਆ, ਉਹਨਾਂ ਦਾ ਆਪਸ ਵਿੱਚ ਤਲਾਕ ਹੋ ਜਾਂਦਾ ਅਤੇ ਉਹਨਾਂ ਦੇ ਤਲਾਕ ਦਾ ਰੀਜ਼ਨ ਮੈਂ ਹੁੰਦੀ ਹਾਂ, ਕਿਉਂਕਿ ਮੇਰੇ ਜੋ ਫਾਦਰ ਸੀ ਜਾਂ ਉਹਨਾਂ ਦੀ ਫੈਮਿਲੀ ਸੀ, ਉਹਨਾਂ ਨੂੰ ਮੁੰਡਾ ਚਾਹੀਦਾ ਸੀ, ਮੈਂ ਨਹੀਂ ਚਾਹੀਦੀ ਸੀ, ਕਿਉਂਕਿ ਮੈਂ ਇੱਕ ਕੁੜੀ ਪੈਦਾ ਹੁੰਦੀ ਹਾਂ। ਇਸ ਲਈ ਜਦੋਂ 1.25 ਮਹੀਨੇ ਦੇ ਹੁੰਦੇ, ਮੈਨੂੰ ਅਤੇ ਮੇਰੀ ਮਾਂ ਨੂੰ ਘਰ ਤੋਂ ਕੱਢ ਦਿੱਤਾ ਜਾਂਦਾ। ਮੈਨੂੰ ਈਵਨ ਸਾਰੇ ਸਵਾਲ ਕਰਦੇ ਵੀ ਹੁੰਦੇ ਸੀ ਕਿ ਤੇਰੇ ਡੈਡੀ ਨਹੀਂ ਕਦੀ ਦੇਖੇ, ਤੇਰੇ ਡੈਡੀ ਕਿੱਥੇ ਆ। ਮੈਂ ਉਹਨਾਂ ਨੂੰ ਕੁਛ ਨਹੀਂ ਦੱਸਦੀ ਹੁੰਦੀ ਸੀ, ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਹਾਂ ਮੇਰੇ ਬਚਪਨ ਵਿੱਚ ਡੈਡੀ ਮਰ ਗਿਆ ਸੀ, ਮੇਰੀ ਸਿਰਫ ਮੰਮੀ ਆ, ਅਤੇ ਉਸ ਤੋਂ ਬਾਅਦ ਮੈਂ ਨਾਨਕੀ ਆ ਜਾਂਦੀ ਹਾਂ, ਮੇਰੇ ਨਾਨਕੇ ਮੈਨੂੰ ਪਾਲਦੇ ਆ, ਅਤੇ ਮੇਰੀ ਮਾਤਾ ਦੀ 2nd marriage ਹੋ ਜਾਂਦੀ ਆ, ਅਤੇ ਉਸ ਤੋਂ ਬਾਅਦ ਜਦੋਂ ਮੈਂ 15-16 ਸਾਲ ਦੀ ਉਮਰ ਹੁੰਦੀ ਆ ਤਾਂ ਮੈਨੂੰ ਅਗਲੀ ਸਟੱਡੀ ਦੇ ਲਈ ਮੇਰੀ ਮਾਤਾ ਕੋਲ ਛੱਡ ਦਿੱਤਾ ਜਾਂਦਾ ਆ। ਪਰ ਉੱਥੇ ਵੀ ਸੇਮ ਰਿਪੀਟ ਹੁੰਦਾ, ਜੋ ਪਿਆਰ ਮਿਲਣਾ ਚਾਹੀਦਾ ਸੀ ਫਾਦਰ ਦਾ ਮੈਨੂੰ ਬਚਪਨ ਤੋਂ ਨਹੀਂ ਮਿਲਿਆ, ਉਹ ਮੈਨੂੰ ਉੱਥੇ ਵੀ ਜਾ ਕੇ ਨਹੀਂ ਮਿਲਿਆ। ਪਰ ਮੈਨੂੰ ਉੱਥੇ ਪੜ੍ਹਨ ਲਿਖਣ ਨਹੀਂ ਦਿੱਤਾ ਜਾਂਦਾ ਸੀ, ਮੈਂ ਕਦੀ ਕਦੀ ਨਾ ਕੋਠੇ 'ਤੇ ਲੋਕ ਕੇ ਪੜ੍ਹਨਾ, ਕਈ ਵਾਰ ਮੈਂ ਕਿਤਾਬਾਂ ਲੈ ਕੇ ਖੇਤਾਂ 'ਚ ਚਲ ਜਾਂਦੀ ਹੁੰਦੀ ਸੀ, ਮੈਂ ਖੇਤਾਂ ਵਿੱਚ ਬਹਿ ਕੇ ਪੜ੍ਹਨਾ ਕਿ ਨਹੀਂ ਮੈਂ ਪੜ੍ਹਨਾ ਤਾਂ ਪੜ੍ਹਨਾ ਹੀ ਆ। ਮੈਨੂੰ ਲੋਕਾਂ ਦੇ ਤਾਨੇ ਮਿਹਣੇ ਸੁਣਨ ਨੂੰ ਮਿਲਦੇ ਸੀ ਕਿ ਤੇਰਾ ਕੌਣ ਆ, ਤੂੰ ਵਿਆਹ ਤੋਂ ਬਾਅਦ ਕਿੱਥੇ ਆਇਆ ਕਰੂੰਗੀ, ਤੂੰ ਵਿਆਹ ਤੋਂ ਬਾਅਦ ਕਿੱਥੇ ਜੁੱਤੀ ਲਾਊਂਗੀ, ਤੇਰੇ ਤਾਂ ਪਿੱਛੇ ਆਉਣ ਵਾਲਾ ਵੀ ਕੋਈ ਨਹੀਂ ਹੈਗਾ, ਵੀ ਤੇਰੀ ਤਾਂ ਕਿਸਮਤ ਹੀ ਸ਼ੁਰੂ ਤੋਂ ਖਰਾਬ ਆ। ਅਤੇ ਜਦੋਂ ਮੈਂ ਕੰਪਿਊਟਰ ਕੋਰਸ ਕਰਦੀ ਹਾਂ ਤਾਂ ਮੇਰੀ ਜ਼ਿੰਦਗੀ ਵਿੱਚ ਨਰਿੰਦਰ ਆਉਂਦਾ ਆ, ਅਤੇ ਮੈਂ ਆਪਣੀ ਮਾਤਾ ਨੂੰ ਦੱਸਦੀ ਹਾਂ, ਮੈਂ ਕਿਹਾ ਇੱਦਾਂ ਮੇਰੀ ਜ਼ਿੰਦਗੀ ਵਿੱਚ ਇੱਦਾਂ ਮੁੰਡਾ ਆ। ਮਾਤਾ ਕਹਿੰਦੀ ਮੈਂ ਉਹਨੂੰ ਮਿਲਣਾ ਚਾਹੁੰਦੀ ਹਾਂ, ਅਤੇ ਮੇਰੇ ਘਰ ਆਉਣ ਲੱਗ ਪੈਂਦੇ ਆ, ਮੇਰੀ ਮਾਤਾ ਨੂੰ ਮਿਲਦੇ ਆ, ਅਤੇ ਉਸ ਤੋਂ ਬਾਅਦ ਮੇਰੀ ਮਾਤਾ ਨੂੰ ਇੱਦਾਂ ਸੀ ਕਿ ਮੁੰਡਾ ਚੰਗਾ ਆ, ਚਲੋ ਤੁਹਾਡਾ ਵਿਆਹ ਕਰ ਦਿੱਤਾ ਜਾਵੇ, ਕਿ ਮੇਰੀ ਮਾਤਾ ਨੂੰ ਸ਼ੂਗਰ ਦੀ ਪ੍ਰੋਬਲਮ ਹੁੰਦੀ ਆ, ਅਤੇ ਇਹਦਾ ਹੱਥ ਫੜ ਕੇ ਕਹਿੰਦੀ ਆ, ਕਹਿੰਦੀ ਵੀ ਤੂੰ ਇਹਦੇ ਨਾਲ ਵਿਆਹ ਕਰਵਾ ਲਈ, ਇਹਦਾ ਤੂੰ ਖਿਆਲ ਰੱਖੀ, ਨਾਲੇ ਇਹਦਾ ਹੱਥ ਚੁੰਮਦੀ ਆ। ਪਰ ਮੇਰੀ ਮਾਂ ਦਾ ਇਹ ਵੀ ਸੁਪਨਾ ਪੂਰਾ ਨਹੀਂ ਹੋ ਸਕਿਆ, ਮੈਨੂੰ ਹੱਥੀਂ ਆਪਣੇ ਤੋਰ ਵੀ ਨਹੀਂ ਸਕੀ। ਉਸ ਟਾਈਮ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਕਾਲ ਕੀਤੀ ਕਿ ਮਾਤਾ ਵੈਂਟੀਲੇਟਰ 'ਤੇ ਆ, ਉਹਨਾਂ ਨੇ ਸਾਥ ਤਾਂ ਕੀ ਦੇਣਾ ਸੀਗਾ, ਉਹਨਾਂ ਨੇ ਫੋਨ ਸਵਿੱਚ ਆਫ ਕਰ ਲਿਆ। ਉਹ ਤੋਂ ਬਾਅਦ ਮੇਰੀ ਮਾਤਾ ਦੀ ਡੈਥ ਹੋ ਜਾਂਦੀ ਆ, ਮੈਨੂੰ ਸਾਰੇ ਕੰਨ ਲੱਪ ਹੈ ਕਿ ਹਾਂ ਹੁਣ ਤਾਂ ਇਹਨੇ ਭੱਜ ਜਾਣਾ, ਹੁਣ ਇਹਨੇ ਭੱਜ ਕੇ ਵਿਆਹ ਕਰਵਾ ਲੈਣਾ। ਮੈਂ ਕਿਹਾ ਮੈਂ ਕਾਹਤੋਂ ਭੱਜੂਗੀ, ਮੇਰੀ ਮਾਤਾ ਦੀ ਹਲੇ ਡੈਥ ਹੋਈ ਨੂੰ ਕਿੰਨਾ ਟਾਈਮ ਹੋ ਗਿਆ, ਈਵਨ ਕਿ ਮੈਂ ਹਲੇ 1.25 ਮਹੀਨਾ ਪਾਉਣਾ ਚਾਹੁੰਦੀ ਸੀ ਆਪਣੇ ਵਿਆਹ ਲਈ, ਪਰ ਲੋਕਾਂ ਨੇ ਮਾਹੌਲ ਹੀ ਇੱਦਾਂ ਦਾ ਪੈਦਾ ਕਰ ਦਿੱਤਾ, ਮੈਨੂੰ ਇਹ ਕਿਹਾ ਕਿ ਇਹਦੇ ਲੱਛਣ ਨਹੀਂ ਸਹੀ ਹੈਗੇ, ਮਤਲਬ ਇੱਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਕਿ ਮਾਤਾ ਦੀ ਡੈਥ ਤੋਂ 13 ਦਿਨ ਬਾਅਦ ਵਿਆਹ ਕਰਨਾ ਪਿਆ। ਮਤਲਬ ਉਹ ਮੇਰਾ ਵਿਆਹ ਵੀ ਇੱਦਾਂ ਦਾ ਹੋਇਆ ਕਿ ਵਿਆਹ 'ਚ ਕੋਈ ਚਾਅ ਵੀ ਪੂਰਾ ਨਹੀਂ ਹੋਇਆ, ਮੈਨੂੰ ਆਪਣੀ ਕੋਈ ਪਸੰਦ ਦੀ ਚੂੜਾ, ਆਪਣਾ ਪਸੰਦ ਦਾ ਸੂਟ ਲੈਣਾ, ਉਹ ਵੀ ਨਸੀਬ ਨਹੀਂ ਹੋਇਆ। ਯਾਨੀ ਕਿ ਜਦੋਂ ਮੈਰਿਜ ਸਾਡੀ ਹੋ ਜਾਂਦੀ ਆ, ਇਹ ਹਜੇ ਪਾਣੀ ਬਾਰ ਕੇ ਅੰਦਰ ਹੀ ਜਾਂਦੀ ਆ, ਇਹਨੂੰ 1-2 ਜਾਣੀਆਂ ਉੱਥੇ ਵਿੱਚ ਉਹ ਤਾਨਾ ਦਿੱਤਾ ਉਹਨਾਂ ਨੇ ਕਿ ਨਸ਼ੇ ਕਰਦਾ ਵਿਹਲੜ ਹੈ, ਇਹਨੇ ਕੰਮ ਨਹੀਂ ਕਰਨਾ, ਇਹ ਕਿੱਥੇ ਤੂੰ ਫਸ ਗਈ ਹੈ, ਇਹਦੇ ਨਾਲ ਤੂੰ ਵਿਆਹ ਕਰਾ ਕੇ ਤੂੰ ਪਛਤਾਉਣਾ ਆ, ਇਹਨੇ ਦੇਖੀ ਤੂੰ 1 ਕੋਨੇ 'ਤੇ ਲੰਮੀ ਪਈ ਰਹੀ, ਉੱਥੇ ਸੜਦੀ ਰਹੀ, ਮਤਲਬ ਹਲੇ ਪਾਣੀ ਭਰ ਕੇ ਅੰਦਰ ਹੀ ਗਈ ਸੀਗੀ। ਉਸ ਦਿਨ ਮੈਨੂੰ ਇਹ ਚੀਜ਼ਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਸੀ, ਮਤਲਬ ਇਹ ਚੀਜ਼ਾਂ ਮੇਰੇ ਦਿਮਾਗ 'ਤੇ, ਇੱਕ ਤਾਂ ਮੇਰੀ ਮਦਰ ਦੀ ਡੈਥ ਹੋਈ ਸੀ, ਉੱਪਰ ਦੀ ਲੋਕਾਂ ਨੇ ਮੈਨੂੰ ਆਹ ਗੱਲਾਂ ਕਹਿਣੀਆਂ, ਇਹਨਾਂ ਮੈਨੂੰ ਦਿਮਾਗੀ ਟੈਨਸ਼ਨ ਹੋਣੀ, ਮੈਂ ਅੰਦਰ ਬੈਠੀ ਨੇ ਇਕੱਲੀ ਨੇ ਰੋਂਦੀ ਰਹਿਣਾ, ਇਹਨੂੰ ਪੁੱਛਣਾ ਕੀ ਗੱਲ ਹੋਈ, ਪਰ ਮੈਂ ਦੱਸਣਾ ਨਾ ਕਿ 28 ਮਈ ਜਦੋਂ ਸਿੱਧੂ ਮੂਸੇਵਾਲਾ ਮਾਰਿਆ 29 ਮਈ ਨੂੰ ਨਾ, ਉਹ ਤੋਂ 1 ਦਿਨ ਪਹਿਲਾਂ ਸ਼ਾਮ ਨੂੰ 5 ਵਜੇ ਸਾਡਾ ਐਕਸੀਡੈਂਟ ਹੋ ਜਾਂਦਾ। ਮੈਂ ਅਤੇ ਮੇਰਾ ਹਸਬੈਂਡ ਨਰਿੰਦਰ ਅਸੀਂ ਨਾ ਅਲਟੋ K10 ਵਿੱਚ ਜਾ ਰਹੇ ਸੀ, ਅਤੇ ਮੋਰੇ ਸਕਾਰਪੀਓ ਆ ਰਹੀ ਸੀਗੀ ਓਵਰ ਸਪੀਡ ਵਿੱਚ, ਦੋਵਾਂ ਗੱਡੀਆਂ ਦੀ ਟੱਕਰ ਹੋ ਜਾਂਦੀ ਹੈ, ਸਾਡੀ ਅਲਟੋ ਦੀ ਸਕਾਰਪੀਓ ਦੇ ਨਾਲ ਫਰੰਟ ਸ਼ੀਸ਼ਾ ਹੁੰਦਾ ਉਹ ਟੁੱਟ ਜਾਂਦਾ ਆ, ਅਤੇ ਉਹ ਜਿਹੜਾ ਸ਼ੀਸ਼ਾ ਟੁੱਟਣ ਦੇ ਨਾਲ ਮਤਲਬ ਮੇਰੀ ਅੱਖਾਂ ਦੇ ਵਿੱਚ ਵੱਜਦਾ, ਪਰ ਮੈਨੂੰ ਪਹਿਲਾਂ ਨਹੀਂ ਪਤਾ ਹੁੰਦਾ ਕਿ ਉਹ ਮੇਰੀ ਅੱਖਾਂ ਦੇ ਵਿੱਚ ਪੈ ਜਾਂਦਾ, ਅਤੇ ਮੈਂ ਆਪਣਾ ਸਰੀਰ ਚੈੱਕ ਕਰਦੀ ਹਾਂ। ਉਸ ਟਾਈਮ ਮੈਨੂੰ ਪਹਿਲਾਂ ਤਾਂ ਇੱਦਾਂ ਲੱਗਾ ਕਿ ਸ਼ਾਇਦ ਮੈਂ ਖਤਮ ਹੋ ਚੁੱਕੀ ਹਾਂ, ਅਤੇ ਮੈਂ ਉਹਨਾਂ ਨੂੰ ਕਹਿੰਦੀ, ਮੈਂ ਕਿਹਾ ਮੇਰੀ ਅੱਖਾਂ ਨਹੀਂ ਖੁੱਲ ਰਹੀਆਂ, ਮੇਰੀ ਅੱਖਾਂ ਨੂੰ ਕੀ ਹੋਇਆ। ਸ਼ਾਇਦ ਉਹ ਲੋਕ ਹੌਸਲਾ ਦੇਣ ਲਈ ਮੈਨੂੰ ਇੱਦਾਂ ਕਹਿ ਦਿੰਦੇ ਆ, ਕਹਿੰਦੇ ਕੋਈ ਨਾ ਕੁੜੀ ਟੈਨਸ਼ਨ ਵਾਲਾ, ਤੇਰੇ ਜਿਹੜੇ ਸੱਟ ਲੱਗੀ ਉਹ ਨਾ ਖੂਨ ਤੇਰੀਆਂ ਅੱਖਾਂ ਦੇ ਵਿੱਚ ਪੈ ਗਿਆ ਆ, ਅਤੇ ਪਰ ਫਿਰ ਵੀ ਮੈਨੂੰ ਨਾ ਇੰਨਾ ਹੁੰਦਾ, ਮੈਨੂੰ ਇਹ ਹੁੰਦਾ ਕਿ ਮੈਂ ਛੇਤੀ ਅੱਖ ਖੋਲਾਂ, ਮੈਂ ਆਪਣੇ ਹਸਬੈਂਡ ਨੂੰ ਦੇਖਾਂ ਉਹ ਕਿੱਥੇ ਆ, ਮਤਲਬ ਮੇਰੀ ਅੱਖਾਂ ਦੇ ਵਿੱਚ ਬੇਸ਼ੱਕ ਹਨੇਰਾ ਛਾ ਜਾਂਦਾ। ਫਿਰ ਵੀ ਉਸ ਟਾਈਮ ਮੈਂ ਆਪਣੇ ਹਸਬੈਂਡ ਨੂੰ ਇਹ ਗੱਲ ਪੁੱਛਦੀ, ਨਰਿੰਦਰ ਤੁਸੀਂ ਠੀਕ ਆ? ਤੁਸੀਂ ਦੇਖ ਸਕਦੇ ਮੇਰੇ ਫੇਸ 'ਤੇ ਉਸ ਬਿਲਕੁਲ 40
क्योंकि तुहानू पता अपने अख विच इक मिट्टी भी चल जाए कि दर्द पैंदा आ किन्नी चोट पैंदी मेरी अखा विच तो कच चल गया सी मतलब जिहड़ी अखा बिल्कुल फट गईयां सी दोवें मेरीयां अखा ਇਹ ਥੱਲੇ ਲੇਟਣ ਲੱਗ ਪਈ ਇੱਦਾਂ ਇਹਦੇ ਸਿਰ ਫੜ ਲਿਆ ਆਪਣੀਆਂ ਅੱਖਾਂ ਫੜ ਲਈਆਂ ਲੇਟਣ ਲੱਗ ਪਈ ਲੱਤਾਂ ਮਾਰਨ ਲੱਗ ਪਈ ਕਹਿੰਦੀ ਮੇਰੇ ਜ਼ਹਿਰ ਦਾ ਟੀਕਾ ਲਵਾ ਦੇ ਮੇਰੇ ਤੋਂ ਦੁੱਖ ਨਹੀਂ ਸਹਿ ਹੁੰਦਾ ਅੱਖਾਂ ਦਾ ਵੀ ਇਹ ਸਭ ਤੋਂ ਭੈੜਾ ਦੁੱਖ ਆ ਨਿੰਦਰ ਮੈਂ ਤੇਰੇ ਪੈਰ ਫੜਦੀ ਹਾਂ ਮੇਰੇ ਜ਼ਹਿਰ ਦਾ ਟੀਕਾ ਲਵਾ ਦੇ ਮੈਂ ਸੋਚਦੀ ਸੀ ਰੱਬਾ ਵਿੱਦੂ ਮੇਰੀ ਲੱਤ ਤੋੜ ਦਿੰਦਾ ਮੇਰੀ ਬਾਹ ਤੋੜ ਦਿੰਦਾ ਪਰ ਮੈਨੇ ਅੱਖਾਂ ਦੇ ਸੱਟ ਨਾ ਲਾਉਂਦਾ ਵੀ ਦੋਵਾਂ ਅੱਖਾਂ ਤੇ ਕਦੀ ਸੱਟ ਨਾ ਲਾਉਂਦਾ ਕਿਉਂਕਿ ਦੁਨੀਆ ਦੇਖੇ ਵੀ ਨਾ ਬੰਦੇ ਨੂੰ ਬਹੁਤ ਔਖਾ ਹੁੰਦਾ ਮੈਂ ਆਪਣੇ ਆਪ ਨੂੰ ਦੇਖਣ ਨੂੰ ਤਰਸਦੀ ਹੁੰਦੀ ਸੀ ਮੈਂ ਕਹਿੰਦਾ ਮੈਂ ਆਪਣੇ ਹਸਬੈਂਡ ਨੂੰ ਦੇਖਣ ਆਇਆ ਇਹਦਾ ਪੱਟੀਆਂ ਦੋਨੇ ਅੱਖਾਂ ਦੀਆਂ ਪੱਟੀਆਂ ਖੋਲਦੀਆਂ ਤੇ ਇਹਨੂੰ ਕਹਿੰਦੇ ਬੇਟਾ ਇਹ ਕਿੰਨੇ ਆ ਇਹ ਕਹਿੰਦੀ ਨਹੀਂ ਦੱਸਦਾ ਇਹ ਕਿੰਨੇ ਆ ਵੀ ਉਂਗਲਾਂ ਕੀਤੀਆਂ ਇੱਕ ਦੋ ਕਹਿੰਦੀ ਨਹੀਂ ਦੱਸਦਾ ਫਿਰ ਉਹਨਾਂ ਨੇ ਟੌਰਚ ਮਾਰੀ ਵੀ ਬੇਟਾ ਟੌਰਚ ਦੱਸਦੀ ਆ ਇਹ ਕਹਿੰਦੀ ਨਹੀਂ ਦੱਸਦਾ ਉਸ ਟਾਈਮ ਉਹ ਜਾਣੇ ਕਹਿ ਲਓ ਕਿ ਵੀ ਭਾਜੀ ਮੇਰੀ ਹੱਸਦੀ ਬੱਸਦੀ ਜਿਹੜੀ ਦੁਨੀਆ ਸੀ ਨਾ ਸਾਰੀ ਉੱਜੜ ਗਈ ਮੈਂ ਕਰਾਉਂਦਾ ਰਿਹਾ ਇਲਾਜ ਜਿੱਦਾਂ ਵੀ ਸੀ ਔਖਾ ਸੌਖਾ ਮੈਂ ਕਰਾਉਂਦਾ ਰਿਹਾ ਜਦੋਂ ਮੇਰੇ ਬਿਲਕੁਲ ਹੱਥ ਖੜੇ ਹੋ ਗਏ ਮੈਂ ਘਰ ਵੀ ਵੇਚਿਆ ਜ਼ਮੀਨ ਗਹਿਣੇ ਰੱਖੀ ਆਪਣੀ ਜਿਵੇਂ ਕਈ ਮੇਰੇ ਮੈਨੂੰ ਮਿਲਦੇ ਮੈਨੂੰ ਉਲਟਾ ਇਹ ਕਹਿ ਦਿੰਦੇ ਤੇਰੀ ਤਾਂ ਕਿਸਮਤ ਏ ਮਾੜੀ ਆ ਤੂੰ ਤਾਂ ਜੰਮੀ ਪੁੱਠਿਆਂ ਪੈਰਾਂ ਵਾਲੀ ਸੀਗੀ ਤੈ ਤਾਂ ਆਪਣੇ ਮਾਂ ਪੇ ਦਾ ਪਹਿਲਾਂ ਤਲਾਕ ਕਰਵਾ ਦਿੱਤਾ ਫਿਰ ਮਾਂ ਲੈ ਲਈ ਹੁਣ ਤੂੰ ਇੱਥੇ ਆ ਕੇ ਆਪਣੀ ਨਿਗਾਹ ਲੈ ਲਈ ਤੂੰ ਜਿੱਦਾਂ ਦੀ ਜੰਮੀ ਆ ਤੇਰੇ ਆਹੀ ਦੁੱਖ ਰਹੇ ਭੱਲੇ ਇਹ ਚੀਜ਼ਾਂ ਕਰਕੇ ਮੈਨੂੰ ਹੋਰ ਜ਼ਿਆਦਾ ਦੁਖੀ ਕੀਤਾ ਜਾਂਦਾ ਵੀ ਤੂੰ ਕਿੰਨਾ ਕੁ ਚਿਰ ਇਹਨੂੰ ਲਈ ਫਿਰੂੰਗਾ ਐਵੇਂ ਕਹਿੰਦੇ ਘੜੀਸੀ ਫਿਰਦਾ ਅੰਨੀ ਨੂੰ ਇਹ ਤੋਂ ਚੰਗਾ ਤੂੰ ਇਹਨੂੰ ਕਿਤੇ ਖੜੀ ਕਰਕੇ ਚੱਲ ਜਾ ਉਹਨੂੰ ਕਿਹੜਾ ਪਤਾ ਲੱਗਣਾ ਆ ਇੱਕ ਦੋ ਦਿਨ ਰਹੂਗੀ ਆਪੇ ਲੈ ਜਾਊਂਗੇ ਅਨਾਥ ਆਸ਼ਰਮ ਵਾਲੇ ਵੀ ਤੂੰ ਆਪਣਾ ਵਿਆਹ ਕਰਵਾ ਲਾ ਇਹ ਕਹਿੰਦਾ ਨਹੀਂ ਕਹਿੰਦਾ ਵੀ ਇਹਦੀ ਮਾਤਾ ਨਾਲ ਪ੍ਰੋਮਿਸ ਕੀਤਾ ਸੀ ਵੀ ਸਾਡਾ ਪਿਆਰ ਵੀ ਆ ਵੀ ਜਦ ਤੱਕ ਮੇਰੇ ਸਾਹ ਚੱਲਦੇ ਆ ਵੀ ਮੈਂ ਨਹੀਂ ਸਾਥ ਛੱਡਣਾ ਹੈਗਾ ਤੇ ਮੈਂ ਇਹਨੂੰ ਨਿੰਦਰ ਨੂੰ ਕਹਿੰਦੀ ਹੁੰਦੀ ਮੈਂ ਕਿਹਾ ਤੂੰ ਮੇਰਾ ਸੱਚੀ ਸਾਥ ਛੱਡ ਜੂੰਗਾ ਮੈਨੂੰ ਨਿੰਦਰ ਕਹਿੰਦਾ ਹੁੰਦਾ ਜੇ ਇਹਦੀ ਜਗ੍ਹਾ ਤੇ ਮੇਰੀ ਸੱਟ ਲੱਗੀ ਹੁੰਦੀ ਤੂੰ ਮੇਰਾ ਸਾਥ ਛੱਡ ਦਿੰਦੀ ਮੈਂ ਕਿਹਾ ਨਹੀਂ ਮੈਂ ਤੇਰਾ ਸਾਥ ਕਦੀ ਨਾ ਛੱਡਦੀ ਅੱਜ ਦੇਖ ਲਓ 13 ਮਹੀਨੇ ਹੋਏ ਗਏ ਇੱਕ ਇੱਕ ਕਰਕੇ ਸਾਰਿਆਂ ਨੇ ਮੇਰਾ ਸਾਥ ਛੱਡ ਦਿੱਤਾ ਅੱਜ ਮੇਰਾ ਹਸਬੈਂਡ ਹੀ ਆ ਮੇਰੇ ਨਾਲ ਆ ਜਿਹੜਾ ਮੈਨੂੰ ਲਈ ਫਿਰਦਾ ਇਵਨ ਕਿ ਹਰ ਚੀਜ਼ ਲਈ ਮੈਂ ਤੇ ਡਿਪੈਂਡ ਆ ਜਦੋਂ ਨਹਾਉਣਾ ਹੁੰਦਾ ਆ ਟਾਇਲਟ ਬਾਥਰੂਮ ਜਾਣਾ ਹੁੰਦਾ ਖਾਣਾ ਕੱਪੜੇ ਬਦਲਨੇ ਹੁੰਦੇ ਹਰ ਚੀਜ਼ ਲਈ ਮੈਂ ਤੇ ਡਿਪੈਂਡ ਆ ਇਵਨ ਕਿ ਸਾਰਾ ਕੁਝ ਮੇਰਾ ਕਰਕੇ ਫਿਰ ਕੰਮ ਤੇ ਵੀ ਜਾਣਾ ਹੁੰਦਾ ਆ ਰਾਤ ਨਾਈਟ ਸ਼ਿਫਟ ਲਾਣੀ ਹੁੰਦੀ ਆ ਸਵਿਗੀ ਤੇ ਕੰਮ ਕਰਦੇ ਆ ਪਾਰਟ ਟਾਈਮ ਤੇ ਅੱਜ ਇਦਾਂ ਆ ਮਤਲਬ ਜੇ 50 ਰੁਪਏ ਵੀ ਲਿਆਉਂਦੇ 100 ਰੁਪਏ ਵੀ ਲਿਆਉਂਦੇ ਪਰ ਮੈਨੂੰ ਦੇਖਦਾ ਨਹੀਂ ਮੈਨੂੰ ਹੱਥ ਤੇ ਜ਼ਰੂਰ ਰੱਖਣਾ ਮੈਂ ਕਹਿੰਦਾ ਮੈਨੂੰ ਕਿਹੜਾ ਦੇਖਦਾ ਮੈਨੂੰ ਇਹਨੇ ਕੋਈ ਨਾ ਤੈਨੂੰ ਇੱਕ ਦਿਨ ਜ਼ਰੂਰ ਦਿਖੂਗਾ ਮੈਨੂੰ ਕਹਿੰਦਾ ਹੁੰਦਾ ਮੈਂ ਕਿਹਾ ਰੁਪਿੰਦਰ ਤੂੰ ਗਹਿਣੇ ਨੋਟ ਹਨਾ ਵੀ ਕਿੰਨੇ ਲੈ ਕੇ ਆਇਆ ਇਹ ਕਹਿੰਦੇ ਮੈਨੂੰ ਕਿਹੜਾ ਦੱਸਦਾ ਮੈਂ ਕੋਈ ਨਾ ਤੂੰ ਦੇਖ ਫਿਰ ਇਹਦਾ ਦੇਖੂਗੀ ਮੈਨੂੰ ਆਈਡੀ ਇਹਨਾਂ ਦੱਸੂਗੀ 200 ਆ 250 ਆ ਇਹਨੂੰ ਜਾਣ ਕੇ ਕਹਿ ਲਓ ਕਿ ਵੀ ਰੋਟੀ ਆਪਣੇ ਖਿਲਾ ਕੇ ਦਵਾਈਆਂ ਵੀ ਦੇਣੀਆਂ ਹੁੰਦੀਆਂ ਡਰੌਪ ਵੀ ਪਾਉਣੇ ਹੁੰਦੇ ਆ ਫਿਰ ਮੈਂ ਨਾਈਟ ਭਾਜੀ ਰਾਤ ਨੂੰ ਕੰਮ ਕਰਦਾ ਆ ਸਵਿਗੀ ਦੇ ਤੇ ਆਪਣੇ ਰੈਪੀਟੋ ਤੇ ਮੈਂ ਇਹਦੀ ਰੋਟੀ ਤੱਤੀ ਠੰਡੀ ਕਿਤੇ ਹੋ ਚਾਹੇ ਗੁਰਦੁਆਰੇ ਹੋ ਕਹਿ ਲਿਓ ਕਿਤੇ ਵੀ ਮਿਲ ਗਈ ਮੈਂ ਤੱਤੀ ਠੰਡੀ ਲਿਆ ਕੇ ਇੱਦਾਂ ਇਹਨੂੰ ਖਿਲਾ ਕੇ ਤੇ ਫਿਰ ਮੈਂ ਦਵਾਈ ਖਿਲਾਉਣੀ ਬਹੁਤ ਔਖ ਲੱਗਦਾ ਕਈ ਵਾਰੀ ਜਦੋਂ ਡਾਕਟਰਾਂ ਨੂੰ ਉੱਥੇ ਨਾ 1.5 ਲੱਖ ਦਾ ਬਿੱਲ ਬਣਾਇਆ ਤਾਂ ਮੈਂ ਇਹਨਾਂ ਨੂੰ ਪੁੱਛਦੀ ਹਾਂ ਮੈਂ ਕਿਹਾ ਤੁਸੀਂ ਇੰਨੇ ਪੈਸੇ ਕਿੱਥੋਂ ਲਿਆ ਕਹਿੰਦਾ ਮੈਂ ਜਿੱਥੋਂ ਮਰਜ਼ੀ ਲਿਆਇਆ ਹੋਣਾ ਮੈਂ ਕਿਹਾ ਆਪਣੇ ਘਰ ਤੇ ਇੰਨੇ ਪੈਸੇ ਪਏ ਨਹੀਂ ਸੀ ਨਾ ਆਪਣੇ ਕੋਲ ਇੰਨਾ ਸੋਨਾ ਸੀਗਾ ਵੀ ਨਾ ਆਪਣੇ ਕੋਲ ਇੰਨੀ ਕਮਾਈ ਦਾ ਕੋਈ ਸਾਧਨ ਸੀਗਾ ਜਿਹੜਾ ਤੁਸੀਂ 1.5 ਲੱਖ ਲੈ ਆਓਗੇ ਵੀ ਤੁਸੀਂ ਲਿਆਏ ਕਿਤੇ ਕੋਈ ਚੀਜ਼ ਵੇਚੀ ਕੁਛ ਗਿਰਵੀ ਰੱਖੇ ਨਹੀਂ ਨਹੀਂ ਬਸ ਮੈਂ ਇੱਦੀ ਆਪਣੇ ਕਿਸੇ ਜਾਣ ਪਛਾਣ ਵਾਲੇ ਤੋਂ ਫੜ ਲਿਆ ਕਈ ਵਾਰ ਰਾਤ ਨੂੰ ਨਾ ਘੁੰਮਦੇ ਰਹਿੰਦੇ ਪਰੇਸ਼ਾਨ ਹੁੰਦੇ ਰਹਿੰਦੇ ਮੈਨੂੰ ਲੱਗਦਾ ਰਹਿੰਦਾ ਵੀ ਕੋਈ ਪਰੇਸ਼ਾਨੀ ਆ ਮੈਂ ਕਹਿੰਦਾ ਦੱਸੋ ਤੁਹਾਨੂੰ ਕਿਹੜੀ ਪਰੇਸ਼ਾਨੀ ਮੈਂ ਤੁਹਾਨੂੰ ਮੇਰੀ ਸੋਹਣ ਵੀ ਦੱਸੋ ਤਾਂ ਮੈਨੂੰ ਇਹਨਾਂ ਦੱਸਣਾ ਕਿ ਮੈਨੂੰ ਉਹ ਜਿਹੜੇ ਵਿਆਜੂ ਪੈਸੇ ਫੜੇ ਆ ਉਹਨਾਂ ਦਾ ਵਿਆਜ ਵੱਡ ਵੱਡ ਖਾਂਦਾ ਉਹ ਲੋਕਾਂ ਦੇ ਜਦੋਂ ਨਾ ਇੱਕ ਵਾਰੀ ਮੇਰੇ ਕੋਲ ਬੈਠੇ ਮੇਰੇ ਸਾਹਮਣੇ ਉਹਨਾਂ ਦਾ ਕਾਲ ਆ ਗਿਆ ਤੇ ਉਹ ਵਿਆਜ ਲੇਟ ਹੋ ਗਿਆ ਸੀ ਉਹ ਕਹਿੰਦੇ ਵਿਆਜ ਵੀ ਦੇ ਦਿਓ ਨਹੀਂ ਤਾਂ ਅਸੀਂ ਤੁਹਾਡਾ ਵੀ ਘਰ ਤੇ ਕਬਜ਼ਾ ਕਰ ਲੈਣਾ ਨਹੀਂ ਤਾਂ ਸਾਨੂੰ ਅੱਧਾ ਘਰ ਆਪਣਾ ਦੇ ਦਿਓ ਮੈਂ ਕਿਹਾ ਤੁਸੀਂ ਮੇਰੇ ਲਈ ਇੰਨਾ ਨਾ ਸਹਿੰਦੇ ਮੈਂ ਕਿਹਾ ਇਦੋਂ ਰੱਬ ਮੈਨੂੰ ਮੌਤ ਹੀ ਦੇ ਦਿੰਦਾ ਵੀ ਇੰਨਾ ਕੁਛ ਸਾਡਾ ਸਾਰਾ ਕੁਛ ਜਾਂਦਾ ਲੱਗਾ ਵੀ ਮੇਰੀ ਨਿਗਾਹ ਵੀ ਹਜੇ ਜਾਂਦੀ ਲੱਗੀ ਉਹ ਵੀ ਨਹੀਂ ਆਈ ਹੈਗੀ ਬੰਦੇ ਨੂੰ ਹੌਸਲਾ ਹੁੰਦਾ ਚਲੋ ਆਪਾਂ ਸਾਰਾ ਕੁਛ ਇਹ ਗਹਿਣੇ ਰੱਖਿਆ ਹੈ ਨਜ਼ਰੀ ਆ ਜਾਵੇ ਇੱਕ ਇਨਸਾਨ ਠੀਕ ਹੋ ਜਾਵੇ ਚਲ ਮੈਨੂੰ ਇਹ ਆ ਕਿ ਇੱਕ ਅੱਖ ਦੀ ਨਜ਼ਰ ਆ ਜਾਵੇ ਮੈਂ ਆਪਣੇ ਆਪ ਜੋਗੀ ਹੋ ਜਾਵਾਂ ਵੀ ਮੈਂ ਇਹਨਾਂ 'ਤੇ ਭਾਰ ਨਾ ਬਣਾਏ ਆਪਣਾ ਕੰਮ ਕਰ ਸਕਾਂ ਜ਼ਿੰਦਗੀ 'ਚ ਇਹ ਟਾਈਮ ਆ ਗਿਆ ਕਿ ਮੈਂ ਤਾਂ ਹੁਣ ਕਿਸੇ ਗੁਰੂ ਘਰ ਵੀ ਨਹੀਂ ਜਾਂਦੀ ਮੈਨੂੰ ਇਹ ਸੀਗਾ ਕਿ ਮੈਂ ਇਹਨਾਂ ਗੁਰੂਆਂ ਨੂੰ ਪਹਿਲਾਂ ਪੀਰਾਂ ਨੂੰ ਬਹੁਤ ਮੰਨਦੀ ਹੁੰਦੀ ਸੀਗੀ ਮੈਨੂੰ ਵਿਸ਼ਵਾਸ ਉੱਠ ਗਿਆ ਮੈਂ ਕਿਹਾ ਤੁਸੀਂ ਚਲੋ ਠੀਕ ਆ ਮੈਂ ਮੰਨਦੀ ਹਾਂ ਮੇਰੀ ਇਸ ਐਕਸੀਡੈਂਟ 'ਚ ਜਾਨ ਬਚਾਈ ਪਰ ਮੇਰੀ ਇੱਕ ਅੱਖ ਬਚ ਜਾਂਦੀ ਮੇਰੀ ਦੋਵਾਂ ਅੱਖਾਂ ਤਾਂ ਜਾਂਦੀ ਲੱਗੀ ਨਾ ਮੈਂ ਹੁਣ ਜੀਂਦਿਆਂ 'ਚ ਨਾ ਮੈਂ ਮਰਿਆਂ 'ਚ ਨਜ਼ਰ ਤੋਂ ਬਿਨਾਂ ਬੰਦਾ ਕਿਹੜਾ ਨਜ਼ਰ ਤੋਂ ਬਿਨਾਂ ਜ਼ਿੰਦਗੀ ਨਰਕ ਆ ਮੈਂ ਰੱਬ ਨੂੰ ਇਹੀ ਕਹਿੰਦੀ ਕਿ ਬਚਪਨ 'ਚ ਤੁਸੀਂ ਮੈਨੂੰ ਇੰਨੇ ਦੁੱਖ ਦਿੱਤਾ ਰੱਬਾ ਮੈਨੂੰ ਧੱਕੇ ਦਰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ ਕਦੀ ਇਸ ਘਰ ਤੋਂ ਇੱਥੇ ਚੱਲ ਗਈ ਉਹਨਾਂ ਨੇ ਨਹੀਂ ਚੱਲਿਆ ਦੂਸਰੇ ਘਰ ਚੱਲ ਗਈ ਉਹਨਾਂ ਨੇ ਚੱਲਿਆ ਉੱਧਰ ਚੱਲ ਗਈ ਮੈਨੂੰ ਸੀਗਾ ਚਲੋ ਸਾਰੇ ਕਹਿੰਦੇ ਵਿਆਹ ਤੋਂ ਬਾਅਦ ਤੇਰੀ ਜ਼ਿੰਦਗੀ ਵਧੀਆ ਹੋਊਗੀ ਚੰਗਾ ਘਰ ਵਾਲਾ ਮਿਲ ਜੂਗਾ ਮੈਂ ਕਿਹਾ ਮਿਲ ਗਿਆ ਪਰ ਕਰਮ ਉਹ ਵੀ ਮੇਰੇ ਨਾਲ ਹੀ ਰਹੇ ਵੀ ਕਰਮ ਮੇਰੇ ਮਾੜੇ ਸੀਗੇ ਮੈਂ ਕਹਿੰਦਾ ਮੈਂ ਆਪਣੇ ਪਤੀ ਨੂੰ ਦੇਖੇ ਬਿਨਾਂ ਇੱਕ ਮਿੰਟ ਨਹੀਂ ਰਹਿੰਦੀ ਹੁੰਦੀ ਸੀ ਮੈਂ
मैं थोड़े लिए बोझ है, तुम ब्याह करवा लो भी है ना, तुम करवा सकते मैं छड़ दो जिस भी हालात में जो मेरी किस्मत हो रब ने लिखा देखी जाओ। पर वो कहते नहीं बे मैं प्यार तेनू किया बे आखिरी सहां ते तेनू प्यार करना, मेरी वाइफ तू सी तू ही होगी उस घर च तू ही जाऊंगी तू ही रोटी पकाऊंगी उस घर में बे तेरा थां होर कोई नहीं लै सकता। मैं कहा तू ही अपने हाथों नाल रोटी पका के मैनू खिलानी आ भी जे मेरे लग जाती सट यही अखा तो फिर तू मैनू छड़ जाती तू ब्याह होर करा लेंदी कहिंदी नहीं कदे भी नहीं। फिर मैं कहा कमली तू किदां सोच लिया भी मैं होर ब्याह करा लूंगा। मैं कहा मैं मेकअप करना चाहनी हाँ, मैं कहा मैं लिपस्टिक लगाना चाहनी हाँ, जिहड़ियां कुड़ियां ब्याह तो बाद करदियां मैं शौक पूरे करना चाहनी, मैं कदों शौक पूरे करूंगी आ मेरा जो चूड़ा आ डेढ़ साल हो गए ने तो कुड़ियां इन्ने चूड़े चेंज कर दी मैं वो तक नहीं चेंज कर सकी, जिहड़े एक सुपने सीगे मतलब अखां दे सट लगन वो सारे ही सुपने मेरे उस टाइम टुट गए, मतलब अज तक मेरा कोई शौक नहीं पूरा होया। सत श्री अकाल, तुसीं देख रहे हो घंट पंजाबी, अज एक बहुत दिल नूं दहला के रख देण वाली कहानी थोड़े सामने पेश करन लग्गिआं। इह कहानी बाई नरेंद्र ते भैण रुपिंदर होरां दी आ। भैण होरां दी लव मैरिज हुंदी आ बाई होरां दे नाल, सब कुछ 6 महीने तक तां बिल्कुल सही चलदा है, पर ब्याह तों 6 महीनिआं बाद ही भैण ते बाई होरां दा एक्सीडेंट हुंदा। जिहड़ा गड्डी दा मूहरला शीशा हुंदा उह भैण होरां दी अक्खां दे विच टुट के उहदा कच्च भैण होरां दीआं अक्खां दे विच पै जांदा ते भैण होरां नूं अक्खां तों देखणों हट जांदा। इस तों पहलां दी दुखदाई घटना यह भी आ, जदों भैण होरी 1 महीने दे ही हुंदे आ तां उदों इहनां दे पिता जी दा ते इहनां दी माता जी दा तलाक हो जांदा ते भैण होरां ने अपने कदे फादर साहब दा मूँह भी नहीं देखिया, ते फिर थोड़े समय बाद ही भैण होरां दे माता जी दा दूसरा विआह कर दिता जांदा ते उत्थे भी भैण होरां नूं प्यार नहीं मिलदा। तां भैण होरी जद्दोजहद करके अपनी पढ़ाई करदे आ कि चलो चंगा मुंडा मिलेगा, ते फिर थोड़े समय बाद भैण होरां दी माता जी भी एक्सपायर हो जांदे आ ते फिर इन्हां दे चाचे ताए भैण होरां दा विआह करदे आ। आस इह सी कि चलो पहलां सुख नहीं मिलिया हुण सुख मिल जूगा, पर भैण होरी जिथे विआह के आउंदे आ बाई होरी उत्थे भी अपना घर बार बेच दिंदे आ ते अपनी जमीन गहने रख दिंदे आ इलाज लई। भैण होरां दा 1.5 साल तो इलाज चल रहा पर अखां दी रोशनी हाले तक भी वापस नहीं आई, ते भैण होरी जदों इह गल भी दसदे आ कि जदों मेरा एक्सीडेंट होया उदों मैनूं अपनी किस्मत ते यकीन नहीं हो रहा सी कि इस तरीके नाल भी मेरे नाल हो सकदा। की पिछे दी कहानी भैण रुपिंदर ते बाई नरेंद्र होरां दी, अज कहानी थोड़े रूबरू करांगे। भैने बाबा स्वागत है घंट पंजाबी ते, बाई बाबा स्वागत है घंट पंजाबी। अच्छा भैने रुपिंदर, ये कहानी की रहिंदी आ? बहुत दुख भरी कहानी आ, असीं फोटोआं थोड़ियां नाल नाल चलावांगे कि पहलां तुसीं है ना किस तरीके नाल अपनी शानो शौकत नाल किन्ने चंगे तरीके नाल दोनों जिंदगी जी रहे सी है ना, ते पिछे फिर कहानी शुरुआत किवें हुंदी आ, परिवार दे विच कौन कौन हुंदा ते किवें तुहाडे माता होरां दा तलाक हुंदा ते फिर माता होरां दा दूजा विआह किवें हुंदा, इह कहानी जरूर दस्सिओ है ना सानूं। हाँ जी, मेरी जिंदगी दी शुरुआत हुंदी आ जदों मैं 1.25 महीने दी हुंनी आ, मेरे जिहड़े फादर हुंदे ते मदर हुंदे आ उन्हां दा आपस विच तलाक हो जांदा ते उन्हां दे तलाक दा रीज़न मैं हुंदी आ, क्योंकि मेरे जो फादर सी जां उन्हां दी फैमिली सी उन्हां नूं मुंडा चाहीदा सी, मैं नहीं चाहीदी सी क्योंकि मैं एक कुड़ी पैदा हुंनी आ, इसलिए जदों 1.25 महीने दे हुंदे मैनूं ते मेरी माँ नूं घर तों कढ दित्ता जांदा। अज तक ना मैं अपने फादर नूं देखिया, ना मैनू उन्हों का नाम पता सी, ना मैनू ये उन्हों की शकल पता है भी, ना मैनू कभी पे का प्यार मिलिया, मैं अज तक कभी किसी ने डैडी नहीं कहा, मैनू ये नहीं पता कि डैडी शब्द किदा कहा जाता है। तो उस तो बाद मैं नानकी आ जाती हाँ, मेरे नानके मैनु पालदे आ, ते पहलां तो मैनू नहीं पता सी क्योंकि मैं नानकी रहिंदी सी, मैनू पता नहीं सी मेरा फादर कौन है, ईवन कि मैनू कई बार ये भी नहीं पता सी कि मेरी मदर कौन है। तो हौली हौली जदों मैं सुरत संभाली जदों मैनू पता लगा, मैं अपने मम्मी डैडी नूं कभी मम्मी डैडी नहीं कहा सी, मैं अपनी मम्मी नूं भी पहलां मासी कहिंदी हुंदी सी क्योंकि मैनू पता ही नहीं सी कि वह मेरी मम्मी आ। फिर मैनू हौली हौली आले दुआले लोगों दस्सिया कि तेरी मम्मी आ, मैं फिर मैनू यह होया मैं कहा ठीक है मम्मी तो हैगी पर मेरा डैडी कौन आ, क्योंकि मेरे सर्टिफिकेटा तो डैडी का नाम चलता सी, मैं कहा नाम चलता इंसान है कौन, ये कितने आ इंसान, ये शकल भी नहीं मैं देखी, मैं कहा ये दुनिया तो है नहीं। मैं अपनी मम्मी नूं पुछना, मैं कहना मम्मी भी डैडी कितने आ, तुसी काते अलग हो गए सीगे बे, आपां उन्हां नूं मिलदे काते नहीं। मेरी मम्मी ने कहना मेरे को उस बंदे दा नाम ना लै, मैं कहना उस बंदे तो इन्ना मेरी माँ दुखी सी कि उहदा नाम तक नहीं वह लैना चाहती। मैं फिर अपनी मासी उन्हां तों पुछना, मैं कहना की गल सी, कहिंदे तू 1.25 महीने दी सी, उन्होंने इस करके तैनू छड्ड दिता सी क्योंकि उन्होंने मुंडा चाहिदा सी, वी उह नहीं चाहुंदे सीगे, इन्हां ने कहा भी सी वी चलो कुड़ी नूं रख लो, नहीं तां कुड़ी इक कुड़ी दे बहुत औखा हो जांदा जदों सिर ते पे दा साया ना होवे, उहनूं बहुत ताने मिणे सुणने पैंदे, दर दर दीआं ठोकरां खाणीआं पैंदीआं। जदों सैकिंड मैरिज भी होगी माँ दी, बगाना भी कोई नहीं, धी नूं झलदा, पुत दा की आ, पुत इधर उधर रह के भी अपना टाइम पास कर लैंदे, धी नूं बहुत औखा हो जांदा आ।
ਤੇ ਕਹਿੰਦੇ ਉਹਨਾਂ ਨੇ ਤੈਨੂੰ ਐਕਸੈਪਟ ਕਰਨ ਤੋਂ ਮਨਾ ਕਰ ਦਿੱਤਾ ਸੀਗਾ। ਉਹਨਾਂ ਨੂੰ ਇਹ ਸੀਗਾ ਵੀ ਇਹ ਸਾਡੀ ਕੁਝ ਲੱਗਦੀ ਨਹੀਂ ਵੀ ਅਸੀਂ ਨਹੀਂ ਇਹਨੂੰ ਰੱਖ ਸਕਦੇ। ਇਵਨ ਅੱਜ ਵੀ ਉਹ ਸਾਰੇ ਫੈਮਿਲੀ ਹੈਗੀ ਹੈ, ਮੈਨੂੰ ਕਈ ਦੱਸਦੇ ਕਿ ਤੇਰਾ ਫਾਦਰ ਅੱਜ ਵੀ ਜੀਦਾ, ਪਰ ਅੱਜ ਤੱਕ ਉਹਨਾਂ ਨੇ ਇੱਕ ਵਾਰ ਨਹੀਂ ਪਤਾ ਕੀਤਾ ਸਾਡੀ ਧੀ ਕਿੱਥੇ ਆ, ਸਾਡੀ ਧੀ ਠੀਕ ਆ, ਸਾਡੀ ਧੀ ਨਾਲ ਮਿਲਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਇੰਨਾ ਜ਼ਿਆਦਾ ਬੇਰਹਿਮ ਉਹ ਲੋਕੀ ਸੀਗੇ ਅਤੇ ਮੈਂ ਆਪਣੀ ਮਾਂ ਨੂੰ ਪੁੱਛਣਾ, ਮੈਂ ਕਹਿੰਦਾ ਕੀ ਗੱਲ ਹੋ ਗਈ ਸੀ? ਕਈ ਵਾਰ ਮੈਂ ਉਦੀ ਹੱਸਦੀ ਨੇ ਮਾਤਾ ਨੂੰ ਕਹਿ ਦੇਣਾ, ਮੈਂ ਕਹਿੰਦਾ ਮਾਤਾ ਮੈਂ ਤੈਨੂੰ ਛੱਡ ਕੇ ਮੈਂ ਆਪਣੇ ਫਾਦਰ ਕੋਲ ਚਲ ਜਾਣਾ। ਮਾਤਾ ਕਹਿੰਦੀ ਉਹਨਾਂ ਕੋਲ ਕਦੀ ਜਾਈ ਵੀ ਨਾਮ ਵੀ ਨਾ ਲਵੀ ਵੀ ਤੂੰ, ਮੈਂ ਤੈਨੂੰ ਦੱਸ ਨਹੀਂ ਸਕਦੀ ਵੀ ਕਿਹੋ ਜਿਹਾ ਸਾਡਾ ਰਿਸ਼ਤਾ ਸੀਗਾ ਵੀ ਜਿਹਨਾਂ ਨੇ ਤੈਨੂੰ ਛੋਟੀ ਹੁੰਦੀ ਨੂੰ ਨਹੀਂ ਝੱਲਿਆ, ਹੁਣ ਉਹ ਤੈਨੂੰ ਝੱਲ ਲੈਣਗੇ। ਮਤਲਬ ਅੱਜ ਤੱਕ ਮੈਨੂੰ ਪੇ ਦਾ ਪਿਆਰ ਨਹੀਂ ਮਿਲਿਆ, ਮੈਨੂੰ ਉਹ ਚੀਜ਼ਾਂ ਨੇ ਮੈਨੂੰ ਅੰਦਰੋਂ ਤੋੜਿਆ ਹੋਇਆ ਆ। ਮਤਲਬ ਅੰਦਰੋਂ ਮੈਂ ਉਸ ਚੀਜ਼ ਨਾਲ ਬਹੁਤ ਜ਼ਿਆਦਾ ਕਈ ਵਾਰ ਦੁਖੀ ਰਹਿੰਦੀ ਹਾਂ ਕਿ ਇੱਕ ਮਾਂ ਮੈਨੂੰ ਜੇ ਦੇਖਿਆ ਜਾਵੇ ਤਾਂ ਮਾਂ ਦਾ ਵੀ ਪਿਆਰ ਨਹੀਂ ਮਿਲਿਆ, ਕਿਉਂਕਿ 16-17 ਸਾਲ ਦੀ ਉਮਰ ਤੱਕ ਮੈਂ ਨਾਨਕੀ ਰਹੀ ਹਾਂ ਅਤੇ ਮੇਰੀ ਮਾਤਾ ਦੀ ਸੈਕਿੰਡ ਮੈਰਿਜ ਹੋ ਜਾਂਦੀ ਆ। ਅਤੇ ਉਸ ਤੋਂ ਬਾਅਦ ਜਦੋਂ ਮੈਂ 15-16 ਸਾਲ ਦੀ ਉਮਰ ਹੁੰਦੀ ਆ ਤਾਂ ਮੈਨੂੰ ਅਗਲੀ ਸਟੱਡੀ ਦੇ ਲਈ ਮੇਰੀ ਮਾਤਾ ਕੋਲ ਛੱਡ ਦਿੱਤਾ ਜਾਂਦਾ ਆ, ਪਰ ਉੱਥੇ ਵੀ ਸੇਮ ਰਿਪੀਟ ਹੁੰਦਾ, ਜੋ ਪਿਆਰ ਮਿਲਣਾ ਚਾਹੀਦਾ ਸੀ ਫਾਦਰ ਦਾ ਮੈਨੂੰ ਬਚਪਨ ਤੋਂ ਨਹੀਂ ਮਿਲਿਆ, ਉਹ ਮੈਨੂੰ ਉੱਥੇ ਵੀ ਜਾ ਕੇ ਨਹੀਂ ਮਿਲਿਆ। ਕਿਉਂਕਿ ਮੈਂ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀਗੀ, ਪੜ੍ਹਨ ਦਾ ਮੈਨੂੰ ਬੜਾ ਸ਼ੌਂਕ ਸੀ, ਮੈਂ ਪੜ੍ਹ ਕੇ ਕੁਛ ਬਣਨਾ ਚਾਹੁੰਦੀ ਸੀ, ਪਰ ਮੈਨੂੰ ਉੱਥੇ ਪੜ੍ਹਨ ਲਿਖਣ ਨਹੀਂ ਦਿੱਤਾ ਜਾਂਦਾ ਸੀ। ਮੈਂ ਕਦੀ ਕਦੀ ਨਾ ਕੋਠੇ 'ਤੇ ਲੋਕ ਕੇ ਪੜ੍ਹਨਾ, ਕਈ ਵਾਰ ਮੈਂ ਕਿਤਾਬਾਂ ਲੈ ਕੇ ਖੇਤਾਂ 'ਚ ਚਲ ਜਾਂਦੀ ਹੁੰਦੀ ਸੀ, ਮੈਂ ਖੇਤਾਂ ਵਿੱਚ ਬਹਿ ਕੇ ਪੜ੍ਹਨਾ ਕਿ ਨਹੀਂ ਮੈਂ ਪੜ੍ਹਨਾ ਤਾਂ ਪੜ੍ਹਨਾ ਹੀ ਆ। ਮਤਲਬ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਵੀ ਮੈਂ ਆਪਣੀ ਜ਼ਿੰਦਗੀ ਦੀ ਨਾ ਗ੍ਰੈਜੂਏਸ਼ਨ ਕੰਪਲੀਟ ਕਰ ਲਈ ਸੀ। ਮੈਨੂੰ ਲੋਕਾਂ ਦੇ ਤਾਨੇ ਮਿਹਣੇ ਸੁਣਨ ਨੂੰ ਮਿਲਦੇ ਸੀ ਕਿ ਤੇਰਾ ਕੌਣ ਆ, ਤੂੰ ਵਿਆਹ ਤੋਂ ਬਾਅਦ ਕਿੱਥੇ ਆਇਆ ਕਰੂੰਗੀ, ਤੂੰ ਵਿਆਹ ਤੋਂ ਬਾਅਦ ਕਿੱਥੇ ਜੁੱਤੀ ਲਾਊਂਗੀ, ਤੇਰੇ ਤਾਂ ਪਿੱਛੇ ਆਉਣ ਵਾਲਾ ਵੀ ਕੋਈ ਨਹੀਂ ਹੈਗਾ, ਵੀ ਤੇਰੀ ਤਾਂ ਕਿਸਮਤ ਹੀ ਸ਼ੁਰੂ ਤੋਂ ਖਰਾਬ ਆ। ਮਤਲਬ ਇਹ ਚੀਜ਼ ਮੈਨੂੰ 1.25 ਮਹੀਨੇ ਤੋਂ ਲੈ ਕੇ ਮੈਨੂੰ ਆਪਣੀ ਜ਼ਿੰਦਗੀ ਦੇ ਹੁਣ ਤੱਕ ਉਹ ਚੀਜ਼ਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਅਤੇ ਉਸ ਤੋਂ ਬਾਅਦ ਇੱਦਾਂ ਹੁੰਦੀ ਆ ਕਿ ਮੈਂ ਕੰਪਿਊਟਰ ਕੋਰਸ ਕਰਨ ਲੱਗ ਜਾਂਦੀ ਹਾਂ, ਅਤੇ ਜਦੋਂ ਮੈਂ ਕੰਪਿਊਟਰ ਕੋਰਸ ਕਰਦੀ ਹਾਂ ਤਾਂ ਮੇਰੀ ਜ਼ਿੰਦਗੀ ਵਿੱਚ ਨਰਿੰਦਰ ਆਉਂਦਾ ਆ ਅਤੇ ਅਸੀਂ ਆਪਸ ਵਿੱਚ ਗੱਲ ਕਰਦੇ ਹਾਂ, ਅਤੇ ਮੈਨੂੰ ਇਹਨਾਂ ਦਾ ਸੁਭਾਅ ਬਹੁਤ ਵਧੀਆ ਲੱਗਦਾ ਆ। ਅਤੇ ਮੈਂ ਆਪਣੀ ਮਾਤਾ ਨੂੰ ਦੱਸਦੀ ਹਾਂ, ਮੈਂ ਕਿਹਾ ਇੱਦਾਂ ਮੇਰੀ ਜ਼ਿੰਦਗੀ ਵਿੱਚ ਇੱਦਾਂ ਮੁੰਡਾ ਆ। ਮਾਤਾ ਕਹਿੰਦੀ ਮੈਂ ਉਹਨੂੰ ਮਿਲਣਾ ਚਾਹੁੰਦੀ ਹਾਂ, ਅਤੇ ਮੇਰੇ ਘਰ ਆਉਣ ਲੱਗ ਪੈਂਦੇ ਆ, ਮੇਰੀ ਮਾਤਾ ਨੂੰ ਮਿਲਦੇ ਆ, ਇਹਨਾਂ ਦਾ ਮੇਰੀ ਮਾਤਾ ਨੂੰ ਬਹੁਤ ਵਧੀਆ ਰਿਲੇਸ਼ਨਸ਼ਿਪ ਹੋ ਜਾਂਦਾ। ਇੱਕ ਮਦਰ ਦਾ ਜਾਂ ਇੱਕ ਮੁੰਡੇ ਦਾ ਹੁੰਦਾ ਆਪਸ ਵਿੱਚ ਰਿਲੇਸ਼ਨਸ਼ਿਪ, ਜੋ ਇੱਦਾਂ ਹੋ ਜਾਂਦਾ ਆ ਜਦੋਂ ਮੇਰੀ ਮਾਤਾ ਨੇ ਕਿਤੇ ਦਵਾਈ ਲੈਣ ਜਾਣਾ ਜਾਂ ਕੋਈ ਵੀ ਕੰਮ ਹੋਣਾ, ਮੇਰੀ ਮਾਤਾ ਨੇ ਇਹਨਾਂ ਨੂੰ ਕਾਲ ਕਰਨੀ, ਇਹਨਾਂ ਨੇ ਆ ਜਾਣਾ, ਅਤੇ ਮੈਨੂੰ ਤਾਂ ਮੇਰੀ ਮਾਤਾ ਨੂੰ ਪੂਰਾ ਜਾਣੀ ਕਿ ਸਪੋਰਟ ਸੀਗਾ, ਕਿਉਂਕਿ ਨਾ ਮੇਰਾ ਕੋਈ ਭੈਣ ਸੀ ਨਾ ਕੋਈ ਮੇਰਾ ਭਰਾ ਸੀਗਾ। ਮਤਲਬ ਮੇਰੀ ਮਾਤਾ ਦੇ ਕੋਈ ਰਿਸ਼ਤੇਦਾਰ ਕਾਲ ਨਹੀਂ ਕਰਦਾ ਹੁੰਦਾ ਸੀ, ਕੋਈ ਸਾਨੂੰ ਸਪੋਰਟ ਨਹੀਂ ਕਰਦਾ ਹੁੰਦਾ ਸੀ। ਅਤੇ ਉਸ ਤੋਂ ਬਾਅਦ ਮੇਰੀ ਮਾਤਾ ਨੂੰ ਇੱਦਾਂ ਸੀ ਕਿ ਮੁੰਡਾ ਚੰਗਾ ਆ, ਚਲੋ ਤੁਹਾਡਾ ਵਿਆਹ ਕਰ ਦਿੱਤਾ ਜਾਵੇ, ਵੀ ਤੁਸੀਂ ਛੇਤੀ ਤੋਂ ਛੇਤੀ ਵਿਆਹ ਕਰਾ ਲਓ, ਕਿਉਂਕਿ ਮੈਂ ਠੀਕ ਨਹੀਂ ਰਹਿੰਦੀ, ਜਿੱਦਣ ਮੇਰੀ ਡੈਥ ਹੋ ਗਈ ਵਿਪਿੰਦਰ ਤੈਨੂੰ ਕਿਹਨੇ ਝੱਲਣਾ, ਤੂੰ ਕਿੱਥੇ ਜਾਊਂਗੀ ਤਾਂ ਧੱਕੇ ਖਾਣੇ ਆ, ਵੀ ਪਹਿਲਾਂ ਵੀ ਤੈਨੂੰ ਪਤਾ ਹੀ ਆ ਕਿਸੇ ਨੇ ਨਹੀਂ ਝੱਲਿਆ, ਤੂੰ ਧੱਕੇ ਖਾਂਦੀ ਸੀਗੀ। ਮੈਂ ਕਿਹਾ ਮੰਮੀ ਤੈਨੂੰ ਕੀ ਹੋਣ ਲੱਗਾ ਇੰਨੀ ਛੇਤੀ, ਤੂੰ ਕਿੱਥੇ ਚੱਲੀ ਆ? ਹਾਂਜੀ, ਉਹ ਤੋਂ ਬਾਅਦ ਇੱਦਾਂ ਹੁੰਦੀ ਆ ਕਿ ਮੇਰੀ ਮਾਤਾ ਨੂੰ ਸ਼ੂਗਰ ਦੀ ਪ੍ਰੋਬਲਮ ਹੁੰਦੀ ਆ ਅਤੇ ਉਹਨਾਂ ਦੀ ਸਿਹਤ ਇੱਕਦਮ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ। ਉਸ ਟਾਈਮ ਮੈਂ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਦੀ ਹਾਂ ਕਿ ਮਾਤਾ ਨੂੰ ਹੋਸਪਿਟਲ ਲੈ ਕੇ ਜਾਣਾ, ਕੋਈ ਨਹੀਂ ਮੇਰੇ ਨਾਲ ਖੜਦਾ, ਤਾਂ ਮੈਂ ਨਰਿੰਦਰ ਨੂੰ ਕਾਲ ਕਰਦੀ, ਮੈਂ ਕਿਹਾ ਮਾਤਾ ਇੱਦਾਂ ਇੱਦਾਂ ਹੋ ਗਈ ਆ। ਕਹਿੰਦਾ ਕੋਈ ਗੱਲ ਨਹੀਂ, ਮੈਂ ਹੁਣੇ ਆਉਣਾ ਆ। ਇਹ ਮੇਰੇ ਨਾਲ ਆ ਜਾਂਦਾ, ਸਾਨੂੰ ਬਲਾਚੌਰ ਤੋਂ ਨਵਾਂਸ਼ਹਿਰ ਤੋਂ ਜਵਾਬ ਮਿਲ ਜਾਂਦਾ, ਕਿਉਂਕਿ ਮੇਰੀ ਮਾਤਾ ਨੂੰ ਸਾਹ ਲੈਣ 'ਚ ਪ੍ਰੋਬਲਮ ਹੁੰਦੀ, ਅਸੀਂ ਇੱਥੇ PGI ਆ ਜਾਂਦੇ ਹਾਂ। ਅਤੇ ਇੱਥੇ ਵੀ ਡਾਕਟਰਾਂ ਨੇ ਮਤਲਬ ਪਤਾ ਨਹੀਂ ਕੀ ਕਿਹਾ ਮਾਤਾ ਬਾਰੇ, ਸਿਰਫ ਨਰਿੰਦਰ ਨੂੰ ਪਤਾ ਸੀ, ਇਹਨੇ ਮੈਨੂੰ ਇੱਕ ਵਾਰ ਨਹੀਂ ਦੱਸਿਆ ਕਿ ਮਾਤਾ ਨੂੰ ਡਾਕਟਰ ਕਹਿੰਦੇ ਵੀ ਥੋੜ੍ਹੇ ਪਰਸੈਂਟ ਚਾਂਸ ਆ, ਪਰ ਸ਼ਾਇਦ ਕਿਤੇ ਨਾ ਕਿਤੇ ਮਾਤਾ ਨੂੰ ਵੀ ਦੇਖਦਾ ਸੀ ਵੀ ਮੈਂ ਹੁਣ ਬਚਣਾ ਨਹੀਂ। ਅਤੇ ਇਹਦਾ ਹੱਥ ਫੜ ਕੇ ਕਹਿੰਦੀ ਆ, ਕਹਿੰਦੀ ਵੀ ਤੂੰ ਇਹਦੇ ਨਾਲ ਵਿਆਹ ਕਰਵਾ ਲਈ, ਇਹਦਾ ਤੂੰ ਖਿਆਲ ਰੱਖੀ, ਨਾਲੇ ਇਹਦਾ ਹੱਥ ਚੁੰਮਦੀ ਆ। ਜਦੋਂ ਇਹ ਚੀਜ਼ ਸੁਣਦੇ ਸੀ ਕਿ ਨਹੀਂ ਮਾਤਾ ਤੈਨੂੰ ਕੁਛ ਨਹੀਂ ਹੋਣਾ, ਅਸੀਂ ਵਿਆਹ ਕਰਵਾ ਲੈਣਾ, ਵੀ ਇੱਕ ਗੱਲ ਤਾਂ ਕਹੀ ਵੀ ਉਹਨੂੰ ਹੌਂਸਲਾ ਹੋ ਜਾਵੇ, ਉਹ ਇੱਕ ਬਿਮਾਰ ਸੀ ਵੀ ਸ਼ਾਇਦ ਉਹ ਉੱਠ ਖੜੇ ਇੱਕਦਮ, ਤਾਂ ਉਹਨੂੰ ਇੰਨਾ ਮਤਲਬ ਇਹ ਚੀਜ਼ ਦੀ ਖੁਸ਼ੀ ਹੋਈ। ਮੇਰੀ ਮਾਤਾ ਪਈ ਪਈ ਲੰਮੀ ਉੱਠ ਕੇ ਬੈਠ ਗਈ ਸੀਗੀ, ਉਹਨੂੰ ਇਹ ਸੀ ਮੇਰੀ ਧੀ ਦਾ ਹੁਣ ਵਿਆਹ ਹੋ ਜਾਣਾ, ਉਹਨੂੰ ਇੱਕੋ ਹੀ ਸੁਪਨਾ ਸੀ ਮੇਰੇ ਜੀਂਦੇ ਜੀਂਦੇ ਮੇਰੀ ਧੀ ਦਾ ਵਿਆਹ ਹੋ ਜਾਵੇ। ਪਰ ਮੇਰੀ ਮਾਂ ਦਾ ਇਹ ਵੀ ਸੁਪਨਾ ਪੂਰਾ ਨਹੀਂ ਹੋ ਸਕਿਆ, ਮੈਨੂੰ ਹੱਥੀਂ ਆਪਣੇ ਤੋਰ ਵੀ ਨਹੀਂ ਸਕੀ, ਵਿਆਹ ਵੀ ਨਹੀਂ ਕਰ ਸਕੀ, ਕਿਉਂਕਿ ਉਹਦੀ ਇੱਕੋ ਹੀ ਧੀ ਸੀ, ਮੈਨੂੰ ਇਹ ਧੀ ਮੰਨਦੀ ਸੀ, ਮੈਨੂੰ ਇਹ ਪੁੱਤ ਮੰਨਦੀ ਸੀ। ਫਿਰ ਮੈਂ 5-6 ਦਿਨ ਇੱਥੇ ਇੱਕ ਪੁੱਤ ਬਣ ਕੇ ਆਪਣੀ ਦਿਨ ਰਾਤ ਆਪਣੀ ਮਾਂ ਦੀ ਸੇਵਾ ਕੀਤੀ ਵੀ ਸ਼ਾਇਦ ਮੇਰੀ ਮਾਂ ਨੂੰ ਹੋਸ਼ ਆ ਜਾਵੇ, ਮੇਰੀ ਮਾਂ ਠੀਕ ਹੋ ਜਾਵੇ, ਕਿਉਂਕਿ ਮੈਨੂੰ ਵੀ ਪਤਾ ਸੀਗਾ ਮੇਰਾ ਸਹਾਰਾ ਕੋਈ ਨਹੀਂ ਹੈਗਾ, ਜੇ ਮੇਰੀ ਮਾਂ ਨੂੰ ਕੁਛ ਹੋ ਗਿਆ ਮੈਂ ਕਿੱਥੇ ਜਾਊਂਗੀ, ਮੈਨੂੰ ਕਿਸੇ ਨੇ ਨਹੀਂ ਝੱਲਣਾ ਹੈਗਾ। ਉਸ ਟਾਈਮ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਕਾਲ ਕੀਤੀ ਕਿ ਮਾਤਾ ਵੈਂਟੀਲੇਟਰ 'ਤੇ ਆ, ਉਹਨਾਂ ਨੇ ਸਾਥ ਤਾਂ ਕੀ ਦੇਣਾ ਸੀਗਾ, ਉਹਨਾਂ ਨੇ ਫੋਨ ਸਵਿੱਚ ਆਫ ਕਰ ਲਿਆ। ਉਸ ਤੋਂ ਬਾਅਦ ਮੇਰੀ ਮਾਤਾ ਦੀ ਡੈਥ ਹੋ ਜਾਂਦੀ ਆ। ਬਾਈ ਨਰਿੰਦਰ, ਤੁਸੀਂ ਦੱਸਦੇ
उन्होंने डॉक्टर ने सानू यही कहा से कहिंदे भी 10-15% चांस आ भी इन्हां दा जिहड़ा साह आ बहुत तेज़ चलता भी धड़कन भी बहुत ज़्यादा वधी आ भी इन्हां दी शुगर भी वधी हुई आ। मैं चलो फिर इनू कुछ नहीं दसिया जिदा डॉक्टर ने सानू कहा भी इन्हों जिन्ना हो सकता छेती तो छेती तुसी पी जी आई होस्पिटल लै जाओ। असी चलो एंबूलेंस करते हैं असी पी जी आई होस्पिटल आ जाने उस तो बाद जाने कह लो कि भी डॉक्टर उन्होंने एडमिट कर लेंगे जो एडमिट हो जाते तो फिर जाने के भी माता दे कोल मैं इदा जाना आ वो मेरा हाथ फड़दी है साडा जिदा कहिंदी भी मेरी धी का ख्याल रखी भी इहदा ना कोई भैण आ ना कोई भरा आ भी मैं कहा माता तुसी बैची हैं तुहानू की होण लगा भी तुसी अपने हत्थी ब्याह करना आ है ना इदा का कुछ नहीं हुंदा तुसी आप तो रोओगे भी तुसी ठीक हो जाना आ। फिर चलो इन्नी गल हुंदी आ मैं कहा कोई नहीं मैं ख्याल रखूँगा भी मैरिज असीं इकट्ठिया नहीं करवाउणी आ। फिर उस तो बाद माता होनी वेंटीलेटर ते जाने के 6वें दिन उन्हां दी डैथ हो जाती है। अच्छा। जदों डैथ हुंदी आ मैं ये सोच के हैरान सी मैं कहा भी मैं इनू किदां दसांगा जाने के भी इन मैं किदां दसूँगा भी इन्हें बहुत ज़्यादा टेंशन लै जानी आ क्योंकि इनू एक मदर का ही सहारा सी इहदा कोई नहीं सी ना पे सी ना भरा। फिर जदों डॉक्टरां तों सारा कुछ डैड बॉडी असीं जमा करा दिंदे आ फिर उस तो बाद एक सर्टिफिकेट हुंदा डैथ दा सानू वह मिल जाता आ। इनू आके मैं दसदा कहिंदी किदां मम्मी किदां आ मैं कहा भी नहीं रहे वो दुनिया से भी वह है नहीं गए। फिर चलो भाजी ये एकदम बेहोश हो जाती है जदों ये बेहोश होंगी आ फिर एक बारी तो यह कह लो इनू शौक लग जाता ये होर ही गल्ला जाने के करन लग पैंदी आ भी तू कौन आ है ना कुछ नहीं होया मेरी मम्मी नू हसन लग पैंदी उच्ची उच्ची हस्पताल। हाँ जी जाने की उच्ची उच्ची रौला जाने की कोई गल ना इधर दी उधर दी ना जाने के भी उच्ची उच्ची हसन लग पैंदी आ तू कौन आ तू मजाक करदा मेरे नाल। मैं कहा नहीं रुपिंदर मैं मजाक नहीं करदा। फिर बस डॉक्टरां नू दिखाउने आ ये बेहोश हो जाती है फिर इनू होश आउंदा आ हौली हौली चलो असी फिर भाजी इतों डैड बॉडी लैके असी पेंड चल जाने इन्हां दे। हाँ जी फिर पेंड जाने कह लो कि भी उत्थे फिर संस्कार हुंदा आ संस्कार तो बाद थोड़े दिन बाद ही जाने के उत्थे कह लो कि भी साडा फिर शुरू हो जाती है भी उत्थे ये रौला पै जांदा भी इन्हें हुण भज जाना आ कुड़ी ने भी इहनूं लैके भज जाना मुंडे ने। मैं कहा नहीं भी भज्जण वालिआं चों नहीं हैगे असी भज्जणा नहीं हैगा भी मैं उहनूं ब्याह के लैके जाऊँगा इज्जत नाल क्योंकि माता जी उहनां नूं तां पता सीगा क्योंकि किसी घर के होर मैमली जिन्हें कि फैमिली मैंबर किसी नूं नहीं सी पता। फिर इन्हां दे एक कह लो कि भी होर भी बंदे विच पाए पर साडा जाने के जिहड़ी आ उह गल सिरे नहीं चढ़ी। फिर इन्हां दे एक ताया जी आ केयर सिंह उन्हां दा नाम आ जिहड़ी मैरिज हुई है ये उन्हां दे करके ही हुई है पर उन्होंने साडी बहुत हैल्प की जाने के मैरिज करन दे विच उन्होंने सारी रिश्ते की गल की उन्होंने साडा ब्याह करवाया। सब तो वध मेरे करैक्टर ते सवाल उठाएगा जो मेरी माता दी है ना डैड बॉडी असीं घर लैके आउंदे हजे पैर रखे ही हुंदा मैनू नहीं पता सी घर का माहौल इन्ना ज़्यादा चेंज हो चुका है सारे मेरे करैक्टर ते उंगली उठाउण लग पैंदे ए मुंडा कौन है उत्थे की करन आया सीगा ए क्यों लैके आई तू तू सानू नहीं कॉल कर सकदी सी। मैं कहा मैनू पता सी तुसीं किसी ने नहीं खड़ना भी वह मेरे नाल खड़ा आ बस फिर मैनू सारे कहण लग पै कि हाँ हुण तां इहने भज जाणा हुण इहने भज के ब्याह करवा लैणा। मैं कहा मैं कातों भजूंगी मेरी माता दी हले डैथ होई नूं किन्ना टाइम हो गया ईवन कि मैं हले सवा महीना पाउणा चाहती सी अपने ब्याह लई पर लोगों ने माहौल ही इदा का पैदा कर दिता मैंने ये कहा कि ये लक्षण नहीं सही है मतलब इदा का माहौल पैदा कर दिता कि मैं माता की डैथ तो 13 दिन बाद ब्याह करना पिया मतलब वो मेरा ब्याह भी इदा का होया कि ब्याह च कोई चा भी पूरा नहीं होया मैंने अपनी कोई पसंद की चूड़ा अपना पसंद का सूट लेना भी वह भी नसीब नहीं होया भी जिदा का हालात साडा ब्याह होया उदा के हालात रब किसी का ब्याह ना करे भी मतलब बहुत सारिया योजना तोहमत लग गई सी कि खड़े पैर साडा ब्याह करना पियागा लोग मतलब इतों तक लोगों ने कोशिश की कि उतों छ के चल जाए इनू डराउण धमकाउण की कोशिश की मतलब मेरी माता का संस्कार करके आए थे मैं घर च बैठी से सारे लोग मेरे ते चढ़ गए मेरे मैनू सवाल पूछन लग पे मेरे तू उंगली उठाउण लग पै भी तू सही नहीं हैगी तू जिहड़ा मुंडे नू सद्दिया तुसी दसो एक मेरी माता नू पता सीगा साडा रिश्ता माता ने अपने हत्थी किया जे वह बंदा मेरा साथ दे रहा सी मेरे नाल खड़ा सी इहदे विच उहने की गलत किया उहने कुछ गलत तो नहीं किया जो मेरा साथ छड्ड के चल जाता फिर सही सीगा। इस चीज़ लई मैनू बड़ा अपने मतलब आले दुआले दुनिया दे विच इह चीज़ बड़ी फेस करनी पई। मैं जे माँ जी दी हुंदी अपने मूहों बयान दिंदी जो मेरी मदर की डैथ हो गई तो लोगों ने मेरे करैक्टर से उंगलियां उठाउणियां शुरू कर दित्तियां तो उस टाइम साड़ी एक मैरिज जो लव मैरिज की आस मैनू बिल्कुल खत्म हुंदी नज़र आ रही थी क्योंकि मैनू लगता सी कि हुण साड़ी लव मैरिज नहीं हो पाउणी हैगी ते निंदर तो इलावा मेरा कोई होर सहारा भी नहीं सीगा मैनू पता सी मैं कित्थे जाऊँगी इत्थे मैनू बिल्कुल किसी ने झलना नहीं हैगा। तो उस टाइम मैनू इदां सीगा कि मेरे सुसाइड के थॉट भी आन लग पए सीगे दिल विच मैनू ये सीगा कि मैं सुसाइड कर लवां भी जे साड़ी मैरिज ना होई तो मैं की करूँगी शायद मैं मर जाती जे उस टाइम साडे मतलब मेरे रिश्ते ताया जी लगते उन्होंने मोहरे होकर साडा रिश्ता करवाया
ਤੇ ਉਹਨਾਂ ਦੇ ਕਰਕੇ ਸਾਡੀ ਲਵ ਮੈਰਿਜ ਹੋਈ। ਉਸ ਟਾਈਮ ਮਤਲਬ ਮੈਂ ਇੱਕ ਮੈਂਟਲੀ ਤੌਰ 'ਤੇ ਇੰਨਾ ਜ਼ਿਆਦਾ ਟੋਰਚਰ ਹੋ ਚੁੱਕੀ ਸੀਗੀ ਅਤੇ ਮੈਨੂੰ ਦੱਸਣ ਵਾਲੇ ਇਹ ਵੀ ਦੱਸਦੇ ਆ ਕਿ ਉਸ ਟਾਈਮ ਤੂੰ ਬੇਹੋਸ਼ ਹੋ ਗਈ ਸੀ, ਕਹਿੰਦੇ ਤੂੰ ਇੱਕ ਘੰਟਾ ਬੇਹੋਸ਼ ਰਹੀ ਸੀਗੀ ਅਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਉਸ ਟਾਈਮ ਲੋਕਾਂ ਨੇ ਆਹ ਗੱਲ ਕਹੀ ਸੀ ਕਿ ਇਹਨੇ ਟੀਕਾ ਖਾ ਲਿਆ, ਇਹਨੇ ਜ਼ਹਿਰ ਖਾ ਲਈ ਆ। ਉਹਨਾਂ ਨੇ ਮੋਰਿਓ ਕਿਹਾ ਤੁਸੀਂ ਪਿੱਛੇ ਹਟ ਜਾਓ, ਇਹ ਡਰਾਮੇ ਕਰਦੀ ਹੈ, ਕੋਈ ਮਾਂ ਮਾਰਨ 'ਤੇ ਕੋਈ ਡਰਾਮੇ ਨਹੀਂ ਕਰਦਾ ਹੁੰਦਾ। ਕਹਿੰਦੇ ਅਸੀਂ ਤੇਰੇ ਮੂੰਹ 'ਚ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਗਲਾਸ ਚੱਕ ਕੇ ਮਾਰਿਆ ਸੀ, ਮੈਂ ਮਾਰ ਲੈਂਦੇ ਆ ਜਿਹਨੂੰ ਮਾਰ ਕੇ ਹਟਣਾ। ਉਹਦਾ ਰੱਬ ਦੀ ਕਿਸਮ ਚੰਗੀ ਸੀ ਕਿ ਇੱਕ ਘੰਟੇ ਬਾਅਦ ਮੈਨੂੰ ਹੋਸ਼ ਆ ਜਾਂਦਾ ਆ। ਅੱਛਾ ਤੇ ਭਾਈ ਤੁਹਾਨੂੰ ਇਹ ਗੱਲ ਦਾ ਇਤਰਾਜ਼ ਨਹੀਂ ਹੁੰਦਾ ਹੈਗਾ ਕਿ ਇਕੱਲੀ ਧੀ ਆ, ਹੈ ਨਾ? ਤੁਹਾਡਾ ਤਾਂ ਪਰਿਵਾਰ ਹੈਗਾ ਸੀ ਸਾਰਾ, ਹੈ ਨਾ ਜੀ? ਤੇ ਵੀ ਇਕੱਲੀ ਕੁੜੀ ਆ, ਨਾ ਇਹਦੀ ਮੰਮੀ ਆ, ਇਕੱਲੀ ਮੰਮੀ ਚੜ ਗਈ ਤਾਂ ਕੁੜੀ ਇਕੱਲੀ ਹੋ ਜੂਗੀ, ਨਾ ਇਹਦੇ ਭਰਾ ਆ, ਨਾ ਇਹਦੇ ਫਾਦਰ ਸਾਹਿਬ ਵੀ ਕੋਈ ਮਿਲਦਾ ਵਰਤਦਾ, ਹੈ ਨਾ ਜੀ? ਵੀ ਤੁਸੀਂ ਫਿਰ ਇਹਨਾਂ ਨੂੰ ਕਦੇ ਇਹ ਗੱਲ ਨਹੀਂ ਸ਼ੋਅ ਹੋਣ ਦਿੱਤੀ ਕਦੇ ਇਹ ਗੱਲ ਤੋਂ? ਮੁੰਡੇ ਅਕਸਰ ਭੱਜ ਜਾਂਦੇ ਹੁੰਦੇ ਆ ਕਿ ਪਿੱਛੇ ਬੈਕਗ੍ਰਾਊਂਡ ਨਹੀਂ ਹੈਗੀ ਕੁੜੀ ਦੀ, ਹੈ ਨਾ? ਹਾਂ ਜੀ, ਨਹੀਂ ਭਾਅ ਜੀ, ਕਦੀ ਜਾਂਦੇ ਕਹਿ ਲਓ ਕਿ ਵੀ ਮੈਂ ਇਹਨੂੰ ਅਹਿਸਾਸ ਹੀ ਨਹੀਂ ਹੋਣ ਦਿੱਤਾ। ਇੱਥੋਂ ਤੱਕ ਕੀ ਆ, ਤੁਸੀਂ ਕਹਿ ਲਓ ਕਿ ਵੀ ਜਦੋਂ, ਹੈ ਨਾ, ਮੈਰਿਜ ਹਜੇ ਯਾਨੀ ਕਿ ਜਦੋਂ ਮੈਰਿਜ ਸਾਡੀ ਹੋ ਜਾਂਦੀ ਆ, ਇਹ ਹਜੇ ਪਾਣੀ ਬਾਰ ਕੇ ਅੰਦਰ ਹੀ ਜਾਂਦੀ ਆ। ਇਹਨੂੰ ਇੱਕ ਦੋ ਜਾਣੀਆਂ ਉੱਥੇ ਵਿੱਚ ਉਹ ਤਾਨਾ ਦਿੱਤਾ, ਉਹਨਾਂ ਨੇ ਕੁੜੀਆਂ ਨੇ ਤਾਨਾ ਦਿੱਤਾ, ਕਹਿੰਦੀਆਂ ਇਹ ਤਾਂ ਫਿਰਨ ਵਾਲਾ ਆ, ਲੈ ਤੂੰ ਕਿੱਥੇ ਫਸ ਗਈ ਵਿਆਹ ਕਰਵਾ ਕੇ, ਲੈ ਦੇਖੀ ਇਹ ਕਿੱਥੇ, ਯਾਨੀ ਕਿ ਕਹਿੰਦੇ ਤੂੰ ਗਲਤੀ ਕਰ ਲਈ ਇਹ ਮੁੰਡੇ ਨਾਲ ਵਿਆਹ ਕਰਾ ਕੇ, ਇਹ ਇੱਥੋਂ ਇਹਨੂੰ ਗੱਲ ਕਹੀ ਜਾਂਦੀ ਆ। ਫਿਰ ਇਹਨੂੰ ਮੈਂ ਕਿਹਾ ਨਹੀਂ ਕੋਈ ਨਹੀਂ, ਤੂੰ ਦੇਖ ਕੋਈ ਨਹੀਂ, ਇੱਦਾਂ ਲੋਕਾਂ ਦੀ ਟੈਨਸ਼ਨ ਨਹੀਂ ਲਈਦੀ ਹੁੰਦੀ। ਲੋਕ ਬਹੁਤ ਕੁਛ ਕਹਿੰਦੇ ਆ ਜਦੋਂ ਇੱਕ ਮੈਰਿਜ ਹੁੰਦੀ ਆ, ਇਹ ਆਪਣੇ ਨਾਲ ਨਹੀਂ, ਇਹ ਪ੍ਰੋਬਲਮ ਹਰ ਇੱਕ ਨੂੰ ਫੇਸ ਕਰਨੀ ਪੈਂਦੀ ਆ। ਫਿਰ ਚਲੋ ਜਾਨੇ ਕਹਿ ਲਓ ਕਿ ਵੀ ਜਦੋਂ ਉਹਨਾਂ ਨੇ ਫਿਰ ਤਾਨੇ ਮਿਹਣੇ ਇੱਦਾਂ ਦੇਣੇ ਸ਼ੁਰੂ ਕਰ ਦਿੱਤੇ, ਤੰਗ ਕਰਨਾ ਸ਼ੁਰੂ ਕਰ ਦਿੱਤਾ, ਬਹੁਤ ਜ਼ਿਆਦਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਲੋਕਾਂ ਨੇ ਇਹਨੂੰ ਟੋਰਚਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਇਹ ਬਹੁਤ ਟੈਨਸ਼ਨ 'ਚ ਰਹਿਣਾ, ਇਹਨੇ ਘਰੇ ਇਕੱਲੀ ਨੇ ਬੈਠੀ ਰਹਿਣਾ, ਕੀ ਗੱਲਾਂ ਕਰ ਸੋਚੀ ਜਾਣਾ ਇਹਨੇ ਇਕੱਲੀ ਨੇ। ਹਾਂਜੀ, ਮੈਨੂੰ ਇੱਦਾਂ ਕਿਹਾ ਜਾਂਦਾ ਸੀ, ਕਹਿੰਦੇ ਘੁੰਮਣ ਫਿਰਨ ਵਾਲਾ ਆ, ਅਵਾਰਾ ਗਰਦੀ ਕਰਨ ਵਾਲਾ ਆ। ਮੈਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਇਹ ਨਸ਼ੇ ਕਰਦਾ, ਵਿਹਲੜ ਹੈ, ਇਹਨੇ ਕੰਮ ਨਹੀਂ ਕਰਨਾ, ਇਹ ਕਿੱਥੇ ਤੂੰ ਫਸ ਗਈ ਹੈ, ਇਹਦੇ ਨਾਲ ਤੂੰ ਵਿਆਹ ਕਰਾ ਕੇ ਤੂੰ ਪਛਤਾਉਣਾ ਆ। ਇਹਨੇ ਦੇਖੀ ਤੁਹਾਨੂੰ ਇੱਕ ਕੋਨੇ 'ਤੇ ਲੰਮੀ ਪਈ ਰਹੀ, ਉੱਥੇ ਸੜਦੀ ਰਹੀ, ਮਤਲਬ ਹਲੇ ਪਾਣੀ ਭਰ ਕੇ ਅੰਦਰ ਹੀ ਗਈ ਸੀਗੀ। ਉਸ ਦਿਨ ਮੈਨੂੰ ਇਹ ਚੀਜ਼ਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਇਹਨੇ ਤੈਨੂੰ ਕਦੀ ਟਾਈਮ ਨਹੀਂ ਦੇਣਾ ਅਤੇ ਅੱਜ ਤੱਕ ਘਰ ਨਹੀਂ ਰਿਹਾ, ਮੈਨੂੰ ਇਹ ਗੱਲਾਂ ਕਹਿੰਦੇ ਸੀਗੇ। ਮਤਲਬ ਇਹ ਚੀਜ਼ਾਂ ਮੇਰੇ ਦਿਮਾਗ 'ਤੇ, ਇੱਕ ਤਾਂ ਮੇਰੀ ਮਦਰ ਦੀ ਡੈਥ ਹੋਈ ਸੀ, ਉੱਪਰ ਦੀ ਲੋਕਾਂ ਨੇ ਮੈਨੂੰ ਆਹ ਗੱਲਾਂ ਕਹਿਣੀਆਂ, ਇਹਨਾਂ ਮੈਨੂੰ ਦਿਮਾਗੀ ਟੈਨਸ਼ਨ ਹੋਣੀ, ਮੈਂ ਅੰਦਰ ਬੈਠੀ ਨੇ ਇਕੱਲੀ ਨੇ ਰੋਂਦੀ ਰਹਿਣਾ, ਇਹਨੂੰ ਪੁੱਛਣਾ ਕੀ ਗੱਲ ਹੋਈ ਪਰ ਮੈਂ ਦੱਸਣਾ ਨਾ, ਮੈਂ ਇਕੱਲੀ ਨੇ ਰੋਂਦੀ ਰਹਿਣਾ। ਸਾਰਿਆਂ ਨੇ ਇਸ ਚੀਜ਼ ਦਾ ਵੀ ਮਜ਼ਾਕ ਉਡਾਉਣਾ ਕਿ ਉਹਨਾਂ ਦੀ ਨੂੰਹ ਤਾਂ ਇਕੱਲੀ ਅੰਦਰ ਬੈਠੀ ਪਤਾ ਨਹੀਂ ਕਾਹਤੇ ਰੋਂਦੀ ਰਹਿੰਦੀ ਹੈ, ਉਹ ਤਾਂ ਕਿਸੇ ਦੇ ਕੋਲ ਆ ਕੇ ਬਹਿੰਦੀ ਨਹੀਂ, ਜਦਕਿ ਮੈਨੂੰ ਇੱਦਾਂ ਟੋਰਚਰ ਮੈਂਟਲੀ ਕੀਤਾ ਜਾਂਦਾ ਸੀ, ਉਹ ਦਿਮਾਗ 'ਚ ਗੱਲਾਂ ਘੁੰਮਦੀਆਂ ਰਹਿੰਦੀਆਂ ਸੀ। ਇੱਕ ਗੱਲ ਇਹ ਵੀ ਆ ਕਿ ਤੁਸੀਂ ਪਿੱਛੋਂ ਪੇਕੇ ਪਰਿਵਾਰ ਦਾ ਸੁੱਖ ਵੀ ਨਹੀਂ ਦੇਖਿਆ, ਇਕੱਲੀ ਮਾਂ ਸੀ, ਹੈ ਨਾ, ਹੋਰ ਕਿਸੇ ਦਾ ਵੀ ਸੁੱਖ ਨਹੀਂ ਸੀਗਾ ਕਿ ਕੋਈ ਆ ਕੇ ਦੁੱਖ ਦਰਦ ਸੁਣ ਲੂਗਾ। ਫਿਰ ਤੁਹਾਨੂੰ ਇਹ ਲੱਗਦਾ ਕਿ ਫੈਸਲਾ ਗਲਤ ਲੈ ਲਿਆ, ਕਿ ਲੋਕ ਇਹ ਗੱਲਾਂ ਕਰਦੇ ਆ ਕਿ ਫੈਸਲਾ ਗਲਤ ਲੈ ਲਿਆ, ਹੁਣ ਮੈਂ ਕਿਉਂ, ਹੈ ਨਾ, ਇਹ ਗੱਲ ਦੱਸਾਂ ਜਾਂ ਮੈਨੂੰ ਇਹ ਲੋਕ ਕਹਿ ਰਹੇ ਆ ਵੀ ਮੈਂ ਕਿਹਦੇ ਨਾਲ ਇਹ ਗੱਲ ਸ਼ੇਅਰ ਕਰਾਂ, ਹੈ ਨਾ, ਕੋਈ ਤਾਂ ਦੁੱਖ ਸਾਂਝਾ ਕਰਨ ਵਾਲਾ ਹੋਣਾ ਚਾਹੀਦਾ, ਉਦੋਂ ਫਿਰ ਇਹ ਪਛਤਾਵਾ ਹੋਣ ਲੱਗਿਆ ਸੀ। ਬਹੁਤ ਵਾਰੀ ਇਹ ਚੀਜ਼ਾਂ ਮੇਰੇ ਦਿਮਾਗ 'ਚ ਆਉਂਦੀਆਂ ਸੀਗੀਆਂ, ਮਤਲਬ ਇੱਕ ਮਾਂ ਜਿਹੜੀ ਚੀਜ਼ ਇੱਕ ਧੀ ਦੀ ਦੁੱਖ ਸੁਣ ਸਕਦਾ ਕੋਈ ਨਹੀਂ ਸੁਣ ਸਕਦਾ, ਹੁਣ ਵੀ ਮੇਰੇ ਕਈ ਵਾਰ ਦਿਮਾਗ 'ਚ ਆਉਂਦਾ ਆ, ਕਈ ਵਾਰ ਮੇਰੇ ਇੰਨੇ ਦੁੱਖ ਹੁੰਦੇ ਮੈਂ ਕਿਹਨੂੰ ਦੱਸਾਂ, ਮੈਂ ਬਸ ਮਾਂ ਦੀ ਫੋਟੋ ਕੱਢ ਕੇ ਉਹਦੇ ਸਾਹਮਣੇ ਰੋ ਲੈਂਦੀ ਹਾਂ ਕਿ ਮਾਂ ਮੈਨੂੰ ਆਹ ਦੁੱਖ ਆ, ਮੈਂ ਕਿਸੇ ਨੂੰ ਦੱਸ ਨਹੀਂ ਸਕਦੀ। ਜੇ ਮੈਂ ਕਿਸੇ ਨੂੰ ਦੱਸਦੀ ਵੀ ਹਾਂ, ਲੋਕ ਨਾ ਉਹ ਮਜ਼ਾਕ ਉਡਾਉਂਦੇ, ਮੈਨੂੰ ਪਤਾ ਇਹ ਚੀਜ਼ ਮੈਂ ਆਪਾਂ ਦੱਸਾਂਗੇ ਵੀ ਲਵ ਮੈਰਿਜ ਤੋਂ ਬਾਅਦ ਲੋਕ ਇਹ ਕਹਿੰਦੇ ਲੈ ਤਾਂ ਮਰਜ਼ੀ ਨਾਲ ਵਿਆਹ ਕਰਵਾਇਆ ਸੀ, ਇਹ ਹੋਣਾ ਹੀ ਸੀ। ਬੇਸ਼ੱਕ ਅਰੇਂਜ ਮੈਰਿਜ 'ਚ ਵੀ ਇਹ ਚੀਜ਼ ਹੁੰਦੀ ਆ, ਪਰ ਲਵ ਮੈਰਿਜ 'ਚ ਲੋਕ ਉਂਗਲਾਂ ਉਠਾਉਂਦੇ ਆ। ਹਾਂ, ਉਸ ਟਾਈਮ ਮੇਰੇ ਦਿਮਾਗ ਵਿੱਚ ਆਇਆ ਸੀ ਵੀ ਲੋਕ ਇਸ ਤਰ੍ਹਾਂ ਕਰਦੇ, ਪਰ ਫਿਰ ਇੱਕਦਮ ਮੇਰੇ ਇਹ ਵੀ ਦਿਮਾਗ 'ਚ ਆਇਆ ਸੀ ਕਿ ਜਦੋਂ ਮੈਂ ਮੁਸ਼ਕਲ 'ਚ ਸੀ, ਉੱਥੇ PGI ਸੀ, ਮੇਰਾ ਕੋਈ ਰਿਸ਼ਤੇਦਾਰ ਨਹੀਂ ਮੇਰੇ ਨਾਲ ਖੜਾ, ਇਹੀ ਮੁੰਡਾ ਖੜਾ ਸੀ ਜਦੋਂ ਮੇਰੀ ਮਾਂ ਵੈਂਟੀਲੇਟਰ 'ਤੇ ਸੀਗਾ, ਹਰ ਖਰਚਾ ਮੇਰੀ ਮਾਂ ਦਾ ਇਹਨੇ ਕੀਤਾ ਸੀ ਵੀ ਇਹ ਇੱਦਾਂ ਨਹੀਂ ਹੋ ਸਕਦਾ। ਜਦ ਉੱਥੇ ਮੇਰੇ ਨਾਲ ਖੜ ਸਕਦਾ, ਇਹਨੂੰ ਕਿਹੜਾ ਮੇਰੇ 'ਤੇ ਕੋਈ ਲਾਲਚ ਸੀਗਾ, ਇਹਨੂੰ ਮੈਂ ਸੱਚਾਈ ਪਹਿਲਾਂ ਹੀ ਦੱਸੀ ਸੀ ਵੀ ਨਹੀਂ ਇਹ ਮੇਰਾ ਸਾਥ ਨਹੀਂ ਛੱਡੂਗਾ, ਵੀ ਹੌਲੀ ਹੌਲੀ ਮੈਨੂੰ ਸਾਰਾ ਇਹਦਾ ਪਤਾ ਲੱਗ ਜੂਗਾ। ਪਰ ਉਹ ਚੀਜ਼ ਹੋਈ ਅੱਗੇ, ਜਦੋਂ ਥੋੜ੍ਹਾ ਟਾਈਮ ਬੀਤਿਆ, ਮੈਂ ਇਹਦੇ ਬਾਰੇ ਦੇਖਿਆ ਵੀ ਮਤਲਬ ਮੈਨੂੰ ਕਦੀ ਉਹ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਮੈਂ ਇੱਦਾਂ ਸਹੁਰੇ ਪਰਿਵਾਰ ਵਿੱਚ ਰਹੀ, ਮੇਰੇ ਸਹੁਰਾ ਸਾਹਿਬ ਦੀ ਡੈਥ ਹੋ ਗਈ, ਉਹਨਾਂ ਨੇ ਮੈਨੂੰ ਹਮੇਸ਼ਾ ਧੀ ਬਣਾ ਕੇ ਹੀ ਰੱਖਿਆ। ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੂੰ ਇਹ ਨਾ ਟੈਨਸ਼ਨ ਲੈ ਵੀ ਤੈਨੂੰ ਪੇ ਦਾ ਪਿਆਰ ਨਹੀਂ ਮਿਲਿਆ, ਮੈਂ ਤੈਨੂੰ ਪੇ ਦਾ ਪਿਆਰ ਦਊਂਗਾ। ਉਹਨਾਂ ਨੇ ਕੋਈ ਵੀ ਕੰਮ ਕਰਨਾ ਪਹਿਲਾਂ ਮੈਨੂੰ ਪੁੱਛ ਕੇ ਕਰਨਾ, ਹਲੇ ਨਿੰਦਰ ਨੂੰ ਨਹੀਂ ਪੁੱਛਦੇ ਹੁੰਦੇ ਸੀ, ਮੈਨੂੰ ਪੁੱਛਦੇ ਹੁੰਦੇ ਸੀ। ਉਹਨਾਂ ਨੇ ਮੈਨੂੰ ਕਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਅਤੇ ਨਿੰਦਰ ਦਾ ਇਹ ਹੁੰਦਾ ਸੀਗਾ, ਇਹਨੇ ਹਮੇਸ਼ਾ ਇਹ ਸੋਚਿਆ ਕਿ ਜ਼ਿੰਦਗੀ 'ਚ ਆਪਾਂ ਜਦੋਂ ਵੀ ਕੋਈ ਵੀ ਕੰਮ ਕਰਨਾ ਇਕੱਠਿਆਂ ਨੇ ਕਰਨਾ, ਜਦੋਂ ਇਕੱਠਿਆਂ ਵਿੱਚ ਦਰਖਤ ਵੀ ਕੋਈ ਲਾਉਣਾ ਜਾਂ ਕੋਈ ਵੀ ਕੰਮ ਕਰਨਾ, ਈਵਨ ਕਿ ਪਾਣੀ ਲਾਉਣਾ, ਉਦੋਂ ਵੀ
हाँ जी उत्ते बहुत ज़्यादा मतलब वो मेरे एक फादर से जो उन्होंने मतलब पहला हॉस्पिटल च ना लैके घूमते रहेंगे सके मतलब उन्होंने भी पूरी सेवा की उत्तर उन्होंने हॉस्पिटल च लोगों ने कई ने यह भी कह दिया कहें तेरी धी आ मेरे सौरभ साहब कहें नहीं है मेरी धी नहीं मेरी नूँह आ पर कहते तेन सामभ दी तेरी सेवा एक धियाँ वागू कर दी है मतलब मेरे बहुत दिल के कलोज से जो उन्होंने डैथ हो जाती है मैं बहुत ज़्यादा दुख लगता है उन्होंने कैंसर हो जाता है हाँ जी उन्होंने काफ़ी इलाज करवाने पर तीन चार महीने बाद उन्होंने डैथ हो उन्होंने जाने के उत्तों कैंसर बन गया फिर भाजी उस तो बाद जाने कह लो कि भी इन्हें अंदर है ना बैठी रहना मैनू पूछना रुपिंदर तेनों की गल हुई आ भी तू चुप चुप कहते हैं इन्हें बैठी बैठी ने रोन लग जाना मैनू पूछना भी पर इन्हें जाने के भी कोई जवाब ना देना फिर मैं सोचा मैं क्या चलो भी इहदी मदर है नहीं गई हजे थोड़े दिन होए है ना भी मैरिज दे विच कोई टाइम पिया सी ना कोई भैण आ ना भरा आ इन्हें किहदे गल लग के रोना हुण साडे ते माँ बाप भी हैगे आ बहुत फर्क पैंदा भाजी इस चीज़ का मैं इनू है ना हर एक जे खूह ते जाना उत्थे नाल लै जाना जे शहर जाना उत्थे भी नाल लै जाना कई बार जे किते असीं घूमण भी जाना मैनू नाल लै जाना लोगों ने कह लो कि उदों मैनू इन्ना तंग ते परेशान किया ना जाने के मैनू कहिंदा की तू हर एक जगह ते लोगों ने कहना की हर एक जगह ते कहिंदे नाल लई फिरदा हुन्ना है ना फलाना कहिंदा तू उहनू नाल लई फिरदा आ मैं कहा यार फेक ही होया भी तुसीं इह तां नहीं देखी भी उहदी किन्नी जिंदगी विच दुख आए मैं कहा मदर है नहीं जे उहनू लै जाना लोगों की सोच इत्थों तक आ कि एक जे कुड़ी आ ना भी वह घर की चार दीवारी दे विच कैद रहे बस काम किया बैठे भी उदों एक आजादी ना हो पर मेरी सोच नहीं सी मैनू ये सीगा मैं कहा असीं काम भी करांगे जॉब भी करांगे असीं इकट्ठे करांगे मैनू हर एक जगह ते नाल लैके जाना असीं बड़ी वधिया साडी लाइफ चलदी सी फिर उस तो बाद कह लो कि भी लोगों ने यह भी ताने देने जाने के हुण जदों साडा एक्सीडेंट भी हुंदा आ ताने दित्ते कहिंदे देखिया तैनूं असीं कहिंदे सी तू इहनूं हर एक जगह ते नाल चक्की फिरदा सी घड़ीसी फिरदा सी इह तां ही एक्सीडेंट होया आ मैं कहा नहीं यार भी ये जिंदगी टाइम आ गया भी नाल जाना यदा भी की रीज़न है ना जाने कि भी गल उ भी उन्होंने यही फड़ी सी नहीं तू अपनी वाइफ नाल रखता सीगा उदे करके ही एक्सीडेंट होया तैनू कहा सी घर रख इनू घर रखी दा हुंदा जनानियां नू कैद रखी दा हुंदा कहिंदा अंदर हाँ जी जदों मेरी मदर की डैथ हो जाती है चलो एक प्यार हुंदा है बंदे जो प्यार मिल जाता मैनू खुशी सी कि चलो हुण असीं अपनी जिंदगी जीवांगे दोवें जने इकट्ठे तो वधिया जिंदगी चल रही सी चलो मैनू खुशी भी सी चलो लोगों के जिहड़े ताने मेरे गल्लां सीगियां मैं उन्होंने इगनोर करती सी क्योंकि मेरे पति नाल सीगा सब तो मेन गल हुंदी आ कि तुहाडा लाइफ पार्टनर तुहाडे नाल आ पर उदों अचानक ही मेरे है ना सौरा साहब बीमार हो जाते हैं वो मंजे पर पै जाते हैं मतलब उस चीज़ के लिए सानू मतलब बहुत ज़्यादा मुश्किल सामना करना पे एक हॉस्पिटल तो दूजे तो तीजे हॉस्पिटल मतलब हर थान पर उन्होंने दिखाया पर किस्मत माड़ी कि उन्होंने आराम नहीं आ सकिया तो तीन महीने बाद उन्होंने डैथ हो जाती है मार्च महीने उन्हों की डैथ हो जाती है जाने के साथ एक्सीडेंट तो 2 महीने पहले उन्होंने डैथ हो जाती मतलब वो दुख चो हले असं निकले ही नहीं सके थोड़ा खुद को संभाल रहे थे कि 28 मई जदों सिद्धू मूसेवाला मारिया 29 मई में है ना उस तो एक दिन पहला शाम को 5 बजे साडा एक्सीडेंट हो जाता हाँ जी मैं तो मेरा हसबैंड नरिंदर असी है ना अल्टो K10 जा रहे थे तो मोरे स्कॉर्पियो आ रही थी ओवर स्पीड में दोवें गड्डिया की टक्कर हो जाती है साड़ी अल्टो की स्कॉर्पियो के नाल टक्कर होने के नाल साड़ी गड्डी का होर तो कोई नुकसान नहीं होता जो फ्रंट शीशा हों टुट जाता है तो जो शीशा टुटन के नाल मतलब मेरी अखों के बजता पर मैनू पहला नहीं पता होंगे कि वह मेरी अखों के पै जाता क्योंकि जो मैं एकदम मोड़ जाती हूँ ना मेरी अखों के मोहरे नेरा छा जाता है बिल्कुल नेरा एक मिनट च मतलब उस टाइम मेरी अखों में कोई दर्द भी नहीं हों तो मैं अपना शरीर चैक करती हूँ उस टाइम मैंने पहला तो इदा लगा कि शायद मैं खत्म हो चुकी हाँ तो मेरे हसबैंड तो उदो होश नहीं सगा क्योंकि वो स्टेयरिंग के बच्चे आ गए थे है ना तो मैं एकदम ताकी खोलती मैं बाहर निकल जाती हाँ मतलब काफ़ी लोग उत्थे इकट्ठे हो जाते हैं तो मैं उन्होंने कहनी मैं मेरी अखा नहीं खुल रही मेरी अखा की होया शायद वो लोग हौसला देने लिए मैंने इदा कह देंगे कहते कोई ना कुड़ी टेंशन आ तेरे जो सट लगी हो ना खून तेरिया अखा के पै गया आ तो पर फिर भी मैं ना इन्ना हों मैं यह हों कि मैं छेती अख खोला मैं अपने हसबैंड को देखा वो कितने आ मतलब मेरे अखा के बेशक नेरा छा जाता फिर भी उस टाइम मैं अपने हसबैंड यह गल पुछती नरिंदर तुम ठीक है जबकि मैनू बिल्कुल नहीं देखता हों मेरे हसबैंड कहते हाँ पिंदर भी मैं तो ठीक हाँ भी पर आ तेरे नाल की रब ने भाणा परता दिता तेरे नाल की भाणा बीत गया पर मैं उस टाइम भी लगता हों मैं विश्वास नहीं हों कि यह चीज़ मेरे नाल हो सकती है मैं लोग कह रहे अखा च ब्लड है चलो ब्लड साफ हो जाना ठीक हो जाना उस तो बाद मैंने हॉस्पिटल लेके जाते फगवाड़ा बसरा हॉस्पिटल तुम देख सकते मेरे फेस से उस वेले 40 to 45 टांके लगे थे इतने सारे टोटल 45 टांके से इतने कन्न के पिछे भी मेरे टांके लगे थे जाने के पूरा फेस पाट चुका सगा मतलब मेरे अंदरों जो ब्लड के गैल्टे होंगे ना वो सारे मेरे कपड़े उस चीज़ ना भज चुके उस टाइम तो जो डॉक्टर दे जाने डॉक्टर कहते सानू एक डाउट आ भी चलो अखा का तो बाद देखा भी शायद जी तेरी नाड़ दिख रही है कन्न के पिछे भी कितने वो ना कट हो गई हो
ਵੀ ਨਹੀਂ ਤਾਂ ਸ਼ਾਇਦ ਤੇਰਾ ਮੁਸ਼ਕਲ ਹੈ ਬਚਣਾ, ਵੀ ਸ਼ਾਇਦ ਹੀ ਤੂੰ ਥੋੜ੍ਹੇ ਦਿਨ ਹੀ ਕੱਟ ਸਕੇ। ਮਤਲਬ ਉਹ ਚੀਜ਼ ਨੇ ਮੈਨੂੰ ਹੋਰ ਸ਼ੌਕ ਕਰ ਦਿੱਤਾ, ਵੀ ਮੈਂ ਕਿਹਾ ਇਹ ਕਿੱਦਾਂ ਹੋ ਸਕਦੀ ਆ। ਚਲੋ ਰੱਬ ਮੂਹਰੇ ਅਰਦਾਸ ਕੀਤੀ ਕਿ ਚੱਲ ਰੱਬਾ ਇੱਦਾਂ ਦਾ ਕੁਛ ਨਾ ਹੋਵੇ। ਅਤੇ ਉਹ ਤੋਂ ਬਾਅਦ ਮੇਰੀ MRI ਹੁੰਦੀ ਆ, ਅਤੇ ਉਹਦੇ ਵਿੱਚ 2 ਘੰਟੇ ਬਾਅਦ ਰਿਪੋਰਟ ਆਉਂਦੀ ਆ। ਅਤੇ ਉਸ ਟਾਈਮ ਦਿਲ ਧੱਕ ਧੱਕ ਕਰਦਾ ਸੀਗਾ, ਅਸੀਂ ਬੈਠੇ ਹੋਏ ਸੀ, ਮੈਨੂੰ ਦੇਖ ਤਾਂ ਬਿਲਕੁਲ ਨਹੀਂ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਮੇਰੇ ਘਰ ਹਸਬੈਂਡ ਮੈਨੂੰ ਕਿੱਥੇ ਲੈ ਕੇ ਜਾਂਦੇ ਆ, ਕਿੱਥੇ ਮੇਰਾ ਡਾਕਟਰ ਸਟਿਚਿੰਗ ਕਰਦੇ। ਮੇਰੇ ਅੱਖਾਂ ਦੇ ਮੂਹਰੇ ਬਿਲਕੁਲ ਹਨੇਰਾ ਸੀਗਾ, ਉਹ ਸਿਰਫ ਮੈਨੂੰ ਵੀਲ ਚੇਅਰ 'ਤੇ ਲੈ ਕੇ ਜਾਂਦੇ ਆ। ਜਦੋਂ ਮੇਰੇ ਅੰਦਰ ਸਟਿਚਿੰਗ ਵੀ ਹੁੰਦੀ, ਮੈਂ ਇੰਨਾ ਘਬਰਾਈ ਹੋਈ ਸੀ, ਮੈਂ ਕਿਹਾ ਮੇਰੇ ਹਸਬੈਂਡ ਨੂੰ ਬੁਲਾ ਦਿਉ, ਮੇਰਾ ਹਸਬੈਂਡ ਕੋਲ ਖੜ੍ਹੇ, ਵੀ ਬਸ ਮੈਨੂੰ ਇਹੀ ਹੌਂਸਲਾ ਵੀ ਉਹ ਮੇਰੇ ਨਾਲ ਰਹੇ, ਕਿਉਂਕਿ ਮੈਨੂੰ ਪਤਾ ਸੀਗਾ ਵੀ ਹੁਣ ਹੋਰ ਕੁਛ ਨਹੀਂ ਹੋ ਸਕਦਾ, ਇੱਕ ਹੌਂਸਲਾ ਹੀ ਆ ਵੀ ਜੋ ਹੋਣਾ ਸੀ ਉਹ ਤਾਂ ਮੇਰੇ ਨਾਲ ਹੋ ਚੁੱਕਾ ਆ। ਉਹ ਤੋਂ ਬਾਅਦ 2 ਘੰਟੇ ਬਾਅਦ ਜਦੋਂ ਰਿਪੋਰਟ ਆਉਂਦੀ ਆ, ਡਾਕਟਰ ਕਹਿੰਦੇ ਵੀ ਸਿਰ 'ਚ ਸੱਟ ਨਹੀਂ ਹੈਗੀ, ਨਾੜ ਤੇਰੀ ਕੁੜੀ ਇਹ ਬਚ ਗਈ, ਤੂੰ ਇਹ ਸ਼ੁਕਰ ਕਰ। ਪਰ ਇਸ ਦੁਰਘਟਨਾ ਦੇ ਵਿੱਚ, ਇਸ ਕਾਰ ਐਕਸੀਡੈਂਟ ਦੇ ਵਿੱਚ ਤੂੰ ਆਪਣੀ ਦੋਵਾਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੀ ਆ। ਉਸ ਟਾਈਮ ਜਦੋਂ ਇਹ ਚੀਜ਼ ਸੁਣੀ ਹੈ ਨਾ, ਮਤਲਬ ਮੈਂ ਰੋ ਵੀ ਨਹੀਂ ਸਕਦੀ ਸੀ, ਕਿਉਂਕਿ ਅੱਖਾਂ 'ਤੇ ਸੱਟ ਲੱਗ ਗਈ ਸੀਗੀ। ਇਹ ਚੀਜ਼ ਨੇ ਮੇਰੀ ਰੂਹ ਤੱਕ ਕੰਬ ਗਈ, ਮੇਰਾ ਦਿਲ ਰੋਂਦਾ ਸੀਗਾ। ਮੈਨੂੰ ਸਮਝ ਨਹੀਂ ਆਉਂਦੀ ਸੀ ਰੱਬ ਨੇ ਸੱਟ ਵੀ ਇਦਾਂ ਦੀ ਦਿੱਤੀ ਆ ਕਿ ਦਿੱਤੀ ਵੀ ਅੱਖਾਂ ਦੀ, ਤੇ ਅੱਖਾਂ ਵਿੱਚੋਂ ਮੈਂ ਅੱਥਰੂ ਵੀ ਨਹੀਂ ਲਿਆ ਸਕਦੀ, ਰੋ ਨਹੀਂ ਸਕਦੀ, ਮਨਾ ਕੀਤਾ। ਉਹ ਚੀਜ਼ ਮਤਲਬ ਇਦਾਂ ਦੀ ਮੈਨੂੰ ਅੰਦਰੋਂ ਝੰਝੋੜ ਕੇ ਰੱਖ ਦਿੱਤਾ। ਤੇ ਉਸ ਟਾਈਮ ਤੁਸੀਂ ਇਹ ਦੇਖ ਲਓ ਕਿ ਅੱਖਾਂ ਦਾ ਕੋਈ ਵੀ ਹਸਪੀਟਲ ਨਹੀਂ ਖੁੱਲ੍ਹਾ ਸੀ, ਇੱਕ ਹਸਪੀਟਲ, 2 ਹਸਪੀਟਲ, ਸਾਰੀ ਰਾਤ ਘੁੰਮਦੇ ਰਹੇ। ਮੈਂ ਦਰਦ ਨਾ ਕਰਲਾ ਰਹੀ ਸੀਗੀ, ਮੇਰੇ ਅੱਖਾਂ 'ਚ ਦਰਦ ਪੈਣਾ, ਮੇਰੀ ਅੱਖਾਂ ਵਿੱਚ ਚੋਭ ਪੈਂਦੀ ਸੀਗੀ, ਕੱਚ ਚੁੱਭਦਾ ਸੀਗਾ। ਮੈਨੂੰ ਇਹ ਸੀ ਕੋਈ ਹਸਪੀਟਲ ਮਿਲ ਜਾਵੇ, ਘੱਟੋ ਘੱਟ ਮੇਰੀ ਅੱਖਾਂ ਵਿੱਚੋਂ ਕੱਚ ਤਾਂ ਕੱਢ ਦੇਣ। ਪਰ ਉਸ ਦਿਨ ਮੈਨੂੰ ਕੋਈ ਹਸਪੀਟਲ ਨਹੀਂ ਮਿਲਿਆ, ਨਾ ਹੀ ਮੈਨੂੰ ਕਿਸੇ ਡਾਕਟਰ ਨੇ ਐਡਮਿਟ ਕੀਤਾ। ਅਤੇ ਉਸ ਰਾਤ ਮੈਨੂੰ ਘਰ ਵਾਪਸ ਭੇਜ ਦਿੱਤਾ ਗਿਆ। ਸਾਰੀ ਰਾਤ ਮੈਂ ਜਾਗ ਕੇ ਕੱਟੀ, ਮੇਰੀ ਅੱਖਾਂ ਦੇ ਵਿੱਚ ਇੰਨਾ ਦਰਦ ਪਿਆ ਵੀ ਮੈਂ ਆਪਣੇ ਹਸਬੈਂਡ ਨੂੰ ਇਹ ਕਹਿ ਦਿੱਤਾ ਸੀ, ਮੈਂ ਕਿਹਾ ਇੱਦੂ ਚੰਗਾ ਮੈਨੂੰ ਜ਼ਹਿਰ ਦਾ ਟੀਕਾ ਲਵਾ ਦਿਉ, ਮੈਂ ਤੋਂ ਇਹ ਦੁੱਖ ਨਹੀਂ ਸਹਿ ਹੁੰਦਾ, ਕਿਉਂਕਿ ਤੁਹਾਨੂੰ ਪਤਾ ਆਪਣੀ ਅੱਖ ਵਿੱਚ ਇੱਕ ਮਿੱਟੀ ਵੀ ਚੱਲ ਜਾਵੇ ਕਿੰਨਾ ਦਰਦ ਪੈਂਦਾ ਆ, ਕਿੰਨੀ ਚੋਪ ਪੈਂਦੀ। ਮੇਰੀ ਅੱਖਾਂ ਵਿੱਚ ਤਾਂ ਕੱਚ ਚੱਲ ਗਿਆ ਸੀ, ਮਤਲਬ ਜਿਹੜੀਆਂ ਅੱਖਾਂ ਬਿਲਕੁਲ ਪਾਟ ਗਈਆਂ ਸੀ ਦੋਵੇਂ ਮੇਰੀਆਂ ਅੱਖਾਂ, ਜਿਹੜਾ ਕੋਰਨੀਅਰ ਹੁੰਦਾ ਉਹ ਵੀ ਬਿਲਕੁਲ ਪਾਟ ਚੁੱਕਾ ਸੀਗਾ। ਅਤੇ ਦੂਜੇ ਦਿਨ ਫਿਰ ਮੈਨੂੰ ਡਾਕਟਰ ਐਡਮਿਟ ਕਰ ਲੈਂਦੇ ਆ, ਅਤੇ ਡਾਕਟਰ ਕਹਿੰਦੇ ਕੁੜੀ ਵੀ ਤੇਰੀਆਂ ਬਹੁਤ ਸਰਜਰੀਆਂ ਹੋਣੀਆਂ। ਹੁਣ ਤੱਕ ਮੈਂ ਤੁਹਾਨੂੰ ਜੇ ਦੱਸਾਂ, ਮੇਰੀਆਂ 4 ਸਰਜਰੀਆਂ ਹੋ ਚੁੱਕੀਆਂ, ਉਹ ਵੀ ਬਹੁਤ ਵੱਡੀਆਂ ਸਰਜਰੀਆਂ ਅੱਖਾਂ ਦੀਆਂ। ਅਤੇ ਅਕਾਲ ਹੋਸਪਿਟਲ ਵਾਲੇ ਨੇ ਮੇਰੀ ਪਹਿਲੀ ਸਰਜਰੀ ਕੀਤੀ, ਉਹਨਾਂ ਨੇ ਕਿਹਾ ਕੁੜੀ ਇਹ ਤੈਨੂੰ 4 ਤੋਂ 5 ਘੰਟੇ ਬੇਹੋਸ਼ ਰੱਖਣਾ ਪਿਆ। ਮਤਲਬ ਉਹ ਚੀਜ਼ ਨਾਲ ਫਿਰ ਮੈਂ ਡਰ ਗਈ, ਕਿਉਂਕਿ ਮੈਂ ਇੱਦਾਂ ਦੀ ਮੈਂ ਅੱਜ ਤੱਕ ਇੰਜੈਕਸ਼ਨ ਨਹੀਂ ਲਗਵਾਇਆ ਸੀ, ਅਤੇ ਇੱਕ ਓਪਰੇਸ਼ਨ ਦਾ ਨਾਮ ਹੀ ਬਹੁਤ ਵੱਡਾ ਹੁੰਦਾ ਵੀ ਓਪਰੇਸ਼ਨ ਹੋਣਾ, ਉਹ ਵੀ ਅੱਖਾਂ ਦਾ, ਅਤੇ ਉਹ ਵੀ ਉੱਥੇ ਜਿੱਥੇ ਤੁਸੀਂ ਇਹ ਵੀ ਨਹੀਂ ਦੇਖ ਸਕਦੇ ਤੁਹਾਨੂੰ ਡਾਕਟਰ ਕਿੱਥੇ ਲਿਜਾ ਰਿਹਾ, ਓਪਰੇਸ਼ਨ ਥੀਏਟਰ ਵਿੱਚ ਤੁਹਾਨੂੰ ਇਹ ਵੀ ਨਹੀਂ ਪਤਾ ਤੁਹਾਡੇ ਆਲੇ ਦੁਆਲੇ ਕੌਣ ਖੜਾ, ਤੁਹਾਡੇ ਨਾਲ ਕੀ ਹੋ ਰਿਹਾ ਆ। ਮਤਲਬ ਉਹ ਚੀਜ਼ ਮੈਂ ਜਾਣਦੀ ਹਾਂ ਜਾਂ ਫਿਰ ਮੇਰਾ ਰੱਬ ਜਾਣਦਾ, ਮੈਂ ਸ਼ਾਂਤ ਸ਼ਬਦਾਂ ਵਿੱਚ ਵੀ ਉਹ ਚੀਜ਼ ਨਹੀਂ ਬਿਆਨ ਕਰ ਸਕਦੀ। ਮਤਲਬ ਉਹ ਚੀਜ਼ ਨੇ ਮੈਨੂੰ ਅੱਜ ਵੀ ਮੇਰੀ ਰੂਹ ਕੰਬ ਜਾਂਦੀ ਆ, ਉਹ ਚੀਜ਼ ਸੁਣ ਕੇ ਵੀ ਮੇਰੇ ਨਾਲ ਇੰਨਾ ਵੱਡਾ ਦੁੱਖ ਹੋਇਆ। ਮੈਂ ਇਹ ਚੀਜ਼ ਕਦੀ ਨਹੀਂ ਸੋਚੀ ਸੀਗੀ ਕਿ ਚਲੋ ਬਚਪਨ ਤੋਂ ਦੁੱਖ ਦੇਖਿਆ ਵੀ ਰੱਬ ਮੈਨੂੰ ਇੰਨਾ ਵੱਡਾ ਦੁੱਖ ਦਊਗਾ। ਮੈਂ ਸੋਚਦੀ ਸੀ ਰੱਬਾ ਵੀ ਤੂੰ ਮੇਰੀ ਲੱਤ ਤੋੜ ਦਿੰਦਾ, ਮੇਰੀ ਬਾਂਹ ਤੋੜ ਦਿੰਦਾ, ਪਰ ਮੇਰੀ ਅੱਖਾਂ 'ਤੇ ਸੱਟ ਨਾ ਲਾਉਂਦਾ, ਵੀ ਦੋਵਾਂ ਅੱਖਾਂ 'ਤੇ ਕਦੀ ਸੱਟ ਨਾ ਲਾਉਂਦਾ, ਕਿਉਂਕਿ ਦੁਨੀਆ ਦੇਖੇ ਵੀ ਨਾ ਬੰਦੇ ਨੂੰ ਬਹੁਤ ਔਖਾ ਹੁੰਦਾ। ਮੈਂ ਆਪਣੇ ਆਪ ਨੂੰ ਦੇਖਣ ਨੂੰ ਤਰਸਦੀ ਹੁੰਦੀ ਸੀ, ਮੈਂ ਕਹਿੰਦਾ ਮੈਂ ਆਪਣੇ ਹਸਬੈਂਡ ਨੂੰ ਦੇਖਣ ਆਇਆ। ਦੇਖੋ ਜੀ ਇਹ ਗੱਲ ਪਤਾ ਨਹੀਂ ਡਾਕਟਰ ਕਿਉਂ ਪਿੱਠ ਪਿੱਛੇ ਨਹੀਂ ਕਹਿੰਦੇ, ਸਿਰ ਮੇਰੇ ਮੂੰਹ 'ਤੇ ਕਹਿ ਦਿੰਦੇ ਆ, ਮੈਨੂੰ ਇਹ ਡਾਕਟਰਾਂ ਦੇ ਵੱਲੋਂ ਗੱਲ ਕਹਿ ਦਿੱਤੀ ਜਾਂਦੀ ਆ। ਮਤਲਬ ਵੀ ਔਖਾ ਆ, ਦੋਵੇਂ ਅੱਖਾਂ ਤੇਰੀਆਂ ਬਹੁਤ ਡੈਮੇਜ ਹੋ ਚੁੱਕੀਆਂ। ਮੈਂ ਉਹੀ ਗੱਲ ਕਹਿੰਦੀ ਸੀ, ਮੈਂ ਕਿਹਾ ਘੱਟੋ ਘੱਟ ਮੇਰੇ ਮੂੰਹ 'ਤੇ ਨਾ ਕਹਿੰਦੇ, ਮੇਰੇ ਹਸਬੈਂਡ ਨੂੰ ਕਹਿ ਦਿੰਦੇ, ਵੀ ਇਹ ਗੱਲ ਉਹਨਾਂ ਨੇ ਮੇਰੇ ਸਾਹਮਣੇ ਮੈਨੂੰ ਕਹਿ ਦਿੱਤੀ। ਇਹਦਾ ਹੌਸਲਾ ਟੁੱਟ ਗਿਆ। ਹੋਰ ਵੀ ਜਿੱਦਾਂ ਇੱਕ ਬੰਦੇ ਨੂੰ ਆਸ ਹੁੰਦੀ ਆ ਨਾ, ਜਦੋਂ ਸਰਜਰੀ ਵੀ ਹੋਈ ਡਾਕਟਰਾਂ ਨੇ ਇਹ ਕਿਹਾ ਸੀ, ਕਹਿੰਦੇ ਇੱਕ ਕੋਸ਼ਿਸ਼ ਕਰ ਲੈਂਦੇ ਆਪਾਂ। ਉਹਨਾਂ ਦੋਨਾਂ ਅੱਖਾਂ ਦੀ ਸਰਜਰੀ ਕੀਤੀ ਅਕਾਲ ਵਾਲੇ ਡਾਕਟਰ ਨੇ ਜਲੰਧਰ। ਜਦੋਂ ਭਾਅ ਜੀ ਸਰਜਰੀ ਕਰ ਦਿੰਦੇ ਆ, ਉਹ ਦੂਜੇ ਦਿਨ ਪੱਟੀ ਖੁੱਲ੍ਹਦੀ ਆ। ਚਲੋ ਇਹ ਪੱਟੀ ਖੁੱਲ੍ਹਦੀ ਆ, ਸਾਨੂੰ ਇੱਕ ਹੈ ਨਾ ਬਹੁਤ ਆਸ ਹੁੰਦੀ ਆ ਵੀ ਚਲੋ ਸ਼ਾਇਦ ਕੁਛ ਨਾ ਕੁਛ ਦਿਸੂਗਾ। ਡਾਕਟਰ ਵੀ ਕਹਿੰਦੇ ਸੀ ਹਾਂ ਜ਼ਿਆਦਾ ਨਹੀਂ, ਕਹਿੰਦੇ 10-15% ਇਹਦੀ ਰੋਸ਼ਨੀ ਆਜੂਗੀ। ਚਲੋ ਬਹੁਤ ਅਰਦਾਸਾਂ ਕੀਤੀਆਂ, ਬਹੁਤ ਜ਼ਿਆਦਾ। ਜਦੋਂ ਸਵੇਰ ਨੂੰ ਡਾਕਟਰਾਂ ਕੋਲ ਜਾਂਦੇ ਹਾਂ, ਬਹੁਤ ਡਰ ਵੀ ਲੱਗਦਾ ਵੀ ਪਤਾ ਨਹੀਂ ਵੀ ਉਹਨੇ ਕੀ ਕਹਿਣਾ। ਬਹੁਤ ਅਰਦਾਸਾਂ ਕਰਦੇ ਹਾਂ ਗੁਰੂਆਂ ਅੱਗੇ। ਜਦੋਂ ਇਹਨੂੰ ਲੈ ਕੇ ਗਏ ਅਤੇ ਇਹਦੀਆਂ ਅੱਖਾਂ ਦੀਆਂ ਉਹਨਾਂ ਨੇ ਇੱਦਾਂ ਪੱਟੀਆਂ, ਦੋਨੇ ਅੱਖਾਂ ਦੀਆਂ ਪੱਟੀਆਂ ਖੋਲ੍ਹੀਆਂ, ਅਤੇ ਇਹਨੂੰ ਕਹਿੰਦੇ ਬੇਟਾ ਇਹ ਕਿੰਨੇ ਆ? ਇਹ ਕਹਿੰਦੀ ਨਹੀਂ ਦੱਸਦਾ। ਇਹ ਕਿੰਨੇ ਆ? ਵੀ ਉਂਗਲਾਂ ਕੀਤੀਆਂ 1-2। ਕਹਿੰਦੀ ਨਹੀਂ ਦੱਸਦਾ। ਫਿਰ ਉਹਨਾਂ ਨੇ ਟੌਰਚ ਮਾਰੀ ਵੀ ਬੇਟਾ ਟੌਰਚ ਦੱਸਦੀ ਆ? ਇਹ ਕਹਿੰਦੀ ਨਹੀਂ ਦੱਸਦਾ। ਉਸ ਟਾਈਮ ਉਹ ਜਾਣੇ ਕਹਿ ਲਓ ਕਿ ਵੀ ਭਾਅ ਜੀ ਮੇਰੀ ਹੱਸਦੀ ਵੱਸਦੀ ਜਿਹੜੀ ਦੁਨੀਆ ਸੀ ਨਾ, ਸਾਰੀ ਉੱਜੜ ਗਈ। ਇੱਕ ਸੁਪਨੇ ਬੰਦੇ ਨੇ ਦੇਖੇ ਹੁੰਦੇ ਆ ਨਾ ਮੈਰਿਜ ਤੋਂ ਬਾਅਦ, ਅਸੀਂ ਆਹ ਕਰਾਂਗੇ, ਉਹ ਕਰਾਂਗੇ, ਵੀ ਇਕੱਠੇ ਕੰਮ ਕਰਾਂਗੇ, ਇੱਕ ਜ਼ਿੰਦਗੀ ਜੀਵਾਂਗੇ। ਯਾਨੀ ਕਿ ਉਸ ਟਾਈਮ ਉਹ ਤੁਸੀਂ ਇੰਨਾ, ਮੈਂ ਦੁੱਖ ਦੇ ਵਿੱਚ ਸੀ, ਮੈਨੂੰ ਸਮਝ ਨਹੀਂ ਆਉਂਦੀ ਲੈ ਵੀ ਮੈਂ ਹੁਣ ਕੀ ਕਰਾਂ। ਮੇਰੀ ਦੁਨੀਆ ਉੱਜੜ ਗਈ ਸੀ ਵੀ ਇਹ ਹੁਣ ਦੇਖ ਨਹੀਂ ਸਕਦੀ।
ਤੂੰ ਤਾਂ ਦਿੰਦੇ ਨਾ ਵੀ ਜੇ ਉਹਨਾਂ ਨੇ ਇਲਾਜ ਕਰਨਾ ਸੀ ਮੈਡੀਸਨਾਂ ਦੇਤੀਆਂ ਕਹਿੰਦੇ ਆ ਪਾਇਓ ਤੁਸੀਂ ਇੱਦਾਂ ਕਰੋ ਵੀ ਤੁਹਾਨੂੰ ਜਵਾਬ ਆ ਕਹਿੰਦੇ ਹੁਣ ਵੀ ਇਹਦੀ ਰੋਸ਼ਨੀ ਨਹੀਂ ਆ ਸਕਦੀ ਇੱਦਾਂ ਕਰੋ ਤੁਸੀਂ PGI ਤੁਹਾਨੂੰ ਰੈਫਰ ਕਰ ਦਿੰਦੇ ਆ ਉੱਥੇ ਪਤਾ ਕਰ ਲਓ ਬਹੁਤ ਜ਼ਿਆਦਾ ਮੈਂ ਤੁਹਾਨੂੰ ਦੱਸਦਾ ਇੱਕ ਕਹਿ ਲਓ ਕਿ ਵੀ ਉਹਨਾਂ ਨੇ PGI ਰੈਫਰ ਕਰਤਾ ਜਦੋਂ PGI ਡਾਕਟਰਾਂ ਦੇ ਕੋਲ ਆਏ ਇਹਨਾਂ ਡਾਕਟਰਾਂ ਨੇ ਵੀ ਇਹੀ ਕਿਹਾ ਉਹ ਪਹਿਲਾਂ ਤਾਂ ਦੇਖ ਕੇ ਹਰ ਕੋਈ ਇਹੀ ਗੱਲ ਕਹਿੰਦੇ ਸੀਗੇ ਕਹਿੰਦੇ ਕੁੜੀਏ ਵੀ ਤੇਰੀ ਉਮਰ ਕੀ ਆ ਸਾਨੂੰ ਬਾਹਾਂ 'ਚ ਚੂੜਾ ਦੇਖ ਕੇ ਵੀ ਸਾਤੋਂ ਦੇਖ ਨਹੀਂ ਹੁੰਦਾ ਵੀ ਸਾਡੀਆਂ ਵੀ ਧੀਆਂ ਭੈਣਾਂ ਆ ਸਾਤੋਂ ਇਹ ਦੇਖ ਨਹੀਂ ਹੁੰਦਾ ਦੁੱਖ ਪਰ ਕਹਿੰਦੇ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਪਰ ਹਾਂ ਕਹਿੰਦੇ ਨਿਗਾਹ ਦੀ ਅਸੀਂ ਗਰੰਟੀ ਨਹੀਂ ਲੈਂਦੇ ਮੈਨੂੰ ਇੱਕ ਇੱਥੇ ਉੱਥੋਂ ਮੇਰੀ ਆਸ ਟੁੱਟ ਗਈ ਮੈਨੂੰ ਇੱਕ ਇੱਥੋਂ PGI ਤੋਂ ਆਸ ਸੀਗੀ ਮੈਂ ਕਿਹਾ ਚਲੋ ਵੀ ਇੱਥੋਂ ਡਾਕਟਰ ਕੁਛ ਨਾ ਕੁਛ ਕਰਨਗੇ ਵੀ ਇਹਦੀ ਇੱਥੋਂ ਅੱਖਾਂ ਦੀ ਰੋਸ਼ਨੀ ਆਊਗੀ ਵੀ ਬਹੁਤ ਵੱਡਾ ਹਸਪੀਟਲ ਆ ਜਦੋਂ ਡਾਕਟਰਾਂ ਨੇ ਇਹ ਗੱਲ ਕਹਿ ਦਿੱਤੀ ਵੀ ਨਹੀਂ ਵੀ ਰੋਸ਼ਨੀ ਦੀ ਨਹੀਂ ਕਹਿੰਦੇ ਗਰੰਟੀ ਲੈਂਦੇ ਹੈਗੇ ਹਾਂ ਆਪਾਂ ਸਰਜਰੀ ਕਰਕੇ ਫਿਰ ਵੀ ਦੇਖ ਲਵਾਂਗੇ ਮੇਰਾ ਉਹ ਵੀ ਇੱਕ ਹੈ ਨਾ ਹੌਸਲਾ ਮੇਰਾ ਜਿਹੜਾ ਸੀ ਟੁੱਟ ਗਿਆ ਮੈਨੂੰ ਉਸ ਟਾਈਮ ਕੁਛ ਨਾ ਸਮਝ ਲੱਗੇ ਨਾ ਮੇਰਾ ਸਰੀਰ ਕੰਬੇ ਮੇਰਾ ਹੱਥ ਇੱਦਾਂ ਘੁੱਟਾਂ ਫੜ ਕੇ ਮੇਰਾ ਹੱਥ ਘੁੱਟਾਂ ਹੀ ਮੇਰਾ ਹੱਥ ਘੁੱਟੇ ਵੀ ਮੈਂ ਕਿਹਾ ਡਾਕਟਰ ਜਵਾਬ ਨਾ ਦੇ ਦੇਣ ਵੀ ਮੈਂ ਕਿੱਥੇ ਜਾਊਂਗਾ ਵੀ ਹਜੇ ਮੈਰਿਜ ਨੂੰ 6 ਮਹੀਨੇ ਹੋਏ ਆ ਵੀ ਕੁਛ ਨਹੀਂ ਦੇਖਿਆ ਫਿਰ ਡਾਕਟਰ ਸਾਨੂੰ ਕਹਿੰਦੇ ਆ ਚਲੋ ਤੁਸੀਂ ਇੱਦਾਂ ਕਰੋ ਉਹ ਉੱਪਰ ਡਾਕਟਰ ਵੱਡੇ ਡਾਕਟਰਾਂ ਤੋਂ ਸਾਨੂੰ ਭੇਜ ਦਿੰਦੇ ਆ ਇੱਕ ਡਾਕਟਰ ਚੈੱਕ ਕਰਦੇ ਆ ਫਿਰ 2 ਡਾਕਟਰ ਚੈੱਕ ਕਰਦੇ ਆ ਐਂਡ ਜਿਹੜੇ ਵੱਡੇ ਡਾਕਟਰ ਹੁੰਦੇ ਆ ਨਾ ਰਮਨ ਸਿੰਘ ਅਤੇ ਇੱਕ ਚਿੰਤਨ ਮਲਹੋਤਰਾ ਮੈਡਮ ਹੁੰਦੇ ਆ ਉਹ ਫਿਰ ਕਹਿੰਦੇ ਆ ਵੀ ਤੁਸੀਂ ਇੱਦਾਂ ਕਰੋ ਟੈਸਟ ਕਰਵਾ ਲਓ ਆਪਾਂ ਤੁਹਾਡੀ ਇੱਕ ਸਰਜਰੀ ਹੋਰ ਕਰ ਦਿੰਦੇ ਹਾਂ ਪਰ ਸਰਜਰੀ ਬਹੁਤ ਵੱਡੀ ਆ ਵੀ ਉਹਦਾ ਖਰਚਾ ਵੀ ਜ਼ਿਆਦਾ ਆ ਜੇ ਇਸ ਟਾਈਮ ਫਿਰ ਅਸੀਂ OTP ਤੋਂ ਟੈਸਟ ਕਰਾਉਣੇ ਸੀਗੇ OT 'ਚੋਂ ਇਹ ਕਹਿ ਲਓ ਕਿ ਵੀ ਦੂਜੇ ਦਿਨ ਅਸੀਂ ਫਿਰ ਉੱਠ ਕੇ ਜਾਂਦੇ ਹਾਂ PGI ਵੀ ਡਾਕਟਰਾਂ ਕੋਲ ਟੈਸਟ ਕਰਾਉਂਦੇ ਹਾਂ ਜਿਸ ਟਾਈਮ ਟੈਸਟ ਕਰਾਉਂਦੇ ਸੀ ਇਹਦਾ ਚੀਕਾ ਮਾਰਦੀ ਸੀ ਬਹੁਤ ਭਾਅ ਜੀ ਇਹ ਕਹਿੰਦੀ ਵੀ ਮੇਰੀਆਂ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਜਲਨ ਹੁੰਦੀ ਆ ਵੀ ਮੇਰੇ ਬਹੁਤ ਬੁਰਾ ਹਾਲ ਹੁੰਦਾ ਇੱਕ ਬੰਦੇ ਦੇ ਮਿੱਟੀ ਦਾ ਦਾਣਾ ਪੈ ਜਾਵੇ ਤੁਹਾਨੂੰ ਪਤਾ ਪਾਣੀ ਨਿਕਲਣ ਲੱਗ ਪੈਂਦਾ ਇਹ ਥੱਲੇ ਲੇਟਣ ਲੱਗ ਪਈ ਇੱਦਾਂ ਇਹਨੇ ਸਿਰ ਫੜ ਲਿਆ ਆਪਣੀਆਂ ਅੱਖਾਂ ਫੜ ਲਈਆਂ ਲੇਟਣ ਲੱਗ ਪਈ ਲੱਤਾਂ ਮਾਰਨ ਲੱਗ ਪਈ ਕਹਿੰਦੀ ਮੇਰੇ ਜ਼ਹਿਰ ਦਾ ਟੀਕਾ ਲਵਾ ਦੇ ਮੇਰੇ ਤੋਂ ਦੁੱਖ ਨਹੀਂ ਸਹਿ ਹੁੰਦਾ ਅੱਖਾਂ ਦਾ ਵੀ ਇਹ ਸਭ ਤੋਂ ਭੈੜਾ ਦੁੱਖ ਆ ਨਿੰਦਰ ਮੈਂ ਤੇਰੇ ਪੈਰ ਫੜਦੀ ਹਾਂ ਮੇਰੇ ਜ਼ਹਿਰ ਦਾ ਟੀਕਾ ਲਵਾ ਦੇ ਮੈਂ ਕਿਹਾ ਨਹੀਂ ਤੂੰ ਇੱਦਾਂ ਕਾਹ ਤੋਂ ਕਹਿੰਦੀ ਆ ਹਨਾ ਮੈਂ ਕਿਹਾ ਤੈਨੂੰ ਮੈਂ ਠੀਕ ਕਰਕੇ ਲੈ ਕੇ ਚੱਲੂੰਗਾ ਮੈਂ ਕਿਹਾ ਤੂੰ ਠੀਕ ਹੋ ਜਾਣਾ ਕੋਈ ਨਹੀਂ ਵਾਹਿਗੁਰੂ ਠੀਕ ਕਰੂਗਾ ਫਿਰ ਡਾਕਟਰਾਂ ਤੋਂ ਜਾਂਦੇ ਹਾਂ ਇਹ ਉੱਥੇ ਇੱਦੀ ਲੇਟ ਦੀ ਆ ਮੈਂ ਡਾਕਟਰਾਂ ਨੂੰ ਲੈ ਕੇ ਆਉਂਦਾ ਉਹ ਆਉਂਦੇ ਆ ਇਹਦੇ ਇੰਜੈਕਸ਼ਨ ਲਾਉਂਦੇ ਆ ਇੰਜੈਕਸ਼ਨ ਲਾਉਂਦੇ ਆ ਇਹ 1-2 ਘੰਟੇ ਲਈ ਬਿਲਕੁਲ ਸੌਂ ਜਾਂਦੀ ਆ ਫਿਰ ਬਿਲਕੁਲ ਨਹੀਂ ਇਹਨੂੰ ਪਤਾ ਲੱਗਦਾ ਮੈਂ ਜਾਤੀ ਉਨਾ ਟਾਈਮ ਜਾਂਦੇ ਕਹਿ ਲਓ ਕਿ ਵੀ ਫਿਰ ਇਹਨੂੰ ਹੋਸ਼ ਆਉਂਦੀ ਆ ਫਿਰ ਟੈਸਟ ਕਰਵਾਉਂਦੇ ਆ ਇੱਕ ਟੈਸਟ ਹੁੰਦਾ 2 ਟੈਸਟ ਹੁੰਦੇ ਆ ਫਿਰ MRI ਵੀ ਹੁੰਦੀ ਆ ਇੱਥੇ ਦੁਬਾਰਾ ਕਰਦੇ ਆ ਉਹ ਕਹਿੰਦੇ ਇਹਦਾ ਆਪਰੇਸ਼ਨ ਵੀ ਆਪਾਂ ਤਾਂ ਕਰਾਂਗੇ ਜੇ MRI ਸਹੀ ਹੋਊਗੀ ਜੇ ਥੋੜ੍ਹੀ ਵੀ ਪ੍ਰੋਬਲਮ ਹੋਈ ਨਾ ਵੀ ਆਪਾਂ ਇਹਦੇ ਆਪਰੇਸ਼ਨ 1 ਸਾਲ ਤਾਂ ਬਿਲਕੁਲ ਹੱਥ ਨਹੀਂ ਲਾ ਸਕਦੇ ਮੈਨੂੰ ਫਿਰ ਟੈਨਸ਼ਨ ਪੈ ਗਈ ਮੈਂ ਕਿਹਾ ਲਓ ਵੀ ਹੁਣ ਠੀਕ ਹੋਵੇ ਸਾਰਾ ਕੁਛ ਚਲੋ ਵਾਹਿਗੁਰੂ ਦਾ ਸ਼ੁਕਰ ਆ MRI ਠੀਕ ਆਈ ਫਿਰ ਜਿਹੜੇ ਟੈਸਟ ਵੀ ਕੀਤੇ ਉਹਨਾਂ ਨੇ ਉਹ ਠੀਕ ਆਏ ਸਾਰੇ ਡਾਕਟਰ ਫਿਰ ਆਪਰੇਸ਼ਨ ਕਰਦੇ ਆ 1 ਸਰਜਰੀ ਕਰਦੇ ਆ 2 ਸਰਜਰੀਆਂ ਕਰਦੇ ਆ ਹੁਣ ਤੱਕ ਟੋਟਲ 4 ਸਰਜਰੀਆਂ ਕਰ ਦਿੱਤੀਆਂ ਡਾਕਟਰਾਂ ਨੇ ਪਰ ਉਹ ਕੋਸ਼ਿਸ਼ ਕਹਿੰਦੇ ਆ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਗਰੰਟੀ ਨਹੀਂ ਲੈਂਦੇ ਹੈਗੇ ਨਿਗਾਹ ਦੀ ਵੀ ਆਊਗੀ ਇੱਥੋਂ ਤੱਕ ਕੀ ਆ ਭਾਅ ਜੀ ਦੇਖੋ ਹੁਣ ਤੁਹਾਨੂੰ ਪਤਾ ਇੱਕ ਔਖਾ ਹੋ ਜਾਂਦਾ ਜਦੋਂ ਇਲਾਜ ਬਹੁਤ ਜ਼ਿਆਦਾ ਲੰਬਾ ਹੁੰਦਾ ਇੱਕ ਦੁੱਖ ਪਹਿਲਾਂ ਥੋੜ੍ਹਾ ਟਾਈਮ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋਈ ਸੀ ਹੱਥ ਪਹਿਲਾਂ ਹੀ ਤੰਗ ਸੀ ਚਲੋ ਅਸੀਂ ਮੈਂ ਕਰਾਉਂਦਾ ਰਿਹਾ ਇਲਾਜ ਜਿੱਦਾਂ ਵੀ ਸੀ ਔਖਾ ਸੌਖਾ ਮੈਂ ਕਰਾਉਂਦਾ ਰਿਹਾ ਜਦੋਂ ਮੇਰੇ ਬਿਲਕੁਲ ਹੱਥ ਖੜ੍ਹੇ ਹੋ ਗਏ ਮੈਂ ਘਰ ਵੀ ਵੇਚਿਆ ਜ਼ਮੀਨ ਗਹਿਣੇ ਰੱਖੀ ਆਪਣੀ ਮੇਰੇ ਨਾਲ ਦੇ ਜਿਹੜੇ ਮੇਰੇ ਦਿਨ ਰਾਤ ਨਾਲ ਮੇਰੇ ਯਾਰ ਦੋਸਤ ਇੱਕ ਕਹਿ ਲਓ ਜਿਨ੍ਹਾਂ ਨੂੰ ਆਪਾਂ ਭਰਾਵਾਂ ਵਰਗੇ ਕਹਿ ਦਿੰਦੇ ਹਾਂ ਨਾ ਭਾਅ ਜੀ ਕੋਈ ਨਹੀਂ ਭਰਾ ਬਣਦੇ ਇੱਥੋਂ ਤੱਕ ਕਿ ਭਰਾ ਵੀ ਜਿਹੜੇ ਆਪਣੇ ਭਰਾ ਆ ਉਹ ਵੀ ਸਾਥ ਛੱਡ ਦਿੰਦੇ ਆ ਸਾਰਿਆਂ ਨੂੰ ਲੱਗਦਾ ਸੀਗਾ ਮਹੀਨੇ ਜਾਂ 1.5 ਮਹੀਨੇ ਦੀ ਗੱਲ ਹੋਊਗੀ ਵੀ ਕੋਈ ਨਹੀਂ ਵੀ ਹੈ ਨਾ ਠੀਕ ਹੋਊਗੀ ਠੀਕ ਆ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਵੀ ਇਲਾਜ ਬਹੁਤ ਜ਼ਿਆਦਾ ਲੰਬਾ ਆ ਵੀ ਫਿਰ ਕਿਉਂਕਿ ਡਾਕਟਰਾਂ ਨੇ ਕਹਿਤਾ ਸੀ ਕਹਿੰਦੇ ਤੂੰ ਇਲਾਜ ਕਰਾ ਪਾਊਂਗਾ ਵੀ ਫੇਸ ਹੱਥ ਪਾਈਏ ਲੋਕ ਵਿੱਚੋਂ ਛੱਡ ਜਾਂਦੇ ਆ ਵੀ ਤੇਰੇ ਤੋਂ ਇਲਾਜ ਨਹੀਂ ਕਰਾ ਹੋਣਾ ਮੈਂ ਕਿਹਾ ਮੈਂ ਡਾਕਟਰ ਸਾਹਿਬ ਮੇਰੀ ਵਾਈਫ ਠੀਕ ਹੋ ਜਾਵੇ ਮੈਂ ਪੂਰਾ ਇਲਾਜ ਕਰਾਊਂਗਾ ਉਹਨਾਂ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਇਲਾਜ ਬਹੁਤ ਲੰਬਾ ਆ ਵੀ ਸਾਨੂੰ ਕਿਤੇ ਇਹ ਵੀ ਪੈਸਿਆਂ ਲਈ ਨਾ ਕਵੇ ਇੱਕ ਇੱਕ ਕਰਕੇ ਉਹ ਪੱਕੇ ਯਾਰ ਦੋਸਤ ਰਿਸ਼ਤੇਦਾਰ ਉਹ ਪਤਾ ਹੀ ਨਹੀਂ ਕਿੱਥੇ ਗਏ ਮੈਨੂੰ ਇਹ ਵੀ ਨਹੀਂ ਪਤਾ ਵੀ ਮੇਰੇ ਰਿਸ਼ਤੇਦਾਰ ਕਿਹੜੇ ਕਿਹੜੇ ਆ ਅੱਜ ਤੱਕ ਕਿਸੇ ਨੇ ਮੈਨੂੰ ਫੋਨ ਕਰਕੇ ਵੀ ਨਹੀਂ ਪੁੱਛਿਆ ਇੱਥੋਂ ਦੇ ਜਿਹੜੇ ਜਿੰਨੇ ਉੱਥੇ ਅਸੀਂ PGI ਆ ਸਾਰੇ ਹਾਲ ਚਾਲ ਪੁੱਛਦੇ ਆ ਪਰ ਉਹ ਵੀ ਸਾਨੂੰ ਪੁੱਛਦੇ ਆ ਵੀ ਕੋਈ ਆਉਂਦਾ ਨਹੀਂ ਹੈਗਾ ਹੈ ਨਾ ਵੀ ਪਰ ਹੁਣ ਕੀ ਦੱਸੀਏ ਵੀ ਜਿੰਨੇ ਉਹ ਦਿਨ ਰਾਤ ਨਾਲ ਬਹਿੰਦੇ ਸੀ ਉੱਠਦੇ ਸੀ ਵੀ ਉਹ ਤਾਂ ਹੁਣ ਫੋਨ ਕਰਕੇ ਵੀ ਨਹੀਂ ਪੁੱਛਦੇ ਉਹ ਫੋਨ ਕਰਕੇ ਭਾਅ ਜੀ ਤਾਂ ਨਹੀਂ ਪੁੱਛਦੇ ਕਿਤੇ ਫੋਨ ਕੀਤਾ ਇਹ ਪੈਸੇ ਨਾ ਮੰਗ ਲਵੇ ਉਹ ਹਾਲ ਚਾਲ ਵੀ ਪੁੱਛਣੋਂ ਭੁੱਲ ਗਏ ਬਈ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਇਹਨਾਂ ਦੀ ਨਿਗਾਹ ਚੱਲੀ ਜਾਂਦੀ ਤੁਹਾਡੇ ਵੀ ਕੋਈ ਸਰਟੀਫਿਕੇਟ ਲੱਗਦੀ ਹੈ ਫਿਰ ਉਦੋਂ ਹਾਂਜੀ ਮੇਰੇ ਹੈ ਨਾ ਇੱਕ ਤਾਂ ਆਹ ਫੇਸ 'ਤੇ ਲੱਗਦੀ ਆ ਇੱਕ ਸਿਰ 'ਤੇ ਲੱਗਦੀ ਆ
ਪਰ ਇੰਨਾ ਆ ਵੀ ਮੇਰੇ ਹੈੱਡ ਦਾ ਬਚਾਅ ਹੋ ਜਾਂਦਾ ਪਰ ਮੇਰੀ ਛਾਤੀ ਜਿਹੜਾ ਹਾਰਟ ਆ ਇਹ ਵਿੱਚ ਘੁੱਟ ਹੋ ਜਾਂਦਾ ਸਟੀਅਰਿੰਗ ਦੇ ਵਿੱਚ ਆ ਜਾਂਦਾ ਮੇਰੇ ਉੱਦਾਂ ਦਰਦ ਪੈਣ ਲੱਗ ਪੈਂਦੀ ਆ ਕਈ ਵਾਰੀ ਡਾਕਟਰਾਂ ਨੂੰ ਚੈੱਕ ਕਰਾਇਆ ਕਹਿੰਦੇ ਵੀ ਹਾਰਟ ਤੇਰਾ ਜਿਹੜਾ ਘੁੱਟ ਹੋ ਗਿਆ ਆ ਵੀ ਨਾੜਾਂ ਜਿਹੜੀਆਂ ਘੁੱਟ ਹੋ ਗਈਆਂ ਆ ਚੱਲਦੀਆਂ ਆ 70% to 80% ਚੱਲਦਾ ਯਾਨੀ ਕਿ ਜਿਹੜੇ ਵਾਲ ਹੁੰਦੇ ਆ ਉਹ ਚੱਲਦੇ ਆ ਪਰ ਚਲੋ ਮੇਰਾ ਠੀਕ ਆ ਮੈਂ ਬਚਾਅ ਹੋ ਗਿਆ ਫਿਰ ਵੀ ਭੈਣੇ ਤੁਹਾਡੀ ਜ਼ਿੰਦਗੀ 'ਚ ਤੁਸੀਂ ਸੁੱਖ ਨਹੀਂ ਦੇਖਿਆ ਹੈ ਨਾ ਪਹਿਲਾਂ ਪੇਕੇ ਪਰਿਵਾਰ ਵੀ ਸੁੱਖ ਨਹੀਂ ਦੇਖਿਆ ਫਿਰ ਇੱਥੇ ਆ ਕੇ ਤੁਹਾਨੂੰ ਲੱਗਦਾ ਕਿ ਉਹ 6 ਮਹੀਨੇ ਲਈ ਖੁਸ਼ੀਆਂ ਧਾਰੀਆਂ ਮਿਲੀਆਂ ਸੀ ਹੈ ਨਾ ਤੁਹਾਨੂੰ ਰੱਬ ਨੇ 6 ਮਹੀਨੇ ਲਈ ਉਹ ਖੁਸ਼ੀਆਂ ਦਿੱਤੀਆਂ ਸੀ ਹੈ ਨਾ ਉਦੋਂ ਬਾਅਦ ਫਿਰ ਉਹ ਖੁਸ਼ੀਆਂ ਸਾਰੀਆਂ ਫਿਰ ਖੋਹ ਲੈਂਦਾ ਉਹ ਪਰਮਾਤਮਾ ਕਦੇ ਇਹ ਗੱਲਾਂ ਸੋਚੀਆਂ ਸੀ ਨਹੀਂ ਕਦੀ ਨਹੀਂ ਇਹ ਚੀਜ਼ ਸੋਚੀ ਸੀਗੀ ਮੈਂ ਕਿਹਾ ਚਲੋ ਮੈਨੂੰ ਸਾਰੇ ਇੱਦਾਂ ਕਹਿੰਦੇ ਹੁੰਦੇ ਸੀਗੇ ਕਿ ਚੱਲ ਕੋਈ ਨਾ ਪਿੰਦੇ ਵੀ ਤੂੰ ਬਚਪਨ 'ਚ ਬਹੁਤ ਦੁੱਖ ਦੇਖੇ ਆ ਅਸੀਂ ਆਹੀ ਚਾਹੁੰਦੇ ਹਾਂ ਵੀ ਤੇਰਾ ਹਸਬੈਂਡ ਚੰਗਾ ਮਿਲ ਜਾਵੇ ਤੈਨੂੰ ਸਹੁਰਾ ਪਰਿਵਾਰ ਚੰਗਾ ਮਿਲ ਜਾਵੇ ਵੀ ਤੂੰ ਉੱਥੇ ਸੁੱਖ ਪਾਈ ਸਾਰੇ ਕਹਿੰਦੇ ਸੀ ਤੂੰ ਉਹ ਬਚਪਨ ਦੀਆਂ ਗੱਲਾਂ ਦਿਲ 'ਤੇ ਨਾ ਲਾਇਆ ਕਰ ਵੀ ਉਹ ਚੰਗੇ ਮਿਲਣੇ ਚਾਹੀਦੇ ਆ ਅਤੇ ਈਵਨ ਉਹ ਮੈਨੂੰ ਚੰਗੇ ਮਿਲੇ ਵੀ ਮੇਰਾ ਹਸਬੈਂਡ ਮੇਰਾ ਸਹੁਰਾ ਪਰਿਵਾਰ ਸਾਰੇ ਬਹੁਤ ਚੰਗੇ ਮਿਲੇ ਮੈਂ ਬਹੁਤ ਖੁਸ਼ ਸੀਗੀ ਮੈਂ ਕਿਹਾ ਚੱਲ ਅੱਜ ਮੇਰੀ ਮਾਤਾ ਦੀ ਆਤਮਾ ਵੀ ਖੁਸ਼ ਹੋਣੀ ਆ ਵੀ ਮੇਰੀ ਧੀ ਖੁਸ਼ ਆ ਇਹ ਚੀਜ਼ ਦੇਖੇ ਪਰ ਮੈਨੂੰ ਪਤਾ ਨਹੀਂ ਸੀ ਵੀ ਸਾਡੀਆਂ ਖੁਸ਼ੀਆਂ ਨੂੰ ਇੰਨੀ ਛੇਤੀ ਨਜ਼ਰ ਲੱਗ ਜੂਗੀ ਅੱਜ ਵੀ ਕਈ ਮੇਰੇ ਮੈਨੂੰ ਮਿਲਦੇ ਮੈਨੂੰ ਉਲਟਾ ਇਹ ਕਹਿ ਦਿੰਦੇ ਤੇਰੀ ਤਾਂ ਕਿਸਮਤ ਏ ਮਾੜੀ ਆ ਤੂੰ ਤਾਂ ਜੰਮੀ ਪੁੱਠਿਆਂ ਪੈਰਾਂ ਵਾਲੀ ਸੀਗੀ ਤੈਂ ਆਪਣੇ ਮਾਂ ਪਿਓ ਦਾ ਪਹਿਲਾਂ ਤਲਾਕ ਕਰਵਾ ਦਿੱਤਾ ਫਿਰ ਮਾਂ ਲੈ ਲਈ ਹੁਣ ਤੂੰ ਇੱਥੇ ਆ ਕੇ ਆਪਣੀ ਨਿਗਾਹ ਲੈ ਲਈ ਭਲਾ ਦੱਸੋ ਇਹਦੇ ਵਿੱਚ ਮੇਰਾ ਕੀ ਕਸੂਰ ਆ ਮੇਰੇ ਕਰਮਾਂ ਦੀ ਸੱਟ ਸੀ ਮੇਰੇ ਲੱਗ ਗਈ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਇੱਦਾਂ ਨੇਤਰਹੀਣ ਹੋ ਜਾਵਾਂ ਮੇਰੀ ਨਜ਼ਰ ਚੱਲ ਜਾਵੇ ਉਲਟਾ ਮੈਨੂੰ ਇਹ ਚੀਜ਼ਾਂ ਕਹਿ ਕੇ ਸੁਣਾਇਆ ਜਾਂਦਾ ਕਿ ਤੇਰੀ ਕਿਸਮਤ ਮਾੜੀ ਆ ਤੂੰ ਪੁੱਠਿਆਂ ਕਰਮਾਂ ਵਾਲੀ ਜੰਮੀ ਸੀਗੀ ਤੂੰ ਜਿੱਦਾਂ ਦੀ ਜੰਮੀ ਆ ਤੇਰੇ ਆਹੀ ਦੁੱਖ ਰਹੇ ਪੱਲੇ ਇਹ ਚੀਜ਼ਾਂ ਕਰਕੇ ਮੈਨੂੰ ਹੋਰ ਜ਼ਿਆਦਾ ਦੁਖੀ ਕੀਤਾ ਜਾਂਦਾ ਹੋਰ ਜ਼ਿਆਦਾ ਮੈਨੂੰ ਟੋਰਚਰ ਕੀਤਾ ਜਾਂਦਾ ਇਹੋ ਜਿਹੀਆਂ ਗੱਲਾਂ ਸੁਣਾਈਆਂ ਮੇਰੇ ਆਪਣੇ ਰਿਸ਼ਤੇਦਾਰੀ ਕਹਿੰਦੇ ਮੇਰੀ ਮਾਤਾ ਦੇ ਜਿਹੜੇ ਬਲੱਡ ਦੇ ਵਿੱਚ ਉਹਦੀ ਭੈਣਾਂ ਭੈਣ ਤੱਕ ਨੇ ਇਹ ਗੱਲ ਮੈਨੂੰ ਕਹਿ ਦਿੱਤੀ ਸੀ ਫੋਨ ਤੇ ਕਿ ਤੇਰੀ ਕਿ ਹੈਗੀ ਕਿਸਮਤ ਮਾੜੀ ਆ ਤੂੰ ਜੰਮੀ ਏਦਾਂ ਪੁੱਠਿਆਂ ਪੈਰਾਂ ਵਾਲੀ ਸੀਗੀ ਇਹ ਚੀਜ਼ ਮੈਨੂੰ ਕਹਿਤੀ ਇੱਧਰ ਉੱਧਰ ਹੋ ਜਾਂਦਾ ਨਾ ਫਿਰ ਪਿੱਛੇ ਬਾਅਦ ਚੋਂ ਕਹਿੰਦੇ ਮੈਨੂੰ ਦੱਸੂਗੀ ਮੇਰੇ ਸਾਹਮਣੇ ਤਾਂ ਨਹੀਂ ਕਹਿੰਦੇ ਕਿਉਂਕਿ ਮੈਂ ਇੱਧਰ ਉੱਧਰ ਹੁਣ ਹੋ ਹੀ ਜਾਂਦਾ ਬੰਦਾ ਫਿਰ ਉਹ ਕਿਤੇ ਜਾਣੀ ਕਿ ਗੱਲ ਆਪਣੀ ਕਰਦੇ ਪਰਸਨਲ ਇਹ ਫਿਰ ਮੈਨੂੰ ਦੱਸੂਗੀ ਵੀ ਉਹਨਾਂ ਨੇ ਇੱਦਾਂ ਕਿਹਾ ਮੈਂ ਕਿਹਾ ਕੋਈ ਨਹੀਂ ਵੀ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਵੀ ਤੂੰ ਪਰਵਾਹ ਨਾ ਕਰ ਮੈਂ ਇੱਥੋਂ ਤੱਕ ਕੀ ਆ ਲੋਕਾਂ ਨੇ ਵਿੱਚ ਜਿਹੜੇ ਆਪਣੇ ਹੀ ਕਹਿ ਲਓ ਕਿ ਮੇਰਾ ਸਰਕਲ ਜਿਹੜਾ ਮੇਰੇ ਵੱਲੋਂ ਇੱਧਰੋਂ ਸਰਕਲ ਸੀ ਉਹਨਾਂ ਨੇ ਮੈਨੂੰ ਇੱਥੋਂ ਤੱਕ ਕਹਿਤਾ ਕਹਿੰਦੇ ਕੀ ਕਹਿੰਦੇ ਤੂੰ ਇਹਨੂੰ ਅੰਨੀ ਨੂੰ ਨਲਕੜੀ ਸੀ ਫਿਰਦਾ ਮੇਰੇ ਇੰਨੇ ਦਿਲ 'ਤੇ ਸੱਟ ਵੱਜੀ ਮੈਂ ਕਿਹਾ ਇਹਨਾਂ ਲੋਕਾਂ ਨੇ ਹਾਲ ਚਾਲ ਤਾਂ ਕੀ ਪੁੱਛਣਾ ਵੀ ਤੁਸੀਂ ਮਾੜਾ ਵੀ ਨਾ ਕਹੋ ਹੈ ਨਾ ਵੀ ਮੈਂ ਇਲਾਜ ਕਰਾਉਂਦਾ ਹਾਂ ਤੁਸੀਂ ਮੈਨੂੰ ਹੌਸਲਾ ਕੀ ਦੇਣਾ ਹੈ ਨਾ ਤੁਸੀਂ ਹਾਲ ਚਾਲ ਕੀ ਪੁੱਛਣਾ ਵੀ ਤੁਸੀਂ ਇਹ ਤਾਂ ਇੱਕ ਸਵਾਦ ਲੈਂਦੇ ਆ ਵੀ ਇੱਕ ਉਹਨਾਂ ਲਈ ਭਾਲਦਾ ਤਾਂ ਇੱਕ ਭਾਅ ਜੀ ਇਹ ਕੋਈ ਦੁੱਖ ਨਹੀਂ ਉਹ ਤਾਂ ਵਿੱਚੋਂ ਖੁਸ਼ ਸੀਗੇ ਮੈਂ ਇੱਥੋਂ ਤੱਕ ਵੀ ਮੈਨੂੰ ਉਹਨਾਂ ਨੇ ਕਹਿਤਾ ਕਹਿੰਦਾ ਇਹਨੂੰ ਜਿੱਥੇ ਆਹ ਅੱਖਾਂ ਤੋਂ ਨਹੀਂ ਦਿਸਦਾ ਜਿਹੜਾ ਆਪਣੇ ਜਿੱਥੇ ਹੁੰਦਾ ਅਨਾਥ ਆਸ਼ਰਮ ਆ ਕਹਿੰਦੇ ਤੂੰ ਇੱਦਾਂ ਕਰ ਇਹਨੂੰ ਉੱਥੇ ਛੱਡਿਆ ਉੱਥੇ ਛੱਡ ਕੇ ਕਹਿੰਦੇ 1-2 ਦਿਨ ਆ ਕਹਿੰਦੇ ਉਹਨੂੰ ਕਿਹੜਾ ਦਿਸਦਾ ਆ ਨਹੀਂ ਆ ਕਹਿੰਦੇ ਉਹਨੂੰ ਕਿਹੜਾ ਦਿਖਦਾ ਆ ਕੋਈ ਨਹੀਂ ਕਹਿੰਦੇ ਤੂੰ ਇੱਧਰ ਉੱਧਰ ਆ ਜਾ ਆਪਣਾ ਵਿਆਹ ਕਰਾ ਲਾ ਮੈਂ ਕਿਹਾ ਨਾ ਉਹ ਮੇਰੇ ਤੋਂ ਮੈਂ ਕਿਹਾ ਇਹ ਕੰਮ ਨਹੀਂ ਹੋਣਾ ਮੈਂ ਕਿਹਾ ਨਹੀਂ ਮੇਰਾ ਮੈਂ ਕਿਹਾ ਮੈਰਿਜ ਉਹਦੇ ਨਾਲ ਹੋਈ ਆ ਮੈਂ ਕਿਹਾ ਮੈਂ ਉਹਦੇ ਨਾਲ ਜਿੰਨਾ ਟਾਈਮ ਮੈਂ ਕਿਹਾ ਮੇਰੇ ਸਾਹ ਚੱਲਦੇ ਆ ਮੈਂ ਉਹਦੇ ਨਾਲ ਹੀ ਹਾਂ ਉਹਦੇ ਲਈ ਜੀਨਾ ਆ ਮੈਂ ਪੂਰਾ ਉਹਦਾ ਸਾਥ ਦਊਂਗਾ ਮੈਂ ਉਹਦੀ ਰੋਸ਼ਨੀ ਵੀ ਲੈ ਕੇ ਆਊਂਗਾ ਮੈਂ ਉਹਨੂੰ ਠੀਕ ਕਰੂੰਗਾ ਮੈਨੂੰ ਆਪਣੇ ਵਾਹਿਗੁਰੂ 'ਤੇ ਭਰੋਸਾ ਆ ਅੱਛਾ ਭੈਣੇ ਤੁਸੀਂ ਇਹ ਗੱਲ ਵੀ ਦੱਸਦੇ ਹੋ ਕਿ ਲੋਕ ਇਹਨਾਂ ਨੂੰ ਇਹ ਕਹਿਣ ਵਾਲੇ ਵੀ ਬਹੁਤ ਆਉਂਦੇ ਆ ਕਿ ਤੂੰ ਉਹਦਾ ਸਾਥ ਛੱਡਦੇ ਹੈ ਨਾ ਉਹਨੂੰ ਕਿਹੜਾ ਅੱਖਾਂ ਤੋਂ ਦੇਖਦਾ ਜਿਵੇਂ ਇਹਨਾਂ ਨੇ ਆਖਿਆ ਕਿ ਅਨਾਥ ਆਸ਼ਰਮ ਛੱਡਿਆ ਉਹਨੂੰ ਹੈ ਨਾ ਵੱਡੇ ਵੱਡੇ ਆਸ਼ਰਮ ਹੈ ਜਿੱਥੇ ਇਹਨਾਂ ਨੂੰ ਸਾਂਭਿਆ ਜਾਂਦਾ ਹੈ ਨਾ ਜਿਹੜੇ ਲੋਕ ਬਿਮਾਰ ਨੇ ਫਿਰ ਉਹ ਗੱਲਾਂ ਕਹਿੰਦੇ ਆ ਹਾਂਜੀ ਬਹੁਤ ਸਾਰੇ ਲੋਕ ਮੈਨੂੰ ਇਹ ਵੀ ਕਹਿੰਦੇ ਆ ਕਹਿੰਦੇ ਅੱਜ ਕੱਲ੍ਹ ਤਾਂ ਚੰਗੀਆਂ ਭਲੀਆਂ ਦੇ ਵਸੇਬੇ ਨਹੀਂ ਹੁੰਦੇ ਵੀ ਤੂੰ ਤਾਂ ਅੰਨੀ ਹੋਈ ਆ ਵੀ ਐਵੇਂ ਤੈਨੂੰ ਘੜੀਸੀ ਫਿਰਦਾ ਕਿੰਨੀ ਕੁ ਜ਼ਿੰਦਗੀ ਘੜੀਸੀ ਫਿਰੂਗਾ ਵੀ ਉਹਦੀ ਵੀ ਜ਼ਿੰਦਗੀ ਤਾਂ ਖਰਾਬ ਕਰ ਦਿੱਤੀ ਆ ਉਹਨੇ ਤੇਰਾ ਸਾਥ ਨਹੀਂ ਦੇਣਾ ਦੇਖੀ ਤੈਨੂੰ ਇੱਕ ਦਿਨ ਛੱਡ ਕੇ ਚੱਲ ਜਾਣਾ ਪਰ ਮੈਨੂੰ ਲੱਗਦਾ ਮੈਂ ਕਿਹਾ ਨਹੀਂ ਮੈਂ ਕਿਹਾ ਉਹ ਮੈਨੂੰ ਸਾਥ ਛੱਡ ਕੇ ਨਹੀਂ ਜਾ ਸਕਦਾ ਕਹਿੰਦੇ ਤੇਰੇ 'ਤੇ ਇੱਦਾਂ ਦਾ ਦੁੱਖ ਆਇਆ ਕਿ ਹੁਣ ਉਹ ਤੈਨੂੰ ਕਿੰਨਾ ਕੁ ਚਿਰ ਕਰੂਗਾ ਉਹ ਆਪਣੀ ਜ਼ਿੰਦਗੀ ਬਣਾਊਗਾ ਉਹ ਕੰਮ ਕਰੂਗਾ ਕਿ ਤੈਨੂੰ ਸਾਂਭੂਗਾ ਕਿ ਤੈਨੂੰ ਲਈ ਫਿਰੂਗਾ ਮਤਲਬ ਇਹੋ ਜਿਹੀਆਂ ਚੀਜ਼ਾਂ ਮੈਨੂੰ ਸੁਣਨ ਨੂੰ ਮਿਲੀਆਂ ਵਿਆਹ ਜਦੋਂ ਦੀ ਮੇਰੇ ਸੱਟ ਲੱਗੀ ਆ ਅਤੇ ਮੈਂ ਇਹਨਾਂ ਨੂੰ ਨਿੰਦਰ ਨੂੰ ਕਹਿੰਦੀ ਹੁੰਦੀ ਮੈਂ ਕਿਹਾ ਤੂੰ ਮੇਰਾ ਸੱਚੀ ਸਾਥ ਛੱਡ ਜੂੰਗਾ ਮੈਨੂੰ ਨਿੰਦਰ ਕਹਿੰਦਾ ਹੁੰਦਾ ਜੇ ਇਹਦੀ ਜਗ੍ਹਾ 'ਤੇ ਮੇਰੀ ਸੱਟ ਲੱਗੀ ਹੁੰਦੀ ਤੂੰ ਮੇਰਾ ਸਾਥ ਛੱਡ ਦਿੰਦੀ ਮੈਂ ਕਿਹਾ ਨਹੀਂ ਮੈਂ ਤੇਰਾ ਸਾਥ ਕਦੀ ਨਾ ਛੱਡਦੀ ਅੱਜ ਦੇਖ ਲਓ 13 ਮਹੀਨੇ ਹੋਏ ਗਏ ਇੱਕ ਇੱਕ ਕਰਕੇ ਸਾਰਿਆਂ ਨੇ ਮੇਰਾ ਸਾਥ ਛੱਡ ਦਿੱਤਾ ਅੱਜ ਮੇਰਾ ਹਸਬੈਂਡ ਹੀ ਆ ਮੇਰੇ ਨਾਲ ਆ ਜਿਹੜਾ ਮੈਨੂੰ ਲਈ ਫਿਰਦਾ ਈਵਨ ਕਿ ਹਰ ਚੀਜ਼ ਲਈ ਮੈਂ ਇੱਥੇ ਡਿਪੈਂਡ ਆ ਜਦੋਂ ਨਹਾਉਣਾ ਹੁੰਦਾ ਆ ਟੋਇਲਟ ਬਾਥਰੂਮ ਜਾਣਾ ਹੁੰਦਾ ਖਾਣਾ ਕੱਪੜੇ ਬਦਲਣੇ ਹੁੰਦੇ ਹਰ ਚੀਜ਼ ਲਈ ਮੈਂ ਇੱਥੇ ਡਿਪੈਂਡ ਆ ਹਰ ਚੀਜ਼ ਉਹਨੇ ਮੇਰੇ ਲਈ ਕਰਨੀ ਹੁੰਦੀ ਆ ਈਵਨ ਕਿ ਉਹ ਸਾਰਾ ਕੁਝ ਮੇਰਾ ਕਰਕੇ ਫਿਰ ਕੰਮ 'ਤੇ ਵੀ ਜਾਣਾ ਹੁੰਦਾ ਆ ਰਾਤ ਨਾਈਟ ਸ਼ਿਫਟ ਲਾਉਣੀ ਹੁੰਦੀ ਆ ਸਵਿਗੀ 'ਤੇ ਕੰਮ ਕਰਦੇ ਆ ਪਾਰਟ ਟਾਈਮ ਅਤੇ ਅੱਜ ਇੱਦਾਂ ਆ ਮਤਲਬ ਜੇ 50 ਰੁਪਏ ਵੀ ਲਿਆਉਂਦੇ 100 ਰੁਪਇਆ ਵੀ ਲਿਆਉਂਦੇ ਪਰ ਮੈਨੂੰ ਦੇਖਦਾ
ਪਰ ਇਹ ਕਹਿੰਦੇ ਵੀ ਨਹੀਂ ਭਾਈ ਇਹ ਸਾਥ ਨਹੀਂ ਛੱਡਣਾ। ਹਾਂਜੀ ਕਈ ਲੋਕ ਇਹ ਕਹਿੰਦੇ ਵੀ ਤੂੰ ਇੰਨਾ ਸੋਹਣਾ ਸੁਨੱਖਾ ਆ ਤਾਂ ਅੰਨੀ ਹੋ ਗਈ ਆ, ਇਹ ਕਿਹੜਾ ਹੁਣ ਤੈਨੂੰ ਬੱਚਾ ਦੇ ਸਕਦੀ ਹੈ, ਤੇਰੇ ਲਈ ਕੋਈ ਇੰਪੋਰਟੈਂਟ ਨਹੀਂ ਰੱਖਦੀ ਹੈਗੀ, ਵੀ ਤੂੰ ਕਿੰਨਾ ਕੁ ਚਿਰ ਇਹਨੂੰ ਲਈ ਫਿਰੂੰਗਾ, ਐਵੇਂ ਕਹਿੰਦੇ ਘੜੀਸੀ ਫਿਰਦਾ ਅੰਨੀ ਨੂੰ, ਇਹ ਤੋਂ ਚੰਗਾ ਤੂੰ ਇਹਨੂੰ ਕਿਤੇ ਖੜੀ ਕਰਕੇ ਚੱਲ ਜਾ, ਉਹਨੂੰ ਕਿਹੜਾ ਪਤਾ ਲੱਗਣਾ ਆ, ਇੱਕ ਦੋ ਦਿਨ ਰਹੂਗੀ ਆਪੇ ਲੈ ਜਾਊਂਗੀ ਅਨਾਥ ਆਸ਼ਰਮ ਵਾਲੇ, ਵੀ ਤੂੰ ਆਪਣਾ ਵਿਆਹ ਕਰਵਾ ਲਾ। ਇਹ ਕਹਿੰਦਾ ਨਹੀਂ, ਕਹਿੰਦਾ ਵੀ ਇਹਦੀ ਮਾਤਾ ਨਾਲ ਪ੍ਰੋਮਿਸ ਕੀਤਾ ਸੀ ਵੀ ਸਾਡਾ ਪਿਆਰ ਵੀ ਆ, ਵੀ ਜਦ ਤੱਕ ਮੇਰੇ ਸਾਹ ਚੱਲਦੇ ਆ ਵੀ ਮੈਂ ਨਹੀਂ ਸਾਥ ਛੱਡਣਾ ਹੈਗਾ। ਮੈਨੂੰ ਸਾਰੇ ਇਹ ਚੀਜ਼ ਵੀ ਕਈ ਕਹਿੰਦੇ ਆ, ਕਈ ਵੀ ਵਿੱਚੋਂ ਮੈਨੂੰ ਕਹਿੰਦੇ ਤੂੰ ਕਰਮਾਂ ਵਾਲੀ ਆ, ਵੀ ਤੇਰੀ ਇੰਨੀ ਮਤਲਬ ਕੇਅਰ ਕਰਨ ਵਾਲਾ ਹਸਬੈਂਡ ਮਿਲਿਆ, ਤੇਰੀ ਇੰਨੀ ਦੇਖਭਾਲ ਕਰਦਾ, ਤੇਰਾ ਅੱਜ ਤੱਕ ਸਾਥ ਨਹੀਂ ਛੱਡਿਆ। ਸਾਡੇ ਇੱਥੇ ਕਈ PGI 'ਚ ਇੱਦਾਂ ਦੇ ਕਪਲ ਆ ਜਿਨ੍ਹਾਂ ਦੇ ਹਸਬੈਂਡਾਂ 'ਤੇ ਦੁੱਖ ਆ, ਉਹਨਾਂ ਦੀਆਂ ਵਾਈਫਾਂ ਛੱਡ ਜਾਂਦੀਆਂ, ਵਾਈਫਾਂ ਦੇ ਉਹਦਾ ਹਸਬੈਂਡ, ਉਹ ਮੈਨੂੰ ਆਪ ਆ ਕੇ ਕਹਿੰਦੇ, ਕਹਿੰਦੇ ਤੂੰ ਕਿਸਮਤ ਵਾਲੀ ਆ ਵੀ ਤੁਸੀਂ ਇੱਕ ਇੱਦਾਂ ਦੇ ਕਪਲ ਆ, ਤੁਹਾਨੂੰ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਆ ਕਿ ਤੁਸੀਂ ਇਕੱਠੇ ਆ, ਉਹ ਹਮੇਸ਼ਾ ਤੇਰੇ ਨਾਲ ਰਿਹਾ, ਵੀ ਤੈਨੂੰ ਛੱਡ ਕੇ ਨਹੀਂ ਗਿਆ, ਨਾਲੇ ਤੇਰਾ ਦੁੱਖ ਵੀ ਬਹੁਤ ਵੱਡਾ ਸੀਗਾ, ਵੀ ਨਹੀਂ ਤਾਂ ਇਸ ਦੁੱਖ ਵਿੱਚ ਹਰ ਕੋਈ ਪਿੱਛੇ ਹਟ ਜਾਂਦਾ ਆ, ਚਾਹੇ ਲਵ ਮੈਰਿਜ ਹੋਵੇ ਚਾਹੇ ਅਰੇਂਜ ਮੈਰਿਜ ਹੋਵੇ। ਅਤੇ ਅੱਜ ਮੈਨੂੰ ਇਹ ਚੀਜ਼ ਹੁੰਦੀ ਆ ਕਿ ਜੇ ਮੈਂ ਉਸ ਟਾਈਮ ਮੁੰਡਾ ਚੁਣਿਆ ਸੀ, ਮੈਂ ਕੋਈ ਗਲਤੀ ਨਹੀਂ ਕੀਤੀ, ਵੀ ਮੈਂ ਆਪਣੀ ਜ਼ਿੰਦਗੀ ਦਾ ਸਹੀ ਫੈਸਲਾ ਲਿਆ, ਸ਼ਾਇਦ ਕੋਈ ਹੋਰ ਇਸ ਜਗ੍ਹਾ 'ਤੇ ਹੁੰਦਾ ਅੱਜ ਜੇ ਇਸ ਦੁੱਖ ਵਿੱਚ, ਜਾਂ ਸ਼ਾਇਦ ਮੈਨੂੰ ਛੱਡ ਕੇ ਚੱਲ ਜਾਂਦਾ ਹੁੰਦਾ, ਮੈਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੁੰਦੀ। ਅੱਛਾ ਬਾਈ ਨਰਿੰਦਰ, ਤੁਸੀਂ ਦੱਸਦੇ ਹੋ ਕਿ ਤੁਸੀਂ ਘਰ ਵੀ ਛੱਡਤਾ, ਤੁਸੀਂ ਅੱਜ ਰਹਿ ਵੀ ਚੰਡੀਗੜ੍ਹ ਹੀ ਰਹੇ ਹੋ, ਹੈ ਨਾ, ਕਿ ਇਹਨਾਂ ਦਾ ਇਲਾਜ ਕਰਾਉਣਾ, PGI ਤੋਂ ਇਲਾਜ ਚੱਲਦਾ ਇਹਨਾਂ ਦਾ, ਆਪ ਤੁਸੀਂ ਸਵਿਗੀ ਦੇ ਵਿੱਚ ਜੋਬ ਕਰਦੇ ਹੋ। ਹਾਂਜੀ, ਇੱਦਾਂ ਆ ਵੀ ਹੁਣ ਇਹਨਾਂ ਦਾ ਡਾਕਟਰਾਂ ਨੇ ਸਾਨੂੰ ਕਿਹਾ ਆ ਵੀ ਇਹਨਾਂ ਦਾ ਇਲਾਜ ਬਹੁਤ ਲੰਬਾ ਆ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਕਹਿੰਦੇ ਵੀ ਆਉਣ ਜਾਣ ਵਾਲਾ ਕੰਮ ਬੇਟਾ ਨਾ ਰੱਖਿਓ, ਵੀ ਤੁਹਾਨੂੰ ਇੱਥੇ PGI ਦੇ ਲਾਗੇ, ਇੱਥੇ ਨਯਾ ਗਾਓ ਆ ਭਾਅ ਜੀ, ਉੱਥੇ ਇੱਕ ਸਰਾਵਾਂ ਟਾਈਪ ਕਹਿ ਲਓ ਬਣੇ ਆ ਕਮਰੇ, ਉਹ ਥੋੜ੍ਹਾ ਉਹ ਪੇਸ਼ੈਂਟਾਂ ਵਾਸਤੇ ਆ, ਜਿੰਨਿਆਂ ਦਾ ਇਲਾਜ ਲੰਬਾ, ਚਾਹੇ ਕੈਂਸਰ ਵਾਲੇ ਲਾ ਲਓ, ਚਾਹੇ ਜ਼ਿਆਦਾ ਦੁੱਖ ਵਾਲੇ ਵੱਡੇ ਵਾਲੇ ਲਾ ਲਓ, ਹੈ ਨਾ, ਉਹ ਫਿਰ ਉੱਥੇ ਰਹਿੰਦੇ ਆ ਤਾਂ ਆਪਣਾ ਇਲਾਜ ਕਰਾਉਂਦੇ ਆ। ਹਾਂਜੀ, ਉੱਥੇ ਰਹਿੰਦੇ ਆ। ਸਾਨੂੰ ਦੂਜੇ ਤੀਜੇ ਦਿਨ ਡਾਕਟਰਾਂ ਕੋਲ ਜਾਣਾ ਪੈਂਦਾ ਆ, ਕਈ ਵਾਰੀ ਹਫ਼ਤੇ 'ਚ ਦੋ ਵਾਰ ਵੀ, ਕਈ ਵਾਰੀ ਤਿੰਨ ਵਾਰ ਵੀ ਜਾਈਦਾ, ਜੇ ਕਿਤੇ ਐਮਰਜੈਂਸੀ ਕਈ ਵਾਰੀ ਇਹਦੇ ਜਿੱਦਾਂ ਇਹ ਬੁਖਾਰ ਚੜ ਜੂਗਾ, ਇਹਦੇ ਬਾਹਰੋਂ ਚੈੱਕਅਪ ਨਹੀਂ ਹੋਣਾ, ਕਿਤੇ ਆਮ ਡਾਕਟਰਾਂ ਤੋਂ ਅਸੀਂ ਦਵਾਈ ਨਹੀਂ ਲੈ ਸਕਦੇ ਬੁਖਾਰ ਦੀ, ਵੀ ਉਹ ਵੀ PGI ਤੋਂ ਹੀ ਮਿਲਣੀ ਆ, ਫਿਰ ਐਮਰਜੈਂਸੀ ਲਈ ਉੱਥੇ ਵੀ ਜਾਈਦਾ ਆ। ਇੱਦਾਂ ਆ ਵੀ ਮੈਂ ਕਹਿ ਲਓ ਕਿ ਵੀ ਇਹਨੂੰ ਯਾਨੀ ਕਿ ਕਹਿ ਲਓ ਕਿ ਵੀ ਰੋਟੀ ਆਪਣੇ ਖਿਲਾ ਕੇ, ਦਵਾਈਆਂ ਵੀ ਦੇਣੀਆਂ ਹੁੰਦੀਆਂ, ਡਰੋਪ ਵੀ ਪਾਉਣੇ ਹੁੰਦੇ ਆ, ਫਿਰ ਮੈਂ ਨਾਈਟ ਭਾਅ ਜੀ ਰਾਤ ਨੂੰ ਕੰਮ ਕਰਦਾ ਹਾਂ ਸਵਿਗੀ 'ਤੇ ਅਤੇ ਆਪਣੇ ਰੈਪੀਡੋ 'ਤੇ। ਬਹੁਤ ਔਖਾ ਵੀ ਹੁੰਦਾ ਆ, ਮੈਨੂੰ ਇਹਦੀ ਟੈਨਸ਼ਨ ਹੁੰਦੀ ਆ ਕਿਉਂਕਿ ਇਹਦੇ ਡਰੋਪ ਪਾਉਣੇ ਹੁੰਦੇ ਆ, ਮੈਂ ਤਾਂ ਇਹਦੇ ਸਾਈਡ 'ਤੇ ਇੱਕ ਰੱਖ ਜਾਂਦਾ ਇੱਕ ਡਰੋਪ, ਮੈਂ ਕਿਹਾ ਪਹਿਲਾਂ ਪਾ ਲਈ, ਮੈਂ ਕਿਹਾ ਆਹ ਥੋੜ੍ਹੇ ਟਾਈਮ ਬਾਅਦ, ਮੈਂ ਕਿਹਾ ਬਾਅਦ 'ਚੋਂ ਪਾ ਲਈ, ਠੀਕ ਆ, ਮੈਂ ਕਿਹਾ ਤੂੰ ਥੋੜ੍ਹੇ ਟਾਈਮ ਬਾਅਦ ਡਰੋਪ ਇਹ ਪਾ ਲਈ, ਫਿਰ ਵਿੱਚੋਂ ਆ ਕੇ ਫਿਰ ਮੈਂ ਆ ਕੇ ਰੱਖ ਕੇ ਜਾਂਦਾ ਹਾਂ, ਜਿਹੜੀਆਂ ਦਵਾਈਆਂ ਟਾਈਮ ਟੂ ਟਾਈਮ ਖਿਲਾਉਣ ਵਾਲੀਆਂ ਗੋਲੀਆਂ ਉਹ ਖਿਲਾ ਕੇ ਜਾਂਦਾ ਹਾਂ, ਅਤੇ ਡਰੋਪ ਪਾ ਕੇ ਜਾਂਦਾ, ਫਿਰ ਦੋ ਰੱਖ ਜਾਂਦਾ ਵੀ ਆਹ ਤੂੰ ਪਾ ਲਈ, ਦੂਜੀ ਸਾਈਡ ਇੱਕ ਤੇਰੇ ਪਿਆ ਇੱਕ ਲੈਫਟ ਆ ਇੱਕ ਰਾਈਟ ਆ, ਦੂਜਾ ਚੱਕ ਕੇ ਬਾਅਦ 'ਚੋਂ ਪਾ ਲਈ ਘੰਟੇ ਕੁ ਬਾਅਦ ਆਈਡੀਏ ਨਾਲ। ਮੈਂ ਯਾਨੀ ਕਿ ਇੱਦਾਂ ਰਾਤ ਨੂੰ ਨਾਈਟ ਸ਼ਿਫਟਾਂ ਲਾਉਂਦਾ ਹਾਂ ਭਾਅ ਜੀ, ਕੰਮ ਕਰਦਾ ਹਾਂ ਰੈਪੀਡੋ 'ਤੇ ਵੀ ਅਤੇ ਸਵਿਗੀ 'ਤੇ ਵੀ, ਹੁਣ ਆਪਣਾ ਕਿਉਂਕਿ ਇਲਾਜ ਲੰਬਾ ਆ, ਬਹੁਤ ਜ਼ਿਆਦਾ ਸਾਡਾ ਖਰਚਾ ਹੋ ਗਿਆ, ਹੁਣ ਸਪੋਰਟ ਕਰਨ ਵਾਲਾ ਵੀ ਕੋਈ ਨਹੀਂ ਹੈਗਾ, ਯਾਨੀ ਕਿ ਰਿਸ਼ਤੇਦਾਰ ਸਾਰੇ ਪਿੱਛੇ ਹਟ ਗਏ, ਹੁਣ ਬਸ ਉਹਦੇ ਵਿੱਚ ਹੀ ਆਪਣਾ ਮੈਂ ਟਾਈਮ ਪਾਸ ਕਰਦਾ, ਬਹੁਤ ਔਖਾ ਹੋ ਜਾਂਦਾ ਆ, ਰਾਤਾਂ ਜਾਗ ਜਾਗ ਕੇ ਮੈਂ 16-17 ਘੰਟੇ ਵੀ ਕੰਮ ਕਰਦਾ, ਇੰਨਾ ਔਖਾ ਹੁੰਦਾ ਆ, ਕਈ ਵਾਰੀ ਕਹਿ ਲਓ ਕਿ ਮੈਨੂੰ ਇਹ ਵੀ ਹੁੰਦਾ, ਮੈਂ ਕਿਹਾ ਭੁੱਖੀ ਪਿੱਛੇ ਤੜਫਦੀ ਹੋਣੀ ਆ, ਮੈਂ ਇਹਦੀ ਰੋਟੀ ਤੱਤੀ ਠੰਡੀ ਕਿਤੇ, ਚਾਹੇ ਗੁਰਦੁਆਰਿਓਂ ਕਹਿ ਲਿਓ ਕਿਤੇ ਉਹ ਵੀ ਮਿਲ ਗਈ, ਮੈਂ ਤੱਤੀ ਠੰਡੀ ਲਿਆ ਕੇ ਇੱਦਾਂ ਇਹਨੂੰ ਖਿਲਾ ਕੇ ਅਤੇ ਫਿਰ ਮੈਂ ਦਵਾਈ ਖਿਲਾਉਣੀ, ਬਹੁਤ ਔਖ ਲੱਗਦਾ ਕਈ ਵਾਰੀ, ਬਹੁਤ ਜਾਣੇ ਕਹਿ ਲਓ ਕਿ ਅੰਦਰ ਰੋਂਦਾ ਆ ਵੀ ਆਹ ਕਿਹੜਾ ਟਾਈਮ ਆ ਗਿਆ, ਕਿਉਂਕਿ ਕੰਮ ਵੀ ਕਰਨਾ ਰਾਤ ਨੂੰ, ਇਹਦਾ ਵੀ ਫਿਕਰ ਰਹਿੰਦਾ ਪਿੱਛੇ, ਇਹਨੂੰ ਦਵਾਈਆਂ ਵੀ ਦੇਣੀਆਂ ਅਤੇ ਇਹਨੂੰ ਰੋਟੀ ਵੀ ਖਿਲਾਉਣੀ ਹੁੰਦੀ ਆ, ਟੋਇਲਟ ਬਾਥਰੂਮ ਵੀ ਮੈਨੂੰ ਇੱਦਾਂ ਫੜ ਕੇ ਲਿਜਾਣਾ ਪੈਂਦਾ, ਕਿਤੇ ਵੀ ਜਾਣਾ ਇੱਦਾਂ ਫੜ ਕੇ ਲੈ ਕੇ ਜਾਣਾ ਪੈਂਦਾ, ਇਹ ਆਪ ਕਿਤੇ ਨਹੀਂ ਜਾ ਸਕਦੇ। ਬਿਲਕੁਲ ਨਹੀਂ ਦਿਖਦਾ ਭੈਣੇ ਤੁਹਾਨੂੰ? ਹਾਂਜੀ, ਜਿੱਦਾਂ ਲਾਈਟ ਜੀ ਦਿਖਦੀ ਹੈ ਤਾਂ ਪਛਾਣ ਦਾ ਪਤਾ ਲੱਗਦਾ। ਅੱਛਾ ਹਾਂਜੀ। ਅੱਛਾ ਬਾਈ ਨਰਿੰਦਰ ਬਾਈ, ਜਿਵੇਂ ਤੁਸੀਂ ਦੱਸਿਆ ਹੈ ਨਾ ਕਿ ਕਿੱਥੇ ਤਾਂ ਉਹ ਟਾਈਮ ਸੀ ਜਦੋਂ ਲੋਕ ਇਹ ਕਹਿੰਦੇ ਸੀ ਕਿ ਮੁੰਡੇ ਨੇ ਸਾਥ ਛੱਡ ਦੇਣਾ ਜੀ, ਇਹ ਤੈਨੂੰ ਵੇਚ ਵੱਟ ਦਊਗਾ, ਹੈ ਨਾ, ਨਸ਼ੇ ਪੱਤੇ ਕਰਦਾ ਗਾ ਜੀ, ਇਹਨੇ ਤੈਨੂੰ ਫਸਾਉਣਾ ਹੈ ਨਹੀਂ ਗਾ, ਕਿਸੇ ਖੂੰਜੇ 'ਚ ਸੜਦੀ ਹੋਏਗੀ, ਕਿੱਥੇ ਤਾਂ ਉਹ ਵਕਤ ਸੀ ਭੈਣੇ, ਉਹ ਲੋਕ ਇਹ ਤਾਨੇ ਮਿਹਣੇ ਦਿੰਦੇ ਸੀ, ਅੱਜ ਇਹ ਵੀ ਵਕਤ ਆ ਕਿ ਉਹ ਸਾਰੇ ਤਾਨੇ ਮਿਹਣੇ ਬਾਈ ਹੋਰਾਂ ਨੇ ਧੋਤੇ ਲੋਕਾਂ ਦੇ ਧੋਤੇ। ਹਾਂਜੀ ਹਾਂਜੀ, ਮੈਨੂੰ ਇਹੀ ਲੱਗਦਾ ਕਿ ਅੱਜ ਮਤਲਬ ਲੋਕਾਂ ਨੂੰ ਬਹੁਤ ਵੱਡਾ ਜਵਾਬ ਮਿਲ ਗਿਆ, ਜਿਹੜੇ ਮੈਨੂੰ ਕਹਿੰਦੇ ਸੀ ਇਹ ਡਰੱਗ ਕਰਦਾ ਆ ਜਾਂ ਇਹਨੇ ਤੇਰਾ ਸਾਥ ਨਹੀਂ ਦੇਣਾ, ਇਹ ਤੋਂ ਵੱਡਾ ਕਿਹੜਾ ਸਾਥ ਹੋ ਸਕਦਾ, ਇਹ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ, ਲੱਤ ਬਾਂਹ ਟੁੱਟਣੀ ਇੱਕ ਅਲੱਗ ਗੱਲ ਹੁੰਦੀ, ਇੱਕ ਅੱਖਾਂ ਦੀ ਨਿਗਾਹ ਚੱਲ ਜਾਣੀ, ਘਰ ਵਾਲੀ ਅੰਨੀ ਹੋ ਜਾਣਾ, ਉਹਦੇ ਬਾਵਜੂਦ ਵੀ ਆਪਣਾ ਘਰ ਬਾਰ ਤੱਕ ਗਹਿਣੇ ਰੱਖ ਦੇਣਾ, ਜ਼ਮੀਨ ਗਹਿਣੇ ਰੱਖ ਦੇਣੀ, ਸਭ ਕੁਛ ਛੁੱਟ ਜਾਣਾ, ਉਹਦਾ ਆਪਣਾ ਪਿੱਛੇ ਸਭ ਕੁਛ ਛੁੱਟ ਗਿਆ, ਉਹਦੇ ਬਾਵਜੂਦ ਵੀ ਅੱਜ 13 ਮਹੀਨੇ ਹੋ ਗਏ ਉਹ ਇਨਸਾਨ ਮੇਰੇ ਨਾਲ ਬੈਠਾ, ਮੇਰੇ ਲਈ ਓਵਰ ਟਾਈਮ ਉੱਥੇ ਲਾ ਰਿਹਾ, ਪਾਰਟ ਟਾਈਮ ਕੰਮ
ਉਹਨਾਂ ਲੋਕਾਂ ਲਈ ਜਵਾਬ ਹੋ ਸਕਦਾ ਹੈ। ਇਹ ਸਭ ਤੋਂ ਵੱਡਾ ਜਵਾਬ ਹੈ ਵੀ ਇੰਨੇ ਵੱਡੇ ਦੁੱਖ ਦੇ ਵਿੱਚ, ਇਸ ਵੱਡੇ ਦੁੱਖ ਵਿੱਚ ਮੈਨੂੰ ਲੱਗਦਾ ਆਪਣੇ ਮਾਂ ਪਿਓ ਵੀ ਸਾਥ ਛੱਡ ਜਾਣਗੇ ਵੀ ਇੱਕ ਭਾਰ ਆ ਵੀ ਮੈਂ ਇਹ ਤੋਂ ਕੀ ਲੈਣਾ ਵੀ ਮੇਰਾ ਪਤੀ ਮੇਰਾ ਸਾਥ ਦੇ ਰਿਹਾ। ਕਈ ਵਾਰ ਮੈਨੂੰ ਵੀ ਇੱਦਾਂ ਹੁੰਦਾ, ਮੈਨੂੰ ਲੱਗਦਾ ਨਾ ਮੈਂ ਤੇਰੇ 'ਤੇ ਭਾਰ ਆ, ਮੈਂ ਕਹਿੰਦਾ ਮੈਂ ਤੇਰੇ 'ਤੇ ਬੋਝ ਆ, ਮੈਂ ਕਹਿੰਦਾ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਤੇਰੇ 'ਤੇ ਭਾਰ ਬਣੀ ਆ, ਹਰ ਚੀਜ਼ ਮੈਂ ਤੇਰੇ 'ਤੇ ਡਿਪੈਂਡ ਆ, ਤੈਨੂੰ ਕੰਮ ਵੀ ਕਰਨਾ ਹੁੰਦਾ ਤੇਰੇ, ਮੇਰੇ ਕਰਕੇ ਤੇਰੀ ਜ਼ਿੰਦਗੀ ਵੀ ਬਹੁਤ ਪਿੱਛੇ ਪੈ ਗਈ। ਇਹ ਕਿ ਇਹੀ ਕਾਮਯਾਬ ਹੋਣ ਦਾ ਕੰਮ ਕਰਨ ਦਾ ਟਾਈਮ ਹੁੰਦਾ ਆ ਨਾ, ਵੀ ਉਹੀ ਟਾਈਮ ਆਪਣਾ ਖਰਾਬ ਹੋ ਗਿਆ, ਸਵਾ ਸਾਲ ਖਰਾਬ ਹੋ ਗਿਆ। ਉਹ ਕਹਿੰਦਾ ਨਹੀਂ ਤੂੰ ਮੇਰੀ ਵਾਈਫ ਆ, ਵੀ ਤੂੰ ਮੇਰੇ ਸਿਰ 'ਤੇ ਬੋਝ ਨਹੀਂ ਹੈਗੀ, ਇਹ ਗੱਲ ਤੂੰ ਅੱਜ ਕਹਿ ਦਿੱਤੀ, ਮੈਨੂੰ ਕਦੀ ਨਾ ਇਹ ਗੱਲ ਕਹੀ। ਮਤਲਬ ਇਹੀ ਚੀਜ਼ ਸ਼ਾਇਦ ਮੇਰਾ ਹੌਂਸਲਾ ਆ ਕਿ ਅੱਜ ਮੈਂ ਇੱਥੇ ਬੈਠੀ ਹਾਂ, ਮੈਂ ਜੀਂਦੀ ਹਾਂ, ਮੇਰੇ ਸਾਹ ਚੱਲਦੇ। ਨਹੀਂ ਤਾਂ ਜੇ ਮੇਰੇ ਹਸਬੈਂਡ ਮੇਰਾ ਸਾਹ ਛੱਡ ਜਾਂਦੇ ਤਾਂ ਸ਼ਾਇਦ ਮੇਰੇ ਸਾਹ ਵੀ ਨਾ ਚੱਲਦੇ ਹੁੰਦੇ, ਵੀ ਕੋਈ ਹੋਰ ਹੈ ਹੀ ਨਹੀਂ ਸੀਗਾ, ਜਾਣਾ ਕਿੱਥੇ ਸੀਗਾ। ਅੱਛਾ ਭੈਣੇ, ਜਦੋਂ ਤੁਸੀਂ ਜਦੋਂ ਇਹ ਤੁਹਾਨੂੰ ਦੱਸਦੇ ਆ ਕਿ ਆਪਾਂ ਘਰ ਵੀ ਗਹਿਣੇ ਰੱਖਤਾ, ਜ਼ਮੀਨ ਗਹਿਣੇ ਰੱਖਦੀ, ਘਰ ਵੇਚਤਾ, ਫਿਰ ਉਦੋਂ ਇਹ ਗੱਲ ਤੁਹਾਨੂੰ ਦੱਸਦੀ ਹੈ ਕਿ ਤੇਰੇ ਇਲਾਜ ਲਈ ਸਾਰਾ ਕੁਛ ਕਰਿਆ ਮੈਂ, ਜਾਂ ਦੱਸਦੀ ਨਹੀਂ? ਨਹੀਂ, ਇਹਨਾਂ ਨੇ ਮੈਨੂੰ ਪਹਿਲਾਂ ਨਹੀਂ ਦੱਸੀ ਹੈਗੀ। ਜਦੋਂ ਡਾਕਟਰਾਂ ਨੂੰ ਉੱਥੇ ਨਾ 1.5 ਲੱਖ ਦਾ ਬਿੱਲ ਬਣਾਇਆ ਤਾਂ ਮੈਂ ਇਹਨਾਂ ਨੂੰ ਪੁੱਛਦੀ ਹਾਂ, ਮੈਂ ਕਿਹਾ ਤੁਸੀਂ ਇੰਨੇ ਪੈਸੇ ਕਿੱਥੋਂ ਲਿਆ? ਕਹਿੰਦਾ ਮੈਂ ਜਿੱਥੋਂ ਮਰਜ਼ੀ ਲਿਆਇਆ ਹੋਵਾਂ। ਮੈਂ ਕਿਹਾ ਆਪਣੇ ਘਰ 'ਤੇ ਇੰਨੇ ਪੈਸੇ ਪਏ ਨਹੀਂ ਸੀ, ਨਾ ਆਪਣੇ ਕੋਲ ਇੰਨਾ ਸੋਨਾ ਸੀਗਾ, ਵੀ ਨਾ ਆਪਣੇ ਕੋਲ ਇੰਨੀ ਕਮਾਈ ਦਾ ਕੋਈ ਸਾਧਨ ਸੀਗਾ। ਜਿਹੜਾ ਤੁਸੀਂ 1.5 ਲੱਖ ਲਿਆਓਗੇ, ਵੀ ਤੁਸੀਂ ਲਿਆਏ ਕਿਤੇ ਕੋਈ ਚੀਜ਼ ਵੇਚੀ, ਕੁਛ ਗਿਰਵੀ ਰੱਖੇ? ਨਹੀਂ ਨਹੀਂ, ਬਸ ਮੈਂ ਇੱਦਾਂ ਆਪਣੇ ਕਿਸੇ ਜਾਣ ਪਛਾਣ ਵਾਲੇ ਤੋਂ ਫੜ ਲਿਆ। ਮੈਂ ਕਿਹਾ ਕੋਈ ਜਾਣ ਪਛਾਣ ਵਾਲਾ ਅੱਜ ਕੱਲ੍ਹ ਰੁਪਈਆ ਨਹੀਂ ਦਿੰਦਾ, ਤੁਹਾਨੂੰ 1.5 ਲੱਖ ਕਿੱਦਾਂ ਦੇ ਦਿੱਤਾ? ਇਹਨਾਂ ਨੇ ਇਹ ਚੀਜ਼ ਮੈਨੂੰ ਦੱਸੀ ਨਹੀਂ। ਮਤਲਬ ਹੁਣ ਮੈਨੂੰ 1-2 ਮਹੀਨੇ ਪਹਿਲਾਂ ਪਤਾ ਲੱਗਾ, ਜਦੋਂ ਮਤਲਬ ਇਹ ਕਈ ਵਾਰ ਰਾਤ ਨੂੰ ਨਾ ਘੁੰਮਦੇ ਰਹਿੰਦੇ, ਪਰੇਸ਼ਾਨ ਹੁੰਦੇ ਰਹਿੰਦੇ, ਮੈਨੂੰ ਲੱਗਦਾ ਰਹਿੰਦਾ ਵੀ ਕੋਈ ਪਰੇਸ਼ਾਨੀ ਆ। ਮੈਂ ਕਹਿੰਦਾ ਦੱਸੋ ਤੁਹਾਨੂੰ ਕਿਹੜੀ ਪਰੇਸ਼ਾਨੀ, ਮੈਂ ਤੁਹਾਨੂੰ ਮੇਰੀ ਸੋਹਿਆ ਵੀ ਦੱਸੋ। ਤਾਂ ਮੈਨੂੰ ਇਹਨਾਂ ਦੱਸਣਾ ਕਿ ਮੈਨੂੰ ਉਹ ਜਿਹੜੇ ਵਿਆਜੂ ਪੈਸੇ ਫੜੇ ਆ, ਉਹਨਾਂ ਦਾ ਵਿਆਜ ਵੱਡ ਵੱਡ ਖਾਂਦਾ ਉਹ ਲੋਕਾਂ ਦੇ। ਜਦੋਂ ਨਾ ਇੱਕ ਵਾਰੀ ਮੇਰੇ ਕੋਲ ਬੈਠੇ ਮੇਰੇ ਸਾਹਮਣੇ ਉਹਨਾਂ ਦਾ ਕਾਲ ਆ ਗਿਆ ਅਤੇ ਉਹ ਵਿਆਜ ਲੇਟ ਹੋ ਗਿਆ ਸੀ, ਉਹ ਕਹਿੰਦੇ ਵਿਆਜ ਅੱਬੀ ਦੇ ਦਿਓ, ਨਹੀਂ ਤਾਂ ਅਸੀਂ ਤੁਹਾਡਾ ਵੀ ਘਰ 'ਤੇ ਕਬਜ਼ਾ ਕਰ ਲੈਣਾ, ਨਹੀਂ ਤਾਂ ਸਾਨੂੰ ਅੱਧਾ ਘਰ ਆਪਣਾ ਦੇ ਦਿਓ। ਅਤੇ ਤਾਂ ਉਦੋਂ ਇਹਨਾਂ ਨੇ ਮਤਲਬ ਕੰਮ ਕਰਨਾ ਸ਼ੁਰੂ ਕੀਤਾ। ਪਹਿਲਾਂ ਤਾਂ ਬਿਲਕੁਲ ਕੰਮ ਵੀ ਨਹੀਂ ਕਰ ਸਕਦੇ ਸੀਗੇ, ਕਿਉਂਕਿ ਇਹ ਬਿਲਕੁਲ ਰੋਜ਼ ਹੋਸਪਿਟਲ ਜਾਣਾ ਹੁੰਦਾ ਸੀਗਾ, ਇਹਨਾਂ 'ਤੇ ਡਿਪੈਂਡ ਮੈਨੂੰ 1 ਮਿੰਟ ਛੱਡ ਕੇ ਨਹੀਂ ਜਾ ਸਕਦੇ ਸੀਗੇ। ਜਦੋਂ ਮੈਨੂੰ ਇਹ ਚੀਜ਼ ਪਤਾ ਲੱਗੀ, ਮੈਂ ਕਿਹਾ ਚੱਲ ਕੋਈ ਨਾ, ਮੈਂ ਆਪੇ ਐਡਜਸਟ ਕਰ ਲੂੰਗੀ, ਜਿੱਦਾਂ ਵੀ ਮੈਂ ਕਮਰੇ ਵਿੱਚ ਪਈ ਰਹੂੰਗੀ, ਵੀ ਤੁਸੀਂ ਆਪਣਾ 2-4 ਘੰਟੇ ਜਿਹੜੇ ਲਾ ਲਓ, ਵੀ ਤਾਂ ਹੀ ਆਪਾਂ ਲੋਕਾਂ ਦਾ ਕਰਜ਼ਾ ਲਾ ਸਕਦੇ, ਨਹੀਂ ਤਾਂ ਸਾਡਾ ਘਰ ਵੀ ਜਾਂਦਾ ਲੱਗਣਾ। ਜਦੋਂ ਮੈਨੂੰ ਇਹ ਚੀਜ਼ ਦਾ ਪਤਾ ਲੱਗਾ ਵੀ ਘਰ 'ਤੇ ਜ਼ਮੀਨ, ਉਹ ਚੀਜ਼ ਮੈਨੂੰ ਬੜਾ ਦੁੱਖ ਲੱਗਾ। ਮੈਂ ਕਿਹਾ ਤੁਸੀਂ ਮੇਰੇ ਲਈ ਇੰਨਾ ਨਾ ਸਹਿੰਦੇ, ਮੈਂ ਕਿਹਾ ਇੱਧਰ ਰੱਬ ਮੈਨੂੰ ਮੌਤ ਹੀ ਦੇ ਦਿੰਦਾ, ਵੀ ਇੰਨਾ ਕੁਛ ਸਾਡਾ ਸਾਰਾ ਕੁਛ ਜਾਂਦਾ ਲੱਗਾ, ਵੀ ਮੇਰੀ ਨਿਗ੍ਹਾ ਵੀ ਹਜੇ ਜਾਂਦੀ ਲੱਗੀ, ਉਹ ਵੀ ਨਹੀਂ ਆਈ ਹੈਗੀ। ਬੰਦੇ ਨੂੰ ਹੌਸਲਾ ਹੁੰਦਾ, ਚਲੋ ਆਪਾਂ ਸਾਰਾ ਕੁਛ ਇਹ ਗਹਿਣੇ ਰੱਖਿਆ, ਨਜ਼ਰ ਹੀ ਆ ਜਾਵੇ, ਇੱਕ ਇਨਸਾਨ ਠੀਕ ਹੋ ਜਾਵੇ, ਚਲ ਮੈਨੂੰ ਇਹ ਆ ਕਿ 1 ਅੱਖ ਦੀ ਨਜ਼ਰ ਆ ਜਾਵੇ, ਮੈਂ ਆਪਣੇ ਆਪ ਜੋਗੀ ਹੋ ਜਾਵਾਂ, ਵੀ ਮੈਂ ਇਹਨਾਂ 'ਤੇ ਭਾਰ ਨਾ ਬਣਾਏ, ਆਪਣਾ ਕੰਮ ਕਰ ਸਕਾਂ ਜ਼ਿੰਦਗੀ 'ਚ। ਕਦੇ ਉਹ ਰੱਬ ਨਾਲ ਗਿਲੇ ਸ਼ਿਕਵੇ ਹੁੰਦੇ ਆ ਭੈਣੇ, ਕਿ ਐਡੀ ਕੀ ਮਾੜੀ ਕਿਸਮਤ ਹੈ ਨਾ, ਸ਼ੁਰੂ ਤੋਂ ਲੈ ਕੇ ਦੁਖੀ ਦੇਖੀਏ ਅਤੇ ਫਿਰ ਜਦੋਂ ਅੱਗੇ ਸੁੱਖ ਦੇਖਣ ਦਾ ਟਾਈਮ ਸੀ, ਉਹ ਵੀ 6 ਮਹੀਨੇ ਦਿੱਤੇ ਸੁੱਖ, ਅਤੇ ਉਦੋਂ ਬਾਅਦ ਵੀ ਫਿਰ ਉਹੀ ਦੁੱਖ ਹੈ ਨਾ, ਉਦੋਂ ਵੀ ਦੁੱਗਣੇ ਦੁੱਖ ਦੇ ਤੇ। ਹਾਂਜੀ, ਗਿਲੇ ਸ਼ਿਕਵੇ ਪਰਮਾਤਮਾ ਨਾਲ ਤਾਂ ਮੇਰੇ ਬਹੁਤ ਜ਼ਿਆਦਾ ਆ। ਮਤਲਬ ਇਹ ਟਾਈਮ ਆ ਗਿਆ ਕਿ ਮੈਂ ਤਾਂ ਹੁਣ ਕਿਸੇ ਗੁਰੂ ਘਰ ਵੀ ਨਹੀਂ ਜਾਂਦੀ। ਮੈਨੂੰ ਇਹ ਸੀਗਾ ਕਿ ਮੈਂ ਇੰਨਾ ਗੁਰੂਆਂ ਨੂੰ ਪਹਿਲਾਂ ਪੀਰਾਂ ਨੂੰ ਬਹੁਤ ਮੰਨਦੀ ਹੁੰਦੀ ਸੀਗੀ, ਮੈਨੂੰ ਵਿਸ਼ਵਾਸ ਉੱਠ ਗਿਆ। ਮੈਂ ਕਿਹਾ ਤੁਸੀਂ ਚਲੋ ਠੀਕ ਆ, ਮੈਂ ਮੰਨਦੀ ਹਾਂ ਮੇਰੀ ਇਸ ਐਕਸੀਡੈਂਟ 'ਚ ਜਾਨ ਬਚਾਈ, ਪਰ ਮੇਰੀ 1 ਅੱਖ ਬਚ ਜਾਂਦੀ, ਮੇਰੀ 2 ਅੱਖਾਂ ਤਾਂ ਜਾਂਦੀ ਲੱਗੀ, ਨਾ ਮੈਂ ਹੁਣ ਜੀਂਦਿਆਂ 'ਚ ਹਾਂ, ਨਾ ਮੈਂ ਮਰਿਆਂ 'ਚ ਹਾਂ। ਨਜ਼ਰ ਤੋਂ ਬਿਨਾਂ ਬੰਦਾ ਕਿਹੜਾ, ਨਜ਼ਰ ਤੋਂ ਬਿਨਾਂ ਜ਼ਿੰਦਗੀ ਨਰਕ ਆ। ਮੈਂ ਰੱਬ ਨੂੰ ਇਹੀ ਕਹਿੰਦੀ ਕਿ ਬਚਪਨ 'ਚ ਤੁਸੀਂ ਮੈਨੂੰ ਇੰਨੇ ਦੁੱਖ ਦਿੱਤਾ ਰੱਬਾ, ਮੈਨੂੰ ਧੱਕੇ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ, ਕਦੀ ਇਸ ਘਰ ਤੋਂ ਇੱਥੇ ਚੱਲ ਗਈ, ਉਹਨਾਂ ਨੇ ਨਹੀਂ ਚੱਲਿਆ, ਦੂਸਰੇ ਘਰ ਚੱਲ ਗਈ, ਉਹਨਾਂ ਨੇ ਨਹੀਂ ਚੱਲਿਆ, ਉੱਧਰ ਚੱਲ ਗਈ। ਮੈਨੂੰ ਸੀਗਾ ਚਲੋ ਸਾਰੇ ਕਹਿੰਦੇ ਵਿਆਹ ਤੋਂ ਬਾਅਦ ਤੇਰੀ ਜ਼ਿੰਦਗੀ ਵਧੀਆ ਹੋਊਗੀ, ਚੰਗਾ ਘਰ ਵਾਲਾ ਮਿਲ ਜੂਗਾ, ਮੈਂ ਕਿਹਾ ਮਿਲ ਗਿਆ, ਪਰ ਕਰਮ ਉਹ ਵੀ ਮੇਰੇ ਨਾਲ ਹੀ ਰਹੇ, ਵੀ ਕਰਮ ਮੇਰੇ ਮਾੜੇ ਸੀਗੇ, ਵੀ ਅੱਜ ਮੇਰੇ ਸੱਟ ਲੱਗੀ, ਮੇਰੀ ਅੱਖਾਂ ਦੀ ਨਜ਼ਰ ਚੱਲ ਗਈ। ਵੀ ਮੈਨੂੰ ਰੱਬ ਨਾਲ ਬਹੁਤ ਇਸ ਚੀਜ਼ ਨਾਲ ਸ਼ਿਕਵਾਇਆ ਕਿ ਰੱਬ ਮੇਰੇ ਨਾਲ ਆਹ ਚੀਜ਼ ਨਾ ਕਰਦਾ, ਕਿਉਂਕਿ ਆਹੀ ਟਾਈਮ ਸੀ, ਇੰਨੇ ਸੁਪਨੇ ਸਜਾਏ ਸੀਗੇ ਵਿਆਹ ਤੋਂ ਬਾਅਦ, ਸਾਰੇ ਸੁਪਨੇ ਟੁੱਟ ਗਏ, ਵੀ ਇੰਨਾ ਟਾਈਮ ਵੀ ਹੁਣ ਖਰਾਬ ਹੋ ਗਿਆ, ਹਜੇ ਪਤਾ ਨਹੀਂ ਹੋਰ ਕਿੰਨਾ ਟਾਈਮ ਇਲਾਜ ਚੱਲਣਾ, ਵੀ ਆਉਣੀ ਵੀ ਆ ਨਿਗ੍ਹਾ ਜਾਂ ਨਹੀਂ, ਵੀ ਕਿੱਦਾਂ ਹੋਊਗਾ ਜ਼ਿੰਦਗੀ ਵਿੱਚ। ਬਹੁਤ ਜ਼ਿਆਦਾ ਉਸ ਚੀਜ਼ ਨੂੰ ਸੋਚ ਕੇ ਕਈ ਵਾਰ ਮੈਂ ਇਕੱਲੀ ਬਹਿ ਕੇ ਰੋ ਲੈਂਦੀ ਹਾਂ, ਰੱਬ ਨਾਲ ਵੀ ਗਿਲੇ ਸ਼ਿਕਵੇ ਕਰ ਲੈਂਦੀ ਹਾਂ ਵੀ ਰੱਬਾ ਇੱਦਾਂ ਨਾ ਮੇਰੇ ਨਾਲ ਕਰਦਾ, ਭਾਵੇਂ ਮੇਰੀਆਂ ਦੋਵੇਂ ਲੱਤਾਂ ਟੁੱਟ ਜਾਂਦੀਆਂ ਮੈਂ ਵੀਲਚੇਅਰ 'ਤੇ ਹੁੰਦੀ, ਪਰ ਨਜ਼ਰ ਨਾ ਕਿਸੇ ਦੀ ਰੱਬ ਕਦੀ ਖੋਵੇ, ਨਜ਼ਰ ਵੀ ਨਾ ਬਹੁਤ ਔਖਾ ਹੁੰਦਾ। ਕਈ ਵਾਰ ਇੱਦਾਂ ਟਾਈਮ ਹੁੰਦਾ ਸੀ ਮੈਂ ਆਪਣਾ ਸਰੀਰ ਦੇਖਣ ਨੂੰ ਤਰਸਣਾ, ਮੈਂ ਕਹਿੰਦਾ ਮੈਂ ਆਪਣੇ ਬਾਹਾਂ ਦੇਖਣਾ ਚਾਹੁੰਦੀ, ਮੈਂ ਆਪਣੇ ਆਪ ਨੂੰ ਦੇਖਣਾ ਚਾਹੁੰਦੀ, ਮੈਂ ਕਹਿੰਦਾ ਮੈਂ ਆਪਣੇ ਪਤੀ ਨੂੰ ਦੇਖੇ ਬਿਨਾਂ 1 ਮਿੰਟ ਨਹੀਂ ਰਹਿੰਦੀ ਹੁੰਦੀ ਸੀ, ਮੈਂ ਤੁਹਾਡਾ ਚਿਹਰਾ ਦੇਖਣਾ ਚਾਹੁੰਦੀ, ਮੇਰਾ ਤੁਹਾਡਾ ਚਿਹਰਾ ਦੇਖਣ ਨੂੰ ਬੜਾ ਦਿਲ ਕਰਦਾ, ਮੈਂ ਕਹਿੰਦਾ ਉਹ ਦਿਨ ਕਦੋਂ ਹੋਊਗਾ ਜਦੋਂ ਮੈਂ ਤੁਹਾਡਾ ਚਿਹਰਾ ਦੇਖ ਸਕਾਂ। ਮੈਂ ਕਿਹਾ ਰੱਬਾ
ਪੜ੍ਹਾਈ ਤੁਸੀਂ ਆਪਣੇ ਦਮ ਤੇ ਕੀਤੀ, ਚੋਰੀ ਕੀਤੀ, ਹੈ ਨਾ, ਪੜ੍ਹ ਕੇ ਜਦੋਂ ਉੱਥੇ ਬਾਕੀ ਬੱਚਿਆਂ ਦੇ ਮਾਂ ਬਾਪ ਤੁਸੀਂ ਦੇਖਦੇ ਹੋਵੋਗੇ ਕਿ ਉਹਨਾਂ ਦੇ ਮਾਂ ਬਾਪ ਬੱਚਿਆਂ ਦੇ ਲੈਣ ਆ ਰਹੇ ਆ, ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਲੈਣ ਆ ਰਹੇ ਆ, ਫਿਰ ਉਦੋਂ ਇਹ ਚੀਜ਼ਾਂ ਨੂੰ ਦਿਲ ਤਰਸਦਾ ਸੀਗਾ ਕਿ ਕਾਸ਼ ਸਾਡਾ ਮੇਰਾ ਵੀ ਕੋਈ ਆਪਦਾ ਹੁੰਦਾ, ਹੈ ਨਾ ਡੈਡੀ, ਕਿ ਮੈਨੂੰ ਲੈਣ ਆਉਂਦਾ ਇੱਥੇ, ਅਤੇ ਮੈਂ ਖੁਸ਼ੀ ਖੁਸ਼ੀ ਆਪਣੀ ਮੰਮੀ ਡੈਡੀ ਨਾਲ ਚੰਗੀ ਜ਼ਿੰਦਗੀ ਜਿਉਂ ਪਾਉਂਦੀ। ਹਾਂਜੀ, ਉਹ ਚੀਜ਼ ਮੈਨੂੰ ਬੜੀ ਫੀਲ ਹੁੰਦੀ ਸੀ ਜਦੋਂ ਪੇਰੈਂਟਸ ਮੀਟਿੰਗ ਵੀ ਹੁੰਦੀ ਸੀਗੀ, ਸਾਰਿਆਂ ਦੇ ਮਾਂ ਪਿਓ ਨੇ ਆਉਣਾ, ਸਾਰਿਆਂ ਨੇ ਕਹਿਣਾ ਵੀ ਹੈ ਨਾ ਸਾਡੇ ਡੈਡੀ ਆਏ ਆ, ਸਾਡੀ ਮੰਮੀ ਆਈ ਆ, ਪਰ ਮੇਰੇ ਆਉਣ ਵਾਲਾ ਕੋਈ ਨਹੀਂ ਸੀਗਾ। ਮੈਨੂੰ ਉਸ ਟਾਈਮ ਇਹ ਹੁੰਦਾ ਸੀਗਾ ਕਿ ਮੇਰਾ ਪੇ ਹੋਵੇ, ਹੁਣ ਵੀ ਜਦੋਂ ਫਾਦਰਸ ਡੇ ਪਿੱਛੇ ਜਿਹਾ ਲੰਘ ਕੇ ਗਿਆ, ਉਸ ਦਿਨ ਵੀ ਮੈਨੂੰ ਲੋਕ ਸਾਰੇ ਸਟੇਟਸ ਪਾਉਂਦੇ ਸੀ, ਮੈਂ ਕਿਹਾ ਮੈਂ ਕਿਹਦੇ ਲਈ ਪਾਵਾਂ, ਮੈਨੂੰ ਕਦੀ ਕਿਸੇ ਨੇ ਪਿਆਰ ਫਾਦਰ ਵਾਲਾ ਦਿੱਤਾ ਹੀ ਨਹੀਂ। ਮੈਨੂੰ ਉਸ ਟਾਈਮ ਸਾਰਿਆਂ ਵਾਲੇ ਇਹ ਠੀਕ ਚੀਜ਼ ਫੀਲ ਹੁੰਦੀ ਸੀ। ਮੈਂ ਉਸ ਟਾਈਮ ਪੇਰੈਂਟਸ ਮੀਟਿੰਗ ਵਾਲੇ ਦਿਨ ਸਕੂਲੇ ਹੀ ਨਹੀਂ ਜਾਂਦੀ ਹੁੰਦੀ ਸੀ, ਨਾ ਮੈਂ ਕਾਲਜ ਜਾਂਦੀ ਹੁੰਦੀ ਸੀ, ਕਿਉਂਕਿ ਮੈਂ ਕਿਹਾ ਸਾਰਿਆਂ ਨੇ ਸਵਾਲ ਕਰਨਾ ਵੀ ਤੇਰਾ ਫਾਦਰ ਕਿੱਥੇ ਆ, ਤੇਰੇ ਫਾਦਰ ਕਿਉਂ ਨਹੀਂ ਆਏ। ਮੈਨੂੰ ਈਵਨ ਸਾਰੇ ਸਵਾਲ ਕਰਦੇ ਵੀ ਹੁੰਦੇ ਸੀ ਕਿ ਤੇਰੇ ਡੈਡੀ ਨਹੀਂ ਕਦੀ ਦੇਖੇ, ਤੇਰੇ ਡੈਡੀ ਕਿੱਥੇ ਆ। ਮੈਂ ਉਹਨਾਂ ਨੂੰ ਕੁਛ ਨਹੀਂ ਦੱਸਦੀ ਹੁੰਦੀ ਸੀ, ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਹਾਂ ਮੇਰੇ ਬਚਪਨ ਵਿੱਚ ਡੈਡੀ ਮਰ ਗਿਆ ਸੀ, ਮੇਰੀ ਸਿਰਫ ਮੰਮੀ ਆ। ਪਰ ਜੋ ਮੇਰੀ ਸਟੋਰੀ ਸੀਗੀ, ਅੱਜ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਸ ਇੰਟਰਵਿਊ ਦੇ ਥਰੂ ਪਤਾ ਲੱਗੂਗੀ, ਬਹੁਤਿਆਂ ਨੂੰ ਪਹਿਲਾਂ ਪਤਾ ਨਹੀਂ ਸੀਗੀ। ਮੈਂ ਚੀਜ਼ ਹਮੇਸ਼ਾ ਲੁਕੋ ਕੇ ਰੱਖੀ ਕਿਉਂਕਿ ਮੈਂ ਇਹ ਦੱਸਣ ਦੀ ਮੇਰੇ 'ਚ ਹਿੰਮਤ ਹੀ ਨਹੀਂ ਸੀਗੀ। ਇਹ ਮੇਰੇ ਨਾਲ ਜ਼ਿੰਦਗੀ ਨਾਲ ਜੁੜੀ ਹੋਈ ਬਹੁਤ ਵੱਡੀ ਗੱਲ ਸੀਗੀ, ਅਤੇ ਅੱਜ ਮੈਂ ਹਿੰਮਤ ਕਰਕੇ ਦੁਨੀਆ ਦੇ ਸਾਹਮਣੇ ਇਹ ਗੱਲ ਦੱਸ ਰਹੀ ਹਾਂ। ਮੇਰੀ ਸਭ ਤੋਂ ਵੱਡੀ ਹਿੰਮਤ ਮੇਰੇ ਪਤੀ ਆ, ਮੇਰੇ ਪਤੀ ਦਾ ਪਿਆਰ ਹੈ, ਉਹ ਮੇਰੇ ਨਾਲ ਖੜੇ ਆ। ਉਹਨਾਂ ਨੇ ਮੇਰਾ ਹੱਥ ਫੜ ਕੇ ਗੱਲ ਕਹਿਤੀ ਸੀ ਕਿ ਜਦ ਤੱਕ ਮੇਰੇ ਸਾਹ ਚੱਲਦੇ ਆ ਮੈਂ ਤੇਰਾ ਸਾਥ ਨਹੀਂ ਛੱਡਦਾ। ਮੈਨੂੰ ਇਹ ਆ ਕਿ ਜੀਵਨ ਸਾਥੀ ਦਾ ਵਿਆਹ ਤੋਂ ਬਾਅਦ ਸਭ ਤੋਂ ਵੱਡਾ ਸਾਥ ਹੁੰਦਾ ਆ। ਜੇ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਆ, ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਖੜਿਆ, ਤਾਂ ਤੁਸੀਂ ਜ਼ਿੰਦਗੀ ਦੀ ਹਰ ਮੁਸ਼ਕਲ ਨੂੰ ਪਾਰ ਕਰ ਸਕਦੇ। ਪਤੀ ਪਤਨੀ ਆ ਜਿਹੜੇ, ਉਹ ਭਾਵੇਂ ਇਕੱਲੇ ਇੱਕ ਸਾਈਡ ਆ, ਬਾਕੀ ਸਾਰੀ ਦੁਨੀਆ ਇੱਕ ਸਾਈਡ ਆ, ਤਾਂ ਉਹ ਹਰ ਚੀਜ਼ 'ਚੋਂ ਬਾਹਰ ਆ ਸਕਦੇ, ਹਰ ਮੁਸ਼ਕਲ 'ਚੋਂ ਬਾਹਰ ਆ ਸਕਦੇ ਆ। ਜੇ ਉਹ ਦੋਵੇਂ ਇਕੱਠੇ ਇੱਕ ਦੂਜੇ ਦਾ ਸਾਥ ਆ, ਅੰਡਰਸਟੈਂਡਿੰਗ ਆ, ਪਿਆਰ ਹੈ, ਤਾਂ ਜ਼ਿੰਦਗੀ ਬਹੁਤ ਸਕਾਲੀ ਹੋ ਜਾਂਦੀ। ਅਤੇ ਇਸ ਮੁਸ਼ਕਲ ਟਾਈਮ ਵਿੱਚ ਵੀ ਜਿਹੜੀ ਚੀਜ਼ ਮੈਨੂੰ ਬਿਲਕੁਲ ਨਹੀਂ ਟੁੱਟਣ ਦਿੰਦੀ, ਉਹ ਮੇਰੇ ਪਤੀ ਦਾ ਸਾਥ ਹੀ ਆ, ਜਿਹੜਾ ਮੈਨੂੰ ਹਮੇਸ਼ਾ ਰਿਹਾ ਆ। ਹਾਂਜੀ, ਮੈਂ ਇਹਨਾਂ ਨੂੰ ਕਹਿੰਦੀ ਹਾਂ, ਮੈਂ ਕਿਹਾ ਹੁਣ ਕੀ ਪਤਾ ਵੀ 13 ਮਹੀਨੇ ਹੋ ਗਿਆ, ਹੋਰ ਕਿੰਨਾ ਟਾਈਮ ਚੱਲਣਾ, ਵੀ ਤੁਸੀਂ ਮੈਨੂੰ ਕਦੇ ਆਪਣੇ ਨਾਲ ਲਈ ਫਿਰਦੇ ਆ, ਮੈਂ ਤੁਹਾਡੇ ਲਈ ਬੋਝ ਹਾਂ, ਤੁਸੀਂ ਵਿਆਹ ਕਰਵਾ ਲਓ ਵੀ, ਹੈ ਨਾ, ਤੁਸੀਂ ਕਰਵਾ ਸਕਦੇ, ਮੈਨੂੰ ਛੱਡ ਦਿਓ ਜਿਸ ਵੀ ਹਾਲਾਤ ਵਿੱਚ, ਜੋ ਮੇਰੀ ਕਿਸਮਤ 'ਚ ਹੋਊ ਰੱਬ ਨੇ ਲਿਖਿਆ ਦੇਖੀ ਜਾਓ। ਪਰ ਉਹ ਕਹਿੰਦੇ ਨਹੀਂ, ਵੀ ਮੈਂ ਪਿਆਰ ਤੈਨੂੰ ਕੀਤਾ ਆ, ਵੀ ਆਖਰੀ ਸਾਹਾਂ 'ਤੇ ਤੈਨੂੰ ਪਿਆਰ ਕਰਨਾ, ਮੇਰੀ ਵਾਈਫ ਤੂੰ ਸੀ, ਤੂੰ ਹੀ ਹੋਊਂਗੀ, ਉਸ ਘਰ 'ਚ ਤੂੰ ਹੀ ਜਾਊਂਗੀ, ਤੂੰ ਹੀ ਰੋਟੀ ਪਕਾਊਂਗੀ ਉਸ ਘਰ ਵਿੱਚ, ਵੀ ਤੇਰਾ ਥਾਂ ਹੋਰ ਕੋਈ ਨਹੀਂ ਲੈ ਸਕਦਾ। ਮੈਂ ਕਿਹਾ ਤੂੰ ਹੀ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਮੈਨੂੰ ਖਿਲਾਉਣੀ ਆ, ਵੀ ਜੇ ਮੇਰੇ ਲੱਗ ਜਾਂਦੀ ਸੱਟ ਇਹ ਅੱਖਾਂ 'ਤੇ, ਅਤੇ ਫਿਰ ਤੂੰ ਮੈਨੂੰ ਛੱਡ ਜਾਂਦੀ, ਤੂੰ ਵਿਆਹ ਹੋਰ ਕਰਾ ਲੈਂਦੀ? ਕਹਿੰਦੀ ਨਹੀਂ, ਕਦੇ ਵੀ ਨਹੀਂ। ਫਿਰ ਮੈਂ ਕਿਹਾ ਕਮਲੀਏ, ਤੂੰ ਕਿੱਦਾਂ ਸੋਚ ਲਿਆ ਵੀ ਮੈਂ ਹੋਰ ਵਿਆਹ ਕਰਾ ਲੂੰਗਾ? ਤੈਨੂੰ ਵਿਆਹ ਕੇ ਲਿਆਇਆ ਮੈਂ, ਤੈਨੂੰ ਠੀਕ ਕਰੂੰਗਾ, ਬਾਕੀ ਉਹ ਵਾਹਿਗੁਰੂ ਆ, ਰੱਬ ਆ, ਸਾਥ ਦਊਗਾ, ਬਾਕੀ ਸਾਰੇ ਜਾਣੇ, ਇੰਨੇ ਲੋਕ ਅਰਦਾਸਾਂ ਵੀ ਕਰਦੇ ਆ, ਉਹ ਅਰਦਾਸਾਂ ਲੱਗਣਗੀਆਂ। ਮੈਂ ਕਿਹਾ ਤੂੰ ਠੀਕ ਹੋਊਂਗੀ, ਤੂੰ ਦੇਖੂੰਗੀ ਦੁਨੀਆ ਛੇਤੀ, ਮੈਂ ਕਿਹਾ ਤੂੰ ਇਹ ਸਾਰਾ ਕੁਛ ਦੇਖੂੰਗੀ ਤਾਂ ਮੈਨੂੰ ਵੀ ਦੇਖੂੰਗੀ, ਮੈਂ ਕਿਹਾ ਜੀਵਾਂਗੇ ਜ਼ਿੰਦਗੀ ਆਪਾਂ ਵੀ, ਕੋਈ ਨਹੀਂ ਤਾਂ ਠੀਕ ਹੋ ਜਾਣਾ। ਮੈਂ ਨਹੀਂ ਸ਼ੌਂਕ ਪੂਰੇ ਕਰ ਸਕੀ, ਮਤਲਬ ਇੱਕ ਕੁੜੀ ਨੂੰ ਨਾ ਵਿਆਹ ਤੋਂ ਬਾਅਦ ਹੁੰਦਾ ਸ਼ੌਂਕ ਪੂਰੇ ਕਰਨ ਦਾ, ਇੱਕ ਮੇਕਅਪ ਕਰਨ ਦਾ, ਅਲੱਗ ਅਲੱਗ ਤਰ੍ਹਾਂ ਦੇ ਕੱਪੜੇ ਪਾਉਣ ਦਾ, ਸੂਟ ਪਾਉਣ ਦਾ, ਮੈਨੂੰ ਵੀ ਉਹ ਚੀਜ਼ ਬੜਾ ਸ਼ੌਂਕ ਹੈ। ਮਤਲਬ ਮੈਂ ਸਿਰਫ 6 ਮਹੀਨੇ ਪੂਰਾ ਕਰ ਸਕੀ, ਅੱਜ ਵੀ ਕਈ ਵਾਰ ਮੈਨੂੰ ਉਹ ਚੀਜ਼ ਫੀਲ ਹੁੰਦੀ ਹੈ। ਮੈਂ ਕਿਹਾ ਮੈਂ ਮੇਕਅਪ ਕਰਨਾ ਚਾਹੁੰਦੀ ਹਾਂ, ਮੈਂ ਕਿਹਾ ਮੈਂ ਲਿਪਸਟਿਕ ਲਗਾਉਣਾ ਚਾਹੁੰਦੀ ਹਾਂ, ਜਿਹੜੀਆਂ ਕੁੜੀਆਂ ਵਿਆਹ ਤੋਂ ਬਾਅਦ ਕਰਦੀਆਂ, ਮੈਂ ਸ਼ੌਂਕ ਪੂਰੇ ਕਰਨਾ ਚਾਹੁੰਦੀ, ਮੈਂ ਕਦੋਂ ਸ਼ੌਂਕ ਪੂਰੇ ਕਰੂੰਗੀ? ਆਹ ਮੇਰਾ ਜਿਹੜਾ ਚੂੜਾ ਆ, 1.5 ਸਾਲ ਹੋ ਗਏ ਨੇ, ਤਾਂ ਕੁੜੀਆਂ ਇੰਨੇ ਚੂੜੇ ਚੇਂਜ ਕਰਦੀਆਂ, ਮੈਂ ਉਹ ਤੱਕ ਨਹੀਂ ਚੇਂਜ ਕਰ ਸਕੀ। ਜਿਹੜੇ ਇੱਕ ਸੁਪਨੇ ਸੀਗੇ, ਮਤਲਬ ਅੱਖਾਂ ਦੇ ਸੱਟ ਲੱਗਣ, ਉਹ ਸਾਰੇ ਹੀ ਸੁਪਨੇ ਮੇਰੇ ਉਸੇ ਟਾਈਮ ਟੁੱਟ ਗਏ। ਮਤਲਬ ਅੱਜ ਤੱਕ ਮੇਰਾ ਕੋਈ ਸ਼ੌਂਕ ਨਹੀਂ ਪੂਰਾ ਹੋਇਆ। ਕਿਸੇ ਨੇ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਹੋਵੇ, ਹੈ ਨਾ, ਕਿਸੇ ਨੇ ਗੱਲਬਾਤ ਕਰਨੀ ਹੋਵੇ, ਹਾਂਜੀ, ਭੈਣ ਹੋਰਾਂ ਬਾਰੇ ਪੁੱਛਣਾ ਹੋਵੇ, ਕੋਈ ਸੰਪਰਕ ਨੰਬਰ ਤੁਹਾਡਾ? ਹਾਂਜੀ, ਮੇਰਾ ਨੰਬਰ ਹੈਗਾ ਜੀ 98-7524-54-672, ਫਿਰ ਦੂਜਾ ਨੰਬਰ ਹੈ 95-928-32-839। ਦੁਬਾਰੇ ਬੋਲ ਦਿਓ। ਹਾਂਜੀ, 98-7524-54-672, 95-928-32-839। ਇਹ ਦੋਨੇ ਨੰਬਰ ਚੱਲਦੇ ਜੀ ਮੇਰੇ ਕੋਲ। ਕਿਆ ਬਾਤ ਹੈ ਬਾਈ, ਤੁਹਾਡਾ ਹੌਸਲਾ ਬਹੁਤ ਵੱਡਾ ਇਹਨਾਂ ਨੂੰ, ਹੈ ਨਾ, ਕਿ ਤੁਸੀਂ ਇਹਨਾਂ ਨੂੰ ਕਦੇ ਟੁੱਟਣ ਨਹੀਂ ਦਿੱਤਾ ਬਾਈ, ਅਤੇ ਹੌਸਲਾ ਅਫਜ਼ਾਈ ਤੁਸੀਂ ਇਹਨਾਂ ਦੀ ਹਮੇਸ਼ਾ ਕਰਦੇ ਹੋ। ਅਤੇ ਬਾਕੀ ਸਾਡੇ ਸਰੋਤਿਆਂ ਨੂੰ ਵੀ ਇਹ ਅਪੀਲ ਹੈ ਨਾ, ਅਸੀਂ ਇਹਨਾਂ ਦਾ ਫੋਨ ਨੰਬਰ ਉੱਤੇ ਪਾਵਾਂਗੇ, ਗੱਲਬਾਤ ਰਾਬਤਾ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਸੱਚਮੁੱਚ ਭੈਣ ਹੋਰਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਉਣੀ ਚਾਹੀਦੀ ਹੈ, ਤਾਂ ਬਾਈ ਇੱਕ ਫਰਜ਼ ਸਮਝ ਕੇ, ਹੈ ਨਾ, ਬਾਈ ਹੋਰਾਂ ਨਾਲ ਸੰਪਰਕ ਜ਼ਰੂਰ ਕਰਿਓ। ਜੇ ਤੁਹਾਨੂੰ ਲੱਗਦਾ ਕਿ ਸੱਚਮੁੱਚ ਇਹ ਇੰਟਰਵਿਊ ਦੇਖ ਕੇ ਕਿ ਭੈਣ ਹੋਰਾਂ ਦੀ ਮਦਦ ਕਰ ਦੇਣੀ ਚਾਹੀਦੀ ਆ, ਤਾਂ ਇਸ ਤੋਂ ਪਰੇ ਦਾ ਕੰਮ ਕੋਈ ਹੋਰ ਹੋ ਵੀ ਨਹੀਂ ਸਕਦਾ। ਸੋ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਜੇ ਤੁਹਾਡੀ ਵੀ ਜ਼ਿੰਦਗੀ ਦੀ ਐਸੀ ਕਹਾਣੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਥੱਲੇ ਇੱਕ ਇੰਸਟਾਗ੍ਰਾਮ ID ਦਾ ਲਿੰਕ ਹੈ, ਉਹਦੇ ਉੱਤੇ ਸਾਨੂੰ ਮੈਸੇਜ ਕਰਕੇ ਸਾਡੇ ਨਾਲ ਰਾਬਤਾ ਜ਼ਰੂਰ ਕਾਇਮ ਕਰ ਸਕਦੇ ਹੋ। ਬਹੁਤ ਬਹੁਤ